ਹੋਰਾਂ ਨੇ ਹੁਣ ਇਸ ਤੋਂ ਪਹਿਲਾਂ ਕਿ ਆਪਾਂ ਅਗਲੇ ਮੁੱਦੇ ਵੱਲ ਆਈਏ ਅਗਲਾ ਮੁੱਦਾ ਜੋ ਸਾਡਾ ਹੈ ਉਹ ਹੈ ਕਿ ਅੱਜ ਜੋ ਸਾਡਾ ਪੰਜਾਬੀ ਮੀਡੀਆ ਖਾਸ ਕਰਕੇ ਉਹਦਾ ਅੱਜ ਦੇ ਦੌਰ ਦੇ ਵਿੱਚ ਕੀ ਕਿਰਦਾਰ ਹੋਣਾ ਚਾਹੀਦਾ ਖਾਸ ਕਰਕੇ ਜਿਸ ਵੇਲੇ ਕਿਸੇ ਵਿਅਕਤੀ ਨੂੰ ਫਰੇਮ ਕੀਤਾ ਜਾਵੇ ਉਹਦਾ ਚਰਿੱਤਰ ਘਾਤ ਕੀਤਾ ਜਾਵੇ ਜਿਵੇਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਕਿ ਸਾਡੇ ਪੈਟਰਨ ਹਨ ਸੰਗਤ ਟੈਲੀਵਿਜ਼ਨ ਦੇ ਜਿਹੜੇ ਕਿ ਪੰਥ ਦੇ ਅਣਥਕ ਸੇਵਾਦਾਰ ਹਨ ਜਿਹਨਾਂ ਨੇ ਕਿ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ ਪੰਥਕ ਸੇਵਾ ਵਾਸਤੇ ਉਹਨਾਂ ਦੇ ਨਾਲ ਹੋਇਆ ਉਹਦੇ ਬਾਰੇ ਅੱਜ ਸਾਡੇ ਮੀਡੀਆ ਦਾ ਕੀ ਰੋਲ ਹੈ ਤੇ ਸੰਗਤਾਂ ਦਾ ਕੀ ਰੋਲ ਹੈ ਉਸ ਤੇ ਵਿਚਾਰ ਕਰਨ ਤੋਂ ਪਹਿਲਾਂ ਜੋ 10 ਜੂਨ ਦਾ ਮੁਜ਼ਾਹਰਾ ਭਾਈ ਸਾਹਿਬ ਉਹਨਾਂ ਨੇ ਵਿਚਾਰ ਦੇਣੇ ਭਾਈ ਅਮਰੀਕ ਸਿੰਘ ਹੋਣੀ ਇਹਨਾਂ ਨੇ ਕੋਈ ਆਪਣੇ ਵੱਲੋਂ ਐਲਾਨ ਬੇਨਤੀ ਵੀ ਕਰਨੀ ਹੈ ਭਾਈ ਸਾਹਿਬ ਜੀ ਬੇਨਤੀ ਦੇ ਸਭ ਇਹ ਆ ਕਿ ਮੈਂ ਸਰਪ੍ਰਾਈਜ਼ ਹੀ ਕਰਨਾ ਸੀਗਾ ਕਿ ਇਹ ਜਿਹੜਾ ਮੁਜ਼ਾਹਰਾ ਆ ਉਹ ਤਕਰੀਬਨ ਹੁਣ ਇੰਗਲੈਂਡ ਦਾ ਮੁਜ਼ਾਹਰਾ ਨਹੀਂ ਰਹਿ ਗਿਆ ਇਹ ਤਕਰੀਬਨ ਵਰਲਡ ਦੇ ਵਿੱਚੋਂ ਇੱਕ ਨੋਨ ਜਿੱਦਾਂ ਸਾਡਾ ਇਕੱਠ ਆ ਵਰਲਡ ਦੇ ਵਿੱਚੋਂ ਜਦੋਂ ਪਿੱਛੇ ਆਪਾਂ ਵਰਲਡ ਦੇ ਸਾਰੇ ਇਕੱਠ ਜਿਹੜੇ ਹੁਣ ਤੱਕ ਦੇ ਨਾ ਸਾਰੇ ਮੁਲਕਾਂ 'ਚ ਇਨਕਲੂਡਿੰਗ ਇੰਡੀਆ ਏਡਾ ਵੱਡਾ ਇਕੱਠ ਕਿਤੇ ਵੀ ਵਰਲਡ ਵਿੱਚ ਨਹੀਂ ਹੁੰਦਾ ਅਮਰੀਕਾ ਕਨੇਡਾ ਦੇ ਜਿਹੜੇ ਹੈਗੇ ਆ ਇਕੱਠ ਉਹਨਾਂ ਬੰਦਿਆਂ ਨੇ ਖੁਦ ਸਾਨੂੰ ਈਮੇਲ ਭੇਜੀ ਆ ਤੇ ਵਰਲਡ ਦੇ ਵਿੱਚੋਂ ਇਸ ਵੇਲੇ ਜਿਹੜਾ ਬਹੁਤ ਭਾਈ ਸਾਹਿਬ ਉਹਨਾਂ ਨੇ ਸਪਸ਼ਟ ਕੀਤਾ ਕਿ 10 ਜੂਨ ਦਾ ਜਿਹੜਾ ਮੁਜ਼ਾਹਰਾ ਉਹਦਾ ਕਿੰਨਾ ਮਹੱਤਵ ਆ ਸਾਡੇ ਵਾਸਤੇ ਕਿੰਨੀ ਅਹਿਮੀਅਤ ਆ ਤੇ ਅਸੀਂ ਪੰਥਕ ਏਕੇ ਦਾ ਸਬੂਤ ਦੇਣਾ ਮੈਂ ਬੇਨਤੀ ਕਰਾਂ ਕਿ ਕੁਝ ਸੈਂਟੀਮੈਂਟਸ ਕੁਝ ਭਾਵਨਾਵਾਂ ਜ਼ਰੂਰ ਜ਼ਖਮੀ ਹੋਈਆਂ ਨੇ ਜਿਹੜੀ ਸਾਡੀ ਪਹਿਲਾਂ ਗੱਲਬਾਤ ਚੱਲਦੀ ਸੀ ਭਾਈ ਸਾਹਿਬ ਭਾਈ ਜਸਵੀਰ ਸਿੰਘ ਹੋਣਾ ਬਾਰੇ ਜਾਂ ਬਾਬਾ ਹਰਨਾਮ ਸਿੰਘ ਸੁੰਮਾ ਜਾਂ ਹੋਰ ਜਿਹੜੇ ਕਿ ਅੱਜ ਜਿਨ੍ਹਾਂ ਨੇ ਆਪਣਾ ਸਟੈਂਡ ਬਦਲਿਆ ਅੱਜ ਰਾਜਨੀਤਿਕ ਸਟੈਂਡ ਲੈ ਲਿਆ ਕੱਲ੍ਹ ਤੱਕ ਉਹ ਖਾਲਿਸਤਾਨੀ ਧਿਰਾਂ ਦੇ ਨਾਲ ਖੜੇ ਸੀਗੇ ਇਹ ਵਿਚਾਰ ਕਿਸੇ ਵੀ ਵਿਅਕਤੀ ਦੇ ਆਪਣੇ ਨਿੱਜੀ ਹਨ ਇਹਦੇ ਨਾਲ ਸੰਗਤ ਟੀਵੀ ਦਾ ਕੋਈ ਵਾਹ ਵਾਸਤਾ ਨਹੀਂ ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਸਿੱਧ ਦਿਲੀ ਦੀ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਕਰਦੇ ਹਾਂ ਉਸ ਵੇਲੇ ਇਹ ਜ਼ਰੂਰ ਆਉਂਦਾ ਕਿ ਜਿਨ੍ਹਾਂ ਸ਼ਖਸੀਅਤਾਂ ਤੋਂ ਸਾਨੂੰ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਹੋਣੇ ਕਈ ਵਾਰੀ ਹੁੰਦੀਆਂ ਜਿਵੇਂ ਭਾਈ ਸਾਹਿਬ ਸੁਖਵਿੰਦਰ ਸਿੰਘ ਨੇ ਕਹਿ ਗਏ ਨੇ ਕਿ ਸਾਡੇ ਲੀਡਰਾਂ ਤੋਂ ਚਾਹੇ ਇਹ ਸਾਡੇ ਲੀਡਰ ਸਾਡੇ ਕੋਲ ਬੈਠੇ ਨੇ ਚਾਹੇ ਪੰਜਾਬ ਵਿੱਚ ਨੇ ਅੱਜ ਉਹਨਾਂ ਤੇ ਸਾਡਾ ਬਹੁਤ ਕੁਝ ਮਨਸਰ ਆ ਜੇ ਇੱਕ ਆਗੂ ਖੜ ਜਾਵੇ ਇਹਦੇ ਨਾਲ ਸਾਰੀ ਕੌਮ ਖੜ ਜਾਂਦੀ ਹੈ ਜੇ ਇੱਕ ਆਗੂ ਆਪਣੇ ਕਦਮਾਂ ਤੋਂ ਖਿੜ ਜਾਵੇ ਖਿੜਕ ਜਾਵੇ ਤਾਂ ਉਹਦੇ ਨਾਲ ਕਈ ਵਾਰੀ ਕੌਮ ਤੇ ਨੈਗੇਟਿਵ ਅਸਰ ਪੈਂਦੇ ਨੇ ਸੋ ਹੁਣ ਅਗਲਾ ਜੋ ਸਾਡਾ ਮੁੱਦਾ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹਨਾਂ ਦੇ ਨਾਲ ਜਿਹਨਾਂ ਦਾ ਚਰਿੱਤਰ ਘਾਤ ਹੋਇਆ ਜਿਹਨਾਂ ਤੇ ਬਹੁਤ ਵੱਡੇ ਇਲਜ਼ਾਮ ਲਗਾਏ ਗਏ ਨੇ ਅਤੇ ਉਹ ਸ਼ਖਸੀਅਤ ਆ ਜਿਹਨਾਂ ਨੇ ਕਿ ਆਪਣਾ ਜੀਵਨ ਪੰਥਕ ਸੇਵਾ ਦੇ ਵਿੱਚ ਸਮਰਪਿਤ ਕੀਤਾ ਹੋਇਆ ਸੋ ਭਾਈ ਜੋਗਰ ਸਿੰਘ ਨੂੰ ਅਸੀਂ ਪੁੱਛਦੇ ਹਾਂ ਭਾਈ ਸਾਹਿਬ ਜੀ ਬੇਨਤੀ ਇਸ ਤਰ੍ਹਾਂ ਕਿ ਜਦੋਂ ਗੱਲ ਮੀਡੀਆ ਦੀ ਆਉਂਦੀ ਮੀਡੀਆ ਦੇ ਫਰਜ਼ ਦੀ ਗੱਲ ਆਉਂਦੀ ਕਿ ਠੀਕ ਹੈ ਕਿ ਮੀਡੀਆ ਨੇ ਸਾਰੇ ਵਿਊ ਲੈਣੇ ਹੁੰਦੇ ਜਿੱਦਾਂ ਆਪਾਂ ਵੀ ਲਏ ਆ ਉਹਦੇ ਵਿੱਚ ਕਈਆਂ ਨੂੰ ਕੋਈ ਗੱਲ ਚੰਗੀ ਲੱਗਦੀ ਕਿਸੇ ਨੂੰ ਬੁਰੀ ਲੱਗਦੀ ਪਰ ਇੱਕ ਉਹਦੇ ਨਾਲ ਅਨੁਸ਼ਾਸਨ ਹੁੰਦਾ ਸਾਡੇ ਤੇ ਅਸੀਂ ਧਰਮੀ ਲੋਕ ਹਾਂ ਅਸੀਂ ਸੱਚ ਦੀ ਗੱਲ ਕਰਨੀ ਅਸੀਂ ਕਦੇ ਝੂਠ ਦਾ ਸਾਥ ਨਹੀਂ ਦੇਣਾ ਸੋ ਜਦੋਂ ਆਪਾਂ ਗੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਤੇ ਜੋ ਇਲਜ਼ਾਮ ਲੱਗੇ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਉਹਨਾਂ ਦੀ ਗੱਲ ਕਰਦੇ ਹਾਂ ਕਿ ਇੱਕ ਵਿਅਕਤੀ ਨੇ ਆਪਣਾ ਜੀਵਨ ਸਾਰ ਦਿੱਤਾ ਹੋਇਆ ਪੰਥ ਵਾਸਤੇ ਤੇ ਉਹਨਾਂ ਤੇ ਇੰਨੀ ਘਟੀਆ ਦੁਸ਼ਮਣਬਾਜ਼ੀ ਹੋਈ ਹੈ ਤੇ ਉਹਨੂੰ ਮੀਡੀਆ ਵਿੱਚ ਇਸ ਕਦਰ ਦੇ ਨਾਲ ਕਈ ਵਾਰੀ ਉਛਾਲਿਆ ਗਿਆ ਕਿ ਉਹਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਦੇ ਜੋ ਦਿਲ ਜ਼ਖਮੀ ਹੋਏ ਨੇ ਤੇ ਬੜਾ ਨੈਗੇਟਿਵ ਮੈਸੇਜ ਗਿਆ ਸਿੱਖ ਪ੍ਰਚਾਰਕਾਂ ਸਾਰੇ ਸਿੱਖ ਪ੍ਰਚਾਰਕਾਂ ਨੂੰ ਢਾ ਲਈ ਤੁਸੀਂ ਕੀ ਕਹੋ ਜੀ ਬੜਾ ਔਖਾ ਸਵਾਲ ਹੈ ਮਸਲਾ ਬੜਾ ਪੇਚੀਦਾ ਹੈ ਜੀ ਮੈਂ ਇਹ ਤਾਂ ਗੱਲ ਮੰਨਦਾ ਕਿ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਆ ਸੱਚ ਸਾਹਮਣੇ ਲੈ ਕੇ ਆਉਣੀ ਪਰ ਉਹ ਖੋਜ ਤੋਂ ਬਾਅਦ ਉਹਦੀ ਪੂਰੀ ਪੜਤਾਲ ਤੋਂ ਬਾਅਦ ਤੇ ਜੇ ਸੱਚ ਹੋਵੇ ਤਾਂ ਫਿਰ ਮੀਡੀਆ ਨੂੰ ਮੀਡੀਆ ਦੀ ਡਿਊਟੀ ਬਣਦੀ ਹੈ ਤੇ ਮੀਡੀਆ ਇਸੇ ਕੰਮ ਲਈ ਹੁੰਦਾ ਪਰ ਜਿੰਨਾ ਚਿਰ ਉਸ ਗੱਲ ਦੀ ਅਸਲੀਅਤ ਦਾ ਨਹੀਂ ਪਤਾ ਲੱਗਦਾ ਉਨਾ ਚਿਰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਹ ਗੱਲ ਮੀਡੀਆ ਤੱਕ ਪਹੁੰਚਣੀ ਚਾਹੀਦੀ ਹੈ ਕਈ ਵਾਰੀ ਮੀਡੀਆ ਆਪਾਂ ਕਿਸੇ ਪਰਟੀਕੁਲਰ ਮੀਡੀਆ ਦੀ ਗੱਲ ਨਹੀਂ ਕਰਦੇ ਆਪਾਂ ਸਾਰੇ ਮੀਡੀਆ ਦੀ ਗੱਲ ਕਰਦੇ ਤੇ ਸਾਰੇ ਮੀਡੀਆ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਾਂ ਕਿ ਜ਼ਰੂਰ ਆਪਾਂ ਜਦੋਂ ਪ੍ਰੋਗਰਾਮ ਕਰਦੇ ਹਾਂ ਖਿਆਲ ਰੱਖੀਏ ਕਿਸੇ ਵਿਅਕਤੀ ਦਾ ਨਾਂ ਨਾ ਜਿੱਦਾਂ ਆਪਣੇ ਪ੍ਰੋਗਰਾਮ 'ਚ ਹੈ ਤਾਂ ਉਹ ਤੋਂ ਇਲਾਵਾ ਕਿਸੇ ਸ਼ਖਸੀਅਤ ਬਾਰੇ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਆਪਾਂ ਜ਼ਰੂਰ ਉਹਦੀ ਪੁੱਛ ਪੜਤਾਲ ਕਰ ਲਈਏ ਪਰ ਜਿਹੜਾ ਉਹਨਾਂ ਦਾ ਸਪਸ਼ਟੀਕਰਨ ਮੈਂ ਟੀਵੀ 'ਤੇ ਦੇਖਿਆ ਸੀ
ਉਹਦੇ ਵਿੱਚੋਂ ਇੱਕ ਗੱਲ ਦੀ ਮੈਨੂੰ ਖੁਸ਼ੀ ਹੋਈ ਸੀ ਕਿ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਤੁਸੀਂ ਕੋਈ ਇਨਵੈਸਟੀਗੇਸ਼ਨ ਟੀਮ ਬਣਾ ਲਓ, ਮੈਨੂੰ ਇਨਵੈਸਟੀਗੇਸ਼ਨ ਕਰ ਲਓ, ਮੇਰੀ ਕਰ ਲਓ। ਪਰ ਇਹ ਪੰਥ ਦੇ ਅੱਗੇ ਬੇਨਤੀ ਹੈ ਕਿ ਪਹਿਲਾਂ ਵੀ ਬਹੁਤ ਸ਼ਖਸੀਆਂ ਤੇ ਦੋਸ਼ ਲੱਗਾ, ਗਾਂ ਵੀ ਲੱਗਣਾ, ਸਿੱਖ ਪ੍ਰਚਾਰਕਾਂ ਤੇ ਬਾਬਿਆਂ ਤੇ ਆਮ ਲੱਗਦਾ, ਪਰ ਇਹਦੇ ਲਈ ਕੋਈ ਆਪਾਂ ਨੂੰ ਅਜਿਹਾ ਫਾਰਮੂਲਾ ਤਿਆਰ ਕਰਨਾ ਚਾਹੀਦਾ ਆ ਜਿਹਦੇ ਨਾਲ ਆਪਾਂ ਇਹ ਮਸਲੇ ਦਾ ਹੱਲ ਲੱਭ ਸਕੀਏ ਜਾਂ ਅਸਲੀਅਤ ਤੱਕ ਪਹੁੰਚ ਸਕੀਏ। ਕਿਉਂਕਿ ਜਿੰਨਾ ਚਿਰ ਤੁਸੀਂ ਦੋਵੇਂ ਧਿਰਾਂ ਦੀ ਸਾਰੀ ਗੱਲਬਾਤ ਸੁਣ ਨਹੀਂ ਲੈਂਦੇ, ਸਮਝ ਨਹੀਂ ਲੈਂਦੇ, ਉਹਨਾਂ ਨੂੰ ਮਿਲ ਨਹੀਂ ਰਹਿੰਦੇ ਕਿ ਗੱਲ ਕਰਨੀ ਬੜੀ ਔਖੀ ਹੋ ਜਾਂਦੀ ਆ। ਪਰ ਜਿਹੜਾ ਉਹਨਾਂ ਦਾ ਸਪਸ਼ਟੀਕਰਨ ਸੀ ਉਹ ਮੈਨੂੰ ਸੁਣ ਕੇ ਖੁਸ਼ੀ ਹੋਈ ਕਿ ਉਹ ਹਰ ਤਰ੍ਹਾਂ ਸੰਗਤ ਦੇ ਰੂਹ ਨੂੰ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਨੂੰ ਆਪਣਾ ਪੱਖ ਦੱਸਣ ਨੂੰ ਤਿਆਰ ਆ। ਆਮ ਕੇਸਾਂ ਵਿੱਚ ਇੱਦਾਂ ਹੁੰਦਾ ਨਹੀਂ, ਜਿੱਥੇ ਇਲਜ਼ਾਮ ਲੱਗਦਾ ਉਹ ਸੰਗਤਾਂ ਨੂੰ ਇਸ ਵਿਸ਼ੇ ਤੇ ਰੂਬਰੂ ਹੋਣ ਤਿਆਰ ਨਹੀਂ। ਇਸੇ ਪੋਜੀਸ਼ਨ ਵਿੱਚ ਇੱਕ ਹੋਰ ਵਿਅਕਤੀ ਤੇ ਕੁਛ ਸਾਲ ਪਹਿਲਾਂ ਦੋਸ਼ ਲੱਗਾ ਸੀ ਤੇ ਮੈਂ ਤਾਂ ਭਾਈ ਸਾਹਿਬ ਉਹਨਾਂ ਨੂੰ ਮਿਲਣ ਵੀ ਗਏ ਸੀ ਤਾਂ ਉਹਨੇ ਸਾਡੇ ਨਾਲ ਇਸ ਵਿਸ਼ੇ ਤੇ ਗੱਲ ਕਰਨ ਨੂੰ ਇਨਕਾਰ ਕਰ ਦਿੱਤਾ ਜੀ। ਤਾਂ ਫਿਰ ਤੁਹਾਡੇ ਮਨ 'ਚ ਆਉਂਦਾ ਵੀ ਜ਼ਰੂਰ ਕੁਛ ਦਾਲ ਚਕਾਲਾਂ 'ਚ ਬੰਦਾ ਗੱਲ ਹੀ ਨਹੀਂ ਕਰਨ ਨੂੰ ਤਿਆਰ, ਜੇ ਕੋਈ ਗੱਲ ਕਰਨ ਨੂੰ ਤਿਆਰ ਹੈ। ਮੈਂ ਚਾਹੁੰਦਾ ਇੱਥੇ ਦੀਆਂ ਪਾਤਕ ਤਰ੍ਹਾਂ ਜਾਂ ਮੈਂ ਤਾਂ ਸੋਚਦਾ ਸ੍ਰੀ ਅਕਾਲ ਸਾਹਿਬ ਦੀ ਡਿਊਟੀ ਹੈ ਕਿ ਜ਼ਰੂਰ ਉਹਨਾਂ ਨੂੰ ਇਨਵੈਸਟੀਗੇਸ਼ਨ ਟੀਮ ਬਣਾ ਕੇ ਇਸ ਮਸਲੇ ਦੀ ਖੋਜ ਕਰਾਉਣੀ ਚਾਹੀਦੀ ਹੈ ਜਿਹੜਾ ਸੱਚ ਆ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ। ਪਰ ਜਿੰਨਾ ਚਿਰ ਆਪਾਂ ਸਾਬਤ ਨਹੀਂ ਕਰ ਸਕਦੇ ਅਸਲੀਅਤ ਕੀ ਆ, ਉਹਨਾਂ ਚਿਰ ਮੇਰਾ ਖਿਆਲ ਆਪਾਂ ਨੂੰ ਗਰੇਜ ਕਰਨਾ ਚਾਹੀਦਾ। ਤੇ ਪੰਥ ਦੇ ਵਿੱਚ ਇਹਦੇ ਬਾਰੇ ਬੜੀਆਂ ਰਾਵਾਂ, ਕੁਛ ਲੋਕ ਕਹਿੰਦੇ ਸੱਚੇ ਹੋਣੇ, ਕੁਛ ਕਹਿੰਦੇ ਏਦਾਂ ਹੋ ਨਹੀਂ ਸਕਦੀ। ਇਹਨਾਂ ਜਿਹੜਾ ਕਲੇਸ਼ ਛਿੜ ਜਾਂਦਾ ਕੌਮ ਦੇ ਵਿੱਚ, ਕੌਮ ਦੇ ਵਿੱਚ ਹੋਰ ਵੀ ਕਈਆਂ ਮੁੱਦਿਆਂ ਤੇ ਕਾਫੀ ਕਲੇਸ਼ ਛਿੜਿਆ ਆ, ਉਦਾਂ ਚਲੋ ਆਪਾਂ ਨੂੰ ਢਿੱਲੀ ਕਲਾ ਵੱਲ ਨਹੀਂ ਜਾਣਾ ਚਾਹੀਦਾ। ਆਪਾਂ ਜਿਹੜੀਆਂ ਹਾਲਾਤਾਂ ਆ ਉਹ ਦੇਖ ਕੇ ਦੁੱਖ ਬੜਾ ਹੁੰਦਾ ਵੀ ਹਰ ਮਸਲੇ ਤੇ ਸਾਡੇ ਚ ਇੰਨਾ ਮਤਭੇਦ ਹੋ ਜਾਂਦਾ ਕਿ ਅਸੀਂ ਬਸ ਜਾਣੀ ਇੱਕ ਦੂਜੇ ਨੂੰ ਦੁਸ਼ਮਣੇ ਬਣਾ ਲੈਂਦੇ ਹਾਂ। ਏਦਾਂ ਨਹੀਂ ਚਾਹੀਦਾ, ਬੜੇ ਧਿਆਨ ਦੇ ਨਾਲ ਬੜੇ ਸੁਚੇਤ ਹੋ ਕੇ ਆਪਾਂ ਨੂੰ ਸੋਚ ਕੇ ਜਿਹੜੀ ਗੱਲ ਕਰਨੀ ਚਾਹੀਦੀ ਕਿ ਮੀਡੀਆ ਜਿਸ ਤਰ੍ਹਾਂ ਇਹ ਦੋ ਧਾਰੀ ਤਲਵਾਰ ਹੈ, ਜਿੱਥੇ ਕੌਮ ਦਾ ਬਹੁਤ ਫਾਇਦਾ ਕਰ ਸਕਦਾ ਉੱਥੇ ਨੁਕਸਾਨ ਵੀ ਕਰ ਸਕਦਾ। ਤੇ ਆਪਾਂ ਜਿੰਨੇ ਜਾਣੇ ਮੀਡੀਆ ਦੇ ਰਾਹੀਂ ਰੂਬਰੂ ਹੁੰਦੇ ਹਾਂ ਆਪਣੀ ਜ਼ਿੰਮੇਵਾਰੀ ਵੀ ਬਣਦੀ ਆ ਵੀ ਆਪਾਂ ਤੱਥਾਂ ਤੇ ਆਧਾਰ ਤੋਂ ਬਿਨਾਂ ਕੋਈ ਗੱਲ ਨਾ ਕਰੀਏ ਜਾਂ ਕੋਈ ਗੱਲ ਕਰਨੀ ਵੀ ਆ ਉਹ ਇਸ ਢੰਗ ਨਾਲ ਕਰੀਏ ਵੀ ਕਿਸੇ ਨੂੰ ਪਿੰਚ ਨਾ ਹੋਵੇ, ਆਪਣਾ ਮੈਸੇਜ ਵੀ ਚੱਲ ਜਾਵੇ, ਤਾਂ ਮੀਡੀਆ ਲਈ ਵੀ ਸਰਦਰਦੀ ਨਾ ਬਣੇ ਚੈਨਲਾਂ ਲਈ ਵੀ। ਪਰ ਸਾਰੇ ਮੀਡੀਆ ਦੀ ਬੇਨਤੀ ਬਣਦੀ ਕਿਉਂਕਿ ਸਾਰੇ ਮੀਡੀਆ ਵਿੱਚ ਕਾਫੀ ਗੱਲ ਚੱਲੀ ਆ, ਤਾਂ ਵੀ ਪਲੀਜ਼ ਇਹਦੇ ਬਾਰੇ ਜ਼ਰੂਰ ਮੈਂ ਤਾਂ ਕਹਾਂਗਾ ਜਾਂ ਇੱਥੇ ਦੀਆਂ ਪਰਤੇ ਜਥੇਬੰਦੀਆਂ ਪਹਿਲ ਕਰਨ ਜੇ ਇੰਡੀਆ 'ਚ ਨਹੀਂ ਕਰ ਰਹੇ, ਜਾਂ ਆਪਾਂ ਅਕਾਲਤਾ ਤੇ ਜਥੇਦਾਰ ਨੂੰ ਕਹੀਏ ਕਿ ਆਪਾਂ ਕੋਲ ਹੁਣ ਹੋਰ ਆਪਾਂ ਕਿਹਨੂੰ ਕਹਿਣਾ। ਉਹ ਤਾਂ ਚਲੋ ਠੀਕ ਹੈ ਕਿ ਕਈ ਵਾਰੀ ਜਿੱਦਾਂ ਧਨਵੰਤ ਸਿੰਘ ਦਾ ਮਸਲਾ ਉੱਥੇ ਹੋਇਆ ਉਹਦੀ ਹਾਰ ਮੈਂ ਨਹੀਂ ਹੱਲ ਕੀਤਾ, ਪਰ ਕੋਈ ਨਾ ਕੋਈ ਪੰਥਕ ਬੋਡੀ ਤਾਂ ਹੋਣੀ ਚਾਹੀਦੀ ਆ ਵੀ ਜਿਹੜੇ ਅਸੀਂ ਮਸਲੇ ਦੀ ਇਨਵੈਸਟੀਗੇਸ਼ਨ ਕਰ ਸਕੇ ਉਹ ਬੋਡੀ ਕਿਹੜੀ ਆ, ਜਾਂ ਆਪਾਂ ਯੂਕੇ ਦੇ ਜਥੇਬੰਦੀਆਂ ਵੱਲੋਂ ਕੋਸ਼ਿਸ਼ ਕਰੀਏ। ਪਰ ਜਿਹੜਾ ਸੱਚ ਆ ਲੋਕਾਂ ਸਾਹਮਣੇ ਆਉਣਾ ਜ਼ਰੂਰ ਚਾਹੀਦਾ, ਨਹੀਂ ਤਾਂ ਫਿਰ ਜੇ ਕੋਈ ਚੰਗਾ ਵੀ ਬੰਦਾ ਜਿਹਨੇ ਕੌਮ ਦੀ ਸੇਵਾ ਵੀ ਬਹੁਤ ਸਾਲ ਕੀਤੀ ਆ ਉਹਨੂੰ ਜੇ ਸ਼ੱਕ ਦਿੱਤਾ ਜਾਂਦਾ ਫਿਰ ਉਹਦੇ ਉੱਪਰ ਤਾਂ ਉਹਦੇ ਸਾਥੀਆਂ ਦੇ ਉੱਪਰ ਬੜੀ ਮਾਯੂਸੀ ਆਉਂਦੀ ਵੀ ਜਿਸ ਕੌਮ ਲਈ ਅਸੀਂ ਜੰਗਲਾਤ ਕੀਤਾ ਉਹੀ ਕੌਮ ਅੱਜ ਉਮਲਿਆ ਕਰਦੀ ਆ, ਤਾਂ ਉਹਨਾਂ ਲਈ ਬੜਾ ਮੁਸ਼ਕਿਲ ਹੋ ਜਾਂਦਾ। ਸੋ ਇਹ ਬੜਾ ਵੱਡਾ ਡਿਬੇਟ ਆ ਤੇ ਬਹੁਤ ਔਖਾ ਕੰਮ ਹੈ, ਪਰ ਮੈਂ ਇਹਦੀ ਇਨਵੈਸਟੀਗੇਸ਼ਨ ਜ਼ਰੂਰ ਹੋਣੀ ਚਾਹੀਦੀ ਆ। ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਲਈ ਪਹਿਲ ਕੀਤੀ ਆ ਉਹ ਮੈਂ ਸੋਚਦਾ ਵੀ ਬੜਾ ਉਹਨਾਂ ਦਾ ਹਾਂ ਪੱਖੀ ਆਧਾਰ ਹੈ ਤੇ ਆਪਾਂ ਨੂੰ ਅਕਾਲਤਾ ਦੇ ਜਥੇਦਾਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ। ਜੇ ਨਹੀਂ ਤਾਂ ਇੰਗਲੈਂਡ ਦੀਆਂ ਪੰਥ ਜਥੇਬੰਦੀਆਂ ਜ਼ਰੂਰ, ਕਿਉਂਕਿ ਮੈਂ ਤਾਂ ਉਹਨਾਂ ਨੂੰ ਇੱਕ ਵਾਰ ਮਿਲਿਆ ਤਾਂ ਉਹ ਵੀ ਕਿਸੇ ਜਿਹੜੇ ਪਹਿਲਾਂ ਉਹਨਾਂ ਦੇ ਇੱਥੇ DVD ਵੰਡੇ ਗਏ ਉਸੇ ਸਿਲਸਿਲੇ 'ਚ ਮਿਲਿਆ ਸੀ, ਤਾਂ ਉਹਨਾਂ ਨੇ ਬੜੇ ਸੋਹਣੇ ਢੰਗ ਨਾਲ ਜਵਾਬ ਦਿੱਤਾ। ਉਹ ਕਹਿੰਦੇ ਸੀਗੇ ਵੀ ਦੇਖੋ ਉਹਦੇ ਮੈਂ ਮਾਫ਼ੀ ਮੰਗ ਚੁੱਕਾ, ਤਾਂ ਗਾਂ ਤੁਹਾਨੂੰ ਕੋਈ ਮੇਰੇ 'ਚ ਉਮਤਾ ਦਿਸੇ ਕੋਈ ਸ਼ਿਕਾਇਤ ਮੇਰੀ ਹੋਵੇ ਤੁਸੀਂ ਵੀ ਹੁਕਮ ਕਰੋ ਮੈਂ ਤੁਹਾਡੇ ਕੋਲ ਆ ਕੇ ਸਪਸ਼ਟੀਕਰਨ ਦੇਣ ਨੂੰ ਤਿਆਰ ਹਾਂ। ਤਾਂ ਬਾਕੀ ਤਾਂ ਕਹਿੰਦੇ ਹੁੰਦੇ ਤੂੰ ਹੁੰਦਾ ਕੌਣ ਆ ਮੈਨੂੰ ਪੁੱਛਣ ਵਾਲਾ ਵੀ ਮੈਂ ਤੇਰੀ ਲੱਤਾਂ ਤੜਾ ਤੂੰ ਆਹ ਕਰ ਦੂੰ, ਆਪਾਂ ਕਿਸੇ ਸੁਣੀਆਂ ਵੀ ਆ ਮੇਰੇ ਕੋਲ ਹੈ ਵੀ ਆ ਤਾਂ ਵੀ ਆਹ ਕਰ ਦੂੰ ਆਹ ਕਰ ਦੂੰ, ਪਰ ਆਪਾਂ ਚਾਹੁੰਦੇ ਹਾਂ ਵੀ ਜੇ ਕੋਈ ਨਾ ਸਪਸ਼ਟੀਕਰਨ ਦੇਣ ਨੂੰ ਤਿਆਰ ਆ ਕਿ ਆਪਦੀ ਗੱਲ ਸੁਣੇ ਤੋਂ ਬਗੈਰ ਵੀ ਕਹੀ ਜਾਣਾ ਅਸੀਂ ਥੋੜੀ ਜਿਹੀ ਵਧੀਕੀ ਹੈ। ਬਹੁਤ ਧੰਨਵਾਦ ਜੀ, ਸਾਰੀਆਂ ਸੰਗਤਾਂ ਇਹ ਜ਼ਰੂਰ ਬੇਨਤੀ ਕਰਨਾ। ਸੋ ਇਹ ਹਨ ਭਾਈ ਜੋਗਾ ਸਿੰਘ ਉਹਨਾਂ ਦੇ ਵਿਚਾਰ ਜੋ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਦੋਸ਼ ਲਗਾਏ ਗਏ ਨੇ ਜਿਹੜੇ ਕਿ ਸੰਗਤ TV ਦੇ ਪੈਟਰਨ ਨੇ। ਹੁਣ ਮੈਂ ਭਾਈ ਤਰਸੇਮ ਸਿੰਘ ਉਹਨਾਂ ਤੋਂ ਕੋਈ ਵਿਚਾਰ ਪੁੱਛੂੰਗਾ ਕਿ ਭਾਈ ਸਾਹਿਬ ਜੀ ਕਿ ਇਹ ਦੱਸੋ ਭਾਈ
ਅੱਜ ਜੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ, ਸੰਤ ਰਣਜੀਤ ਸਿੰਘ ਢੱਡਿਆਂ ਵਾਲੇ ਨੇ, ਬਾਬਾ ਰਾਮ ਸਿੰਘ ਟਕਸਾਲ ਵਾਲੇ ਨੇ, ਜਿਹੜੇ ਸਿੰਘ ਬਹੁਤ ਚੜ੍ਹਦੀ ਕਲਾ ਦੇ ਨਾਲ ਸਿੱਖੀ ਦਾ ਪ੍ਰਚਾਰ ਪੰਜਾਬ ਦੇ ਵਿੱਚ ਕਰ ਰਹੇ ਨੇ ਜਾਂ ਵਿਦੇਸ਼ਾਂ ਵਿੱਚ ਕਰ ਰਹੇ ਨੇ, ਜੇ ਉਹਨਾਂ ਨਾਲ ਇੰਨੀ ਵੱਡੀ ਗੱਲ ਉਹਨਾਂ ਨੂੰ ਫਰੇਮ ਕੀਤਾ ਜਾ ਸਕਦਾ ਤੇ ਇੱਕ ਆਮ ਸਿੱਖ ਜਿਹੜਾ ਹੈਗਾ ਉਹ ਕਿੰਨਾ ਸੇਫ ਆਪਣੇ ਆਪ ਨੂੰ ਮਹਿਸੂਸ ਕਰਦਾ। ਇਹਦਾ ਮਤਲਬ ਕਦੀ ਸਮਝਣਾ ਸਿੰਘ ਪਿੰਡਾਂ ਵਾਲਾ ਤੇ ਵੀ ਦੋਸ਼ ਲੱਗੇ ਸੀ, ਲੇਕਿਨ ਉਹਨਾਂ ਕੱਦ ਹੀ ਇੰਨਾ ਹੋ ਗਿਆ ਕਿ ਉਹਦੇ ਸਾਹਮਣੇ ਨਹੀਂ ਗੱਲ ਕੋਈ ਟੈਕਸ ਉਹਨਾਂ ਦੇ। ਆਪਾਂ ਕਿੰਨਾ ਸੇਫ ਕਰਦੇ ਹਾਂ ਆਪਣੇ ਆਪ ਨੂੰ ਮਹਿਸੂਸ ਇਸ ਸਿਸਟਮ ਦੇ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਜਿਹੜਾ ਪਹਿਲਾਂ ਵੀ ਸਵਾਲ ਕੀਤਾ ਸੀ ਨਾ, ਉਹਦੇ ਵਿੱਚ ਵੀ ਮੈਂ ਰਾਜ ਦੀ ਗੱਲ ਕੀਤੀ ਸੀ ਤੇ ਰਾਜ ਕਿਉਂ ਗਿਆ, ਕਿਉਂਕਿ ਦੁਬਧਾ ਕ੍ਰੀਏਟ ਕੀਤੀ ਗਈ, ਭਰਾ ਦਾ ਭਰਾ ਦੈਰੀ ਬਣਾ ਦਿੱਤਾ ਤੇ ਜਿਹੜੀਆਂ ਸਾਡੀਆਂ ਐਂਟੀ ਸਾਡੇ ਵੈਰੀ ਹੈਗੇ ਆ ਉਹ ਬਹੁਤ ਸੁਚੇਤ ਹੈ। ਇੱਕ ਪੱਖ ਸਾਨੂੰ ਭੁੱਲਣਾ ਨਹੀਂ ਚਾਹੀਦਾ, ਜੇ ਸਿੱਖੀ ਨੂੰ ਜੀਵਿਤ ਰੱਖਿਆ ਤਾਂ ਜਦੋਂ ਸਿੱਖੀ ਬਹੁਤ ਥੱਲੇ ਚਲੇ ਗਈ ਸੀ ਉਦੋਂ ਵੀ ਭਾਵੇਂ ਉਹ ਸਿੱਖੀ ਦੇ ਬਾਣੇ ਵਿੱਚ ਨਹੀਂ ਸੀ ਗਿਆ, ਜਿਹਨਾਂ ਨੂੰ ਉਦਾਸੀ ਸਾਧੂ ਕਹਿੰਦੇ ਹਾਂ ਅਸੀਂ, ਉਹਨਾਂ ਨੇ ਸਿੱਖੀ ਨੂੰ ਜੀਵਿਤ ਰੱਖਿਆ। ਜਿਹੜਾ ਵਿਰੋਧੀ ਹੁੰਦਾ ਉਹ ਕਦੇ ਭੁੱਲਦਾ ਨਹੀਂ ਹੈ ਵੀ ਸਿੱਖੀ ਨੂੰ ਪਾਣੀ ਕੌਣ ਦੇ ਰਿਹਾ, ਤੇ ਉਹ ਹਮੇਸ਼ਾ ਸੁਚੇਤ ਰਹਿੰਦਾ ਹੈਗਾ। ਤੇ ਚੰਗੇ ਬੰਦੇ ਤੇ ਹੀ ਦੋਸ਼ ਲੱਗਦੇ ਹੁੰਦੇ, ਮਾੜੇ ਤੇ ਕਦੇ ਦੋਸ਼ ਨਹੀਂ ਲੱਗਾ ਦਿੱਤਾ। ਕਿਤੇ ਤੁਸੀਂ ਦੇਖ ਲਿਓ ਕੋਈ ਮੋਹਰੇ ਹੋ ਕੇ ਕੰਮ ਕਰਦਾ ਜਥੇਬੰਦੀ ਦਾ ਬੰਦਾ ਆ ਜਾਂ ਗੁਰਦੁਆਰਾ ਦਾ ਕੋਈ ਹੈਗਾ ਜਾਂ ਕੋਈ ਪਿੰਡ ਦਾ ਮੋਹਰੀ ਹੈਗਾ, ਦੋਸ਼ ਉਹ ਤੇ ਹੋਣਾ। ਢੰਡਰੀਆਂ ਵਾਲਾ ਜੇ ਦੇਖਿਆ ਜਾਵੇ, ਜੇ ਗੁਣਵੰਤੀ ਦੇ ਲੱਛਣ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੇ ਜਾਣ, ਜਿਹੜੀ ਪਹਿਲਾਂ ਵੀ ਗੱਲ ਕੀਤੀ ਆ ਤੁਸੀਂ ਵੀ ਉਹ ਵੀਡੀਓ ਦੇਖੀ ਸੀ, ਗੁਣਵੰਤੀ ਦੇ ਲੱਛਣ ਸ਼ੁਰੂ ਇੱਥੋਂ ਹੁੰਦੇ ਆ ਬਈ ਨਿਵ ਨਿਵ, ਕਿਉਂਕਿ ਜੇ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਨੇ ਨੀ ਹੈਗੇ, ਕਹੀ ਜਾਣਾ ਸਾਡਾ ਗੁਰੂ ਆ ਸਾਡਾ ਗੁਰੂ ਆ, ਤੇ ਕਿਸੇ ਸਿੱਖ ਨੇ ਕਿਸੇ ਦੇ ਪੈਰੀ ਹੱਥ ਲਾ ਤਾ ਤਾਂ ਉਹ ਗੁਰਸਿੱਖ ਨੀ ਗਿਣਿਆ ਜਾਂਦਾ, ਤੇ ਇਹਦਾ ਮਤਲਬ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀ ਮੰਨਦੇ ਫਿਰ। ਅੱਛਾ, ਦੂਜੀ ਗੱਲ ਇਹ ਹੈਗੀ ਆ, ਕਿਉਂਕਿ ਜਿੱਡਾ ਵੱਡਾ ਇਕੱਠ ਢੰਡਰ ਵਾਲਿਆਂ ਦਾ ਪੰਜਾਬ ਦੇ ਵਿੱਚ ਹੁੰਦਾ, ਏਡਾ ਕਿਸੇ ਵੀ ਪ੍ਰਚਾਰਕ ਦਾ ਨੀ ਹੁੰਦਾ। ਜੇ ਮਸਕੀਨ ਜੀ ਬਹੁਤ ਵਧੀਆ ਕਥਾਕਾਰ ਹੋਏ ਆ, ਜੇ ਉਹਨਾਂ ਦਾ ਇਕੱਠ ਵੀ ਦੇਖਿਆ ਜਾਵੇ ਨਾ ਤੇ ਹਜ਼ਾਰਾਂ ਦੀ ਗਿਣਤੀ ਤੋਂ ਵਾਧੂ ਨੀ ਹੋਇਆ। ਪਰ ਜੇ ਢੰਡਰੀਆਂ ਵਾਲਾ ਦਾ ਇਕੱਠ ਦੇਖਦੇ ਆ ਤੁਸੀਂ ਤੇ ਲੱਖਾਂ ਦੀ ਗਿਣਤੀ ਚ ਇਕੱਠ ਹੈ, ਔਰ ਜਿਸ ਜਗ੍ਹਾ ਉਹਨਾਂ ਦੀ ਰਿਹਾਇਸ਼ ਆ ਮੈਂ ਦੇਖੀ ਨੀ ਹੈ ਪਰ ਟੈਲੀਵਿਜ਼ਨ ਦੇਖਿਆ ਵੀ ਉੱਥੇ ਤੁਹਾਨੂੰ ਕੋਈ ਮੋਨਾ ਨੀ ਜੀਦਾ। ਇਹਦਾ ਮਤਲਬ ਉਹਨਾਂ ਦਾ ਜੋ ਕਹਿਣਾ ਹੈਗਾ ਉਹ ਸੰਗਤ ਸੁਣਦੀ ਹੈ, ਸਮਝ ਪੈਂਦੀ ਆ ਵੀ ਕੁਛ ਇਹ ਕਹਿ ਰਹੇ ਸਿੱਖਿਜ਼ਮ ਬਾਰੇ, ਸਾਡਾ ਫਰਜ਼ ਬਣਦਾ ਉਹਨੂੰ ਪਛਾਣਨਾ। ਉਹਦੀ ਪਛਾਣ ਕੀ ਹੈ? ਜੋ ਗੁਰੂ ਸਾਹਿਬ ਨੇ ਕਿਹਾ ਭਾਈ ਸਿੱਖ ਸਜੋ ਅੰਮ੍ਰਿਤ ਛਕੋ ਰਹਿਣੀ ਬਹਿਣੀ ਦੇ ਧਾਰਨੀ ਹੋ, ਉਹਦਾ ਪ੍ਰਚਾਰ ਉਹ ਡਟ ਕੇ ਕਰ ਰਹੇ ਆ ਕਿ ਵਿਰੋਧੀ ਧਿਰ ਜਿਹੜੀ ਆ ਇਹ ਕਦੇ ਸਹਿ ਨਹੀਂ ਸਕਦੀ ਵੀ ਐਡਾ ਵੱਡਾ ਪ੍ਰਚਾਰ ਜਿਹੜਾ ਆ ਉਹ ਕਿਸੇ ਢੰਗ ਨਾਲ ਸੁੱਕਾ ਚੱਲ ਜਾਏ। ਬਾਕੀ ਰਹਿ ਗਈ ਗੱਲ ਉਹ ਜੀ ਪੈਸੇ ਇਕੱਠੇ ਕਰਦੇ ਹਨ, ਅਸੀਂ ਵੀ ਗੁਰਦੁਆਰਿਆਂ ਦੇ ਵਿੱਚ ਉਹਨਾਂ ਦਾ ਪ੍ਰੋਗਰਾਮ ਦੇਖਿਆ, ਉਹਨਾਂ ਨੇ ਅੱਜ ਤੱਕ ਸੰਗਤ ਨੂੰ ਅਪੀਲ ਨਹੀਂ ਕੀਤੀ ਵੀ ਸਾਨੂੰ ਪੈਸੇ ਦਿਓ। ਅਸੀਂ ਕੀਰਤਨੀਆਂ ਨੂੰ ਪੈਸੇ ਦਿੰਦੇ, ਅਸੀਂ ਕਥਾਕਾਰਾਂ ਨੂੰ ਪੈਸੇ ਦਿੰਦੇ ਹਾਂ, ਕਦੇ ਕਿਸੇ ਨੇ ਕਿਸੇ ਦਾ ਹਿਸਾਬ ਪੁੱਛਿਆ? ਜੇ ਤਾਂ ਅਪੀਲ ਕਰਕੇ ਪੈਸੇ ਇਕੱਠੇ ਕਰਕੇ ਲਗਾਏ ਹੋਣ ਵੀ ਅਸੀਂ ਹਾਸਪਿਟਲ ਬਣਾਉਣਾ ਸਾਡਾ ਫਰਜ਼ ਬਣਦਾ, ਅਸੀਂ ਉਹਨਾਂ ਨੂੰ ਪੁੱਛੀਏ ਵੀ ਤੁਸੀਂ ਇੰਨੇ ਪੈਸੇ ਇਕੱਠੇ ਕਰਕੇ ਲਗਾਏ ਕਿੱਥੇ ਖਰਚੇ? ਪਰ ਸਾਡੀ ਬਦਕਿਸਮਤੀ ਇਹ ਹੈ ਵੀ ਕੋਈ ਗੱਲ ਕਰ ਦਿੰਦਾ ਕਿਸੇ ਤੇ ਇਲਜ਼ਾਮ ਲਾ ਦਿੰਦਾ, ਅਸੀਂ ਇਹ ਝੋਲਾ ਚੱਕ ਕੇ ਤੁਰ ਪੈਂਦੇ ਹਾਂ ਜੀ ਉਹ ਤਾਂ ਮਾੜਾ ਹੋ ਗਿਆ ਜੀ ਮਾੜਾ ਹੋ ਗਿਆ ਜੀ ਮਾੜਾ ਹੋ ਗਿਆ। ਸਾਨੂੰ ਜ਼ਰੂਰ ਆਪਣੇ ਆਪ ਦੀ ਪਛਾਣ ਕਰਨੀ ਪਏਗੀ। ਗੁਰੂ ਮਹਾਰਾਜ ਨੇ ਦੁਬਧਾ ਦੇ ਉੱਤੇ ਪੂਰਾ ਇੱਕ ਅੰਗ ਅੰਕਿਤ ਕੀਤਾ ਵੀ ਜਦੋਂ ਸਾਡੇ ਅੰਦਰ ਦੁਬਧਾ ਹੋਏਗੀ ਨਾ ਤਾਂ ਅਸੀਂ ਕਿਸੇ ਕੰਢੇ ਨਹੀਂ ਪਹੁੰਚਾਂਗੇ, ਸਾਨੂੰ ਇਹ ਦੁਬਧਾ ਭਰ ਦੇਣੀ ਚਾਹੀਦੀ ਅੰਦਰੋਂ। ਠੀਕ ਹੈ, ਸੰਤਾਂ ਦਾ ਜਿਹੜਾ ਕਿੱਤਾ ਹੈਗਾ ਨਾ ਉਹਦੀ ਪਛਾਣ ਵੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਹੈ, ਪਰ ਦੇਖਦਿਆਂ ਹੋਇਆਂ ਅੱਖਾਂ ਮਿਟ ਲੈਣੀਆਂ ਇਹ ਕੁਛ ਸਿੱਖ ਦੀ ਬਹੁਤੀ ਬਹਾਦਰੀ ਨਹੀਂ ਹੈ। ਮੈਂ ਕਹਾਂਗਾ ਜਿੱਦਾਂ ਯੋਗਾ ਸੁਣੀ ਬਹੁਤ ਵਿਸਥਾਰ ਦੇ ਵਿੱਚ ਕਹਿ ਦਿੱਤਾ, ਤੇ ਸਾਨੂੰ ਇਹ ਪਛਾਣ ਜ਼ਰੂਰ ਕਰਨੀ ਪਏਗੀ ਜਿਹੜਾ ਗੁਰਸਿੱਖ ਪ੍ਰਚਾਰ ਕਰਦਾ, ਮਹਾਂਪੁਰਸ਼ ਕਰਦਾ, ਗੁਰਸਿੱਖ ਕਰਦਾ, ਕੀਰਤਨੀਆਂ ਕਰਦਾ ਜਾਂ ਕਥਾਕਾਰ ਕਰਦਾ ਵੀ ਉਹਦਾ ਏਮ ਕੀ ਹੈ ਤੇ ਉਹ ਕਿਹਦੇ ਨਾਲ ਜੋੜ ਰਿਹਾ, ਕਿ ਆਪਣੇ ਨਾਲ ਜੋੜ ਰਿਹਾ ਜਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਿਹਾ।
जे गुरु ग्रंथ साहब जी जोड़ रहा तो फिर सानू बहुत डूंघाई दे विच जा के ये देखना पड़ेगा जे कोई इहदे बारे गल करनी आ सच्चाई है भी नहीं मीडिया नू बिलकुल गल नहीं करनी चाहिए जिहदे नाल कौम दे विच दुविधा क्रिएट होती है उहदी पहला इनवैसटीगेशन करे ਉਹ ਤੋਂ ਬਾਅਦ ਵੀ ਵਿਚਾਰ ਕੇ ਉਸ ਗੱਲ ਨੂੰ ਨਾ ਮੀਡੀਆ ਤੇ ਲਿਆਉਣੀ ਚਾਹੀਦੀ ਆ ਕਿਉਂਕਿ ਅਸੀਂ ਤਾਂ ਅੱਗੇ ਦੁਬਧਾ ਚ ਬੈਠੇ ਹਾਂ ਹੋਰ ਦੁਬਧਾ ਪੈ ਗਈ ਤਾਂ ਕੀ ਬਣੇਗਾ ਸੋ ਟਿਸ਼ ਸਾਹਿਬ ਗੱਲ ਆ ਵੀ ਕੌਮ ਮਹਾਰਾਜ ਨੇ ਬੜੀ ਸਿਆਣੀ ਬਣਾ ਸੀ ਪਰ ਅੱਜ ਸਾਨੂੰ ਏਦਾਂ ਲੱਗਦਾ ਵੀ ਹੈ ਉਹ ਸਾਨੂੰ ਹਰੇਕ ਕਢਾਈ ਕਰਦਾ ਜਿਹੜਾ ਚਾਰ ਕੋਟੀਆਂ ਸਿੱਟ ਦਿੰਦਾ ਅਸੀਂ ਉਹਦੇ ਮਗਰ ਲੱਗ ਜਾਂਦੇ ਹਾਂ ਜਿਹੜਾ ਸਾਡੇ ਚ ਮਾੜੀ ਹੈ ਇਹ ਕਹਿੰਦਾ ਫਲਾਨਾ ਤੇ ਚੰਗਾ ਨਹੀਂ ਹੈ ਅਸੀਂ ਉਹਦੀ ਸੁਣਨ ਲੱਗ ਪੈਂਦੇ ਹਾਂ ਪਰ ਇਹ ਸਾਡੇ ਚ ਹੋਣਾ ਨਹੀਂ ਚਾਹੀਦਾ ਕਿਉਂਕਿ ਸਾਨੂੰ ਇੱਕ ਪੂਰੇ ਗੁਰੂ ਦੀ ਸੰਗਤ ਮਿਲੀ ਆ ਜੇ ਪੂਰੇ ਗੁਰੂ ਦੀ ਸੰਗਤ ਹੁੰਦਿਆਂ ਹੋਇਆ ਵੀ ਅਸੀਂ ਰੁਲਦੇ ਰਹਿਣਾ ਤਾਂ ਮੈਂ ਇਹ ਕਹਾਂਗਾ ਅਸੀਂ ਗੁਰੂ ਦਾ ਮੈਸੇਜ ਨਹੀਂ ਲਿਆ ਨਾ ਹੀ ਅਸੀਂ ਗੁਰੂ ਦਾ ਮੈਸੇਜ ਸੁਣਦੇ ਹਾਂ ਸਿਰਫ ਅਸੀਂ ਮੱਥਾ ਟੇਕਣ ਜਾਂਦੇ ਹਾਂ ਇਸ ਲਈ ਗੁਰਦੁਆਰਿਆਂ ਚ ਵੀ ਸੱਚੇ ਪਾਤਸ਼ਾਹ ਮੈਨੂੰ ਨਿਆਣਾ ਦੇ ਦੇ ਮੈਨੂੰ ਕਾਰੋਬਾਰ ਦੇ ਦੇ ਮੈਨੂੰ ਤੰਦਰੁਸਤੀ ਦੇ ਦੇ ਮੇਰਾ ਕੰਮ ਸਿੱਧ ਹੋ ਜਾਏ ਬਿਜ਼ਨਸ ਹੈ ਤੇ ਗੁਰੂ ਦਾ ਮੈਸੇਜ ਲੈਣ ਵਾਲੀ ਗੱਲ ਨਹੀਂ ਹੈ ਗੁਰੂ ਨੇ ਸਾਨੂੰ ਇਹ ਤੋਂ ਬਹੁਤ ਰੋਕਿਆ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਸਾਨੂੰ ਗੁਰਮੁਖ ਮੰਡਾਇਆ ਮਹਾਰਾਜ ਨੇ ਅਸੀਂ ਗੁਰਮੁਖ ਹੋ ਕੇ ਬਾਣੀ ਦੀ ਵਿਚਾਰ ਕਰਕੇ ਦੂਜੇ ਨਾਲ ਗੱਲ ਕਰਨੀ ਆ ਤੇ ਉਹਦਾ ਜੀਵਨ ਵੀ ਗੁਰਬਾਣੀ ਦੇ ਆਧਾਰ ਦੇ ਉੱਤੇ ਤੋਲਣਾ ਤਾਂ ਕਿ ਅਸੀਂ ਕਿਸੇ ਗਲਤ ਫਹਿਮੀ ਦੇ ਸ਼ਿਕਾਰ ਹੋਈ ਤਰਸੇਮ ਸਿੰਘ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਭਾਈ ਅਮਰੀਕ ਸਿੰਘ ਜੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਮੀਡੀਆ ਅੱਜ ਇੰਨਾ ਪਾਵਰਫੁੱਲ ਆ ਦੁਨੀਆਂ ਦੇ ਵਿੱਚ ਜੇ ਚਾਹੇ ਤਾਂ ਇੱਕ ਮਿੰਟ ਵਿੱਚ ਕਿਸੇ ਨੂੰ ਹੀਰੋ ਬਣਾ ਸਕਦਾ ਕਿਸੇ ਨੂੰ ਜ਼ੀਰੋ ਵੀ ਬਣਾ ਸਕਦਾ ਇਲਜ਼ਾਮ ਬਹੁਤੇ ਵਿਅਕਤੀ ਬਹੁਤੇ ਵੱਡੇ ਵਿਅਕਤੀਆਂ ਤੇ ਲੱਗਦੇ ਆਏ ਨੇ ਜਦੋਂ ਆਪਾਂ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਆਪਣੇ ਆਪ ਤੇ ਪਹਿਰਾ ਲਾਇਆ ਹੋਇਆ ਉਹ ਕਹਿੰਦਾ ਵੀ ਮੇਰੀ ਮਾਂ ਵੀ ਡੇਰੇ ਵਿੱਚ ਨਹੀਂ ਆ ਸਕਦੀ ਕੱਲੀ ਉਹਨੂੰ ਵੀ ਇਹ ਇੰਸਟਰਕਸ਼ਨ ਹੈ ਬਾਪ ਦੇ ਨਾਲ ਆਉਣਾ ਪਿੱਛੋਂ ਦੇਖੂ ਕੋਈ ਬੀਬੀ ਜਾ ਰਹੇ ਅੰਦਰ ਕਹਾਣੀ ਬਣ ਜਾਣੀ ਹੈ ਤੇ ਦੂਜੇ ਪਾਸੇ ਇੱਕੋ ਓਵਰਨਾਈਟ ਹੀ ਇੰਨੀ ਵੱਡੀ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਬਸ ਬੇਨਤੀ ਇਹ ਆ ਬਈ ਮੈਂ ਉਹ ਜਿਹੜਾ ਪ੍ਰੋਗਰਾਮ ਅਸਲ ਦੇ ਵਿੱਚ ਪਹਿਲਾਂ ਦਿਖਾ ਰਿਹਾ ਸੀ ਉਹ ਮੈਂ ਸੁਣ ਨਹੀਂ ਸਕਿਆ ਪਰ ਕੁਦਰਤੀ ਮੈਂ ਲੇਟ ਆਇਆ ਸੀਗਾ ਤੇ ਜਦ ਤੱਕ ਬਾਬਾ ਜੀ ਦਾ ਆਪ ਸਪਸ਼ਟੀਕਰਨ ਜਿਹੜਾ ਉਹਨਾਂ ਦਾ ਸੀਗਾ ਨਾ ਜੀ ਰਿਕਾਰਡਿੰਗ ਉਹ ਸੀਗੀ ਕਿਉਂਕਿ ਮੈਨੂੰ ਸਾਰੇ ਤੱਥ ਦਾ ਪਤਾ ਨਹੀਂ ਸੀ ਫਿਰ ਮੈਂ ਲੇਟ ਜਿਹਦਾ ਰਣਜੀਤ ਨੂੰ ਫੋਨ ਕੀਤਾ ਮੈਂ ਕਿਹਾ ਵੀ ਭਾਜੀ ਵੀ ਕੀ ਗੱਲ ਹੋਈ ਆ ਵੀ ਇਹ ਉਹਨਾਂ ਦੀ ਗੱਲ ਤਾਂ ਉਹ ਸੁਣਾ ਰਹੇ ਆ ਵੀ ਉਸ ਤੋਂ ਪਹਿਲਾਂ ਕੀ ਹੋਈ ਆ ਵੀ ਮੈਂ ਤਾਂ ਥੋੜ੍ਹਾ ਲੇਟ ਆਇਆ ਉਹਨਾਂ ਨੇ ਮੈਨੂੰ ਦੱਸਿਆ ਵੀ ਤੇ ਇੱਦਾਂ ਆਹ ਕਹਾਣੀ ਹੋਈ ਆ ਤੇ ਜੋ ਕੁਛ ਮੈਂ ਅਨੁਭਵ ਕੀਤਾ ਦੇਖੋ ਜਦੋਂ ਕੋਈ ਵੀ ਆਪਾਂ ਜਵਾਬ ਜਿੱਦਾਂ ਆਪਾਂ ਕਈ ਵਾਰੀ ਹੁੰਦਾ ਨਾ ਜਿੱਦਾਂ ਤੁਸੀਂ ਕਹਿੰਦੇ ਵੀ ਜਿੱਦਾਂ ਜਿੱਦਾਂ ਕੋਈ ਬੰਦਾ ਸਾਹਮਣੇ ਬੈਠਾ ਤਾਂ ਆਪਾਂ ਕਹਿੰਦੇ ਵੀ ਜਿੱਦਾਂ ਫੇਸ ਜਿੱਦਾਂ ਲੈਂਗੁਏਜ ਆ ਤੇ ਜਦੋਂ ਕੋਈ ਬੰਦਾ ਬੋਲਦਾ ਇੱਕ ਹੁੰਦਾ ਬਈ ਉਹਦੇ ਤੁਸੀਂ ਅਨੁਭਵ ਕਰ ਲੈਂਦੇ ਆ ਬੋਡੀ ਲੈਂਗੁਏਜ ਹਾਂ ਉਹਦੇ ਤੁਸੀਂ ਅਨੁਭਵ ਕਰ ਲੈਂਦੇ ਆ ਬਈ ਇਹਦੇ ਚ ਕਿੱਥੇ ਕੁ ਤੱਕ ਜਿਹੜਾ ਸਧਾਰਨ ਬੰਦਾ ਵੀ ਅੰਦਾਜ਼ਾ ਲਾਉਂਦਾ ਵੀ ਬੰਦਾ ਕੋਈ ਗੱਲ ਬਣਾ ਰਿਹਾ ਹੈਗਾ ਜਾਂ ਕੋਈ ਅੰਦਰੋਂ ਗੱਲ ਆ ਰਹੀ ਆ ਜੋ ਕੁਝ ਮੈਂ ਬਾਬ ਕੇ ਦੇਖੋ ਮਤਲਬ ਮੈਨੂੰ ਇਹ ਲੱਗਾ ਭਾਈ ਉਹਨਾਂ ਨੇ ਕਾਫੀ ਦੁਖੀ ਹੋ ਕੇ ਜੋ ਕੁਝ ਉਹਨਾਂ ਦੀ ਉਹ ਸਪਸ਼ਟੀਕਰਨ ਸੀਗਾ ਫਿਰ ਦੂਜੇ ਦਿਨ ਫਿਰ ਮੈਂ ਦੁਪਹਿਰ ਨੂੰ ਕੁਦਰਤੀ ਆਇਆ ਤੇ ਫਿਰ ਉਹ ਮੈਂ ਸਾਰਾ ਹੀ ਫੇਰ ਸੁਣਿਆ ਉਹਦੇ ਤੇ ਜੋ ਕੁਝ ਮੈਂ ਅਨੁਭਵ ਕੀਤਾ ਭਾਈ ਉਹਨਾਂ ਨੂੰ ਬਿਲਕੁਲ ਫਰੇਮ ਕੀਤਾ ਗਿਆ ਮੈਨੂੰ ਉਹਦੀ ਸੱਚਾਈ ਬਿਲਕੁਲ ਨਹੀਂ ਲੱਗੀ ਜਿੱਦਾਂ ਜੋ ਕਹਿੰਦੇ ਕਿ ਤੱਥ ਸਾਡੇ ਕੋਲ ਨਹੀਂ ਕੋਈ ਵੀ ਪਿਆ ਸੀ ਉਹਨੂੰ ਜੋ ਕੁਛ ਅਨੁਭਵ ਕੀਤਾ ਜੋ ਕੁਛ ਦਿਸਿਆ ਜੋ ਕੁਛ ਉਹਨਾਂ ਨੂੰ ਮਿਲੇ ਗਿਲੇ ਆ ਜੋ ਕੁਛ ਉਹਨਾਂ ਦੇ ਜੀਵਨ ਬਾਰੇ ਸਾਨੂੰ ਪਤਾ ਉਹਦੇ ਤੋਂ ਮੈਨੂੰ ਏਦਾਂ ਲੱਗਾ ਭਈ ਬਹੁਤ ਇੱਕ ਵੱਡੀ ਗਿਣਤੀ ਦੇ ਵਿੱਚ ਜੇ ਇਸ ਵੇਲੇ ਪ੍ਰਚਾਰ ਕੋਈ ਕਰਿਆ ਤੇ ਉਹ ਹੈਗਿਆ ਸੰਤ ਬਾਬਾ ਰਣਜੀਤ ਸਿੰਘ ਜੀ ਜਿੱਥੇ ਸੰਗਤ ਬਹੁਤ ਵੱਡੀ ਗਿਣਤੀ ਚ ਜੁੜਦੀ ਆ ਔਰ ਨਰੋਲ ਪ੍ਰਚਾਰ ਕਰਦੇ ਆ ਨਰੋਲ ਸਿੱਖੀ ਦਾ ਪ੍ਰਚਾਰ ਤੇ ਜਿਹੜੀਆਂ ਐਂਟੀ ਸਿੱਖੀ ਦੀਆਂ ਜਿਹੜੀਆਂ ਤਾਕਤਾਂ ਹੈਗੀਆਂ ਉਹਨਾਂ ਨੇ ਕੋਈ ਆਪ ਤਾਂ ਕੋਈ ਕਲਾ ਨਹੀਂ ਉਹਨਾਂ ਕੋਲ ਇਸ ਤਰ੍ਹਾਂ ਬੰਦੇ ਹੀ ਹੁੰਦੇ ਆ ਜਿਹੜੇ ਬੰਦਿਆਂ ਦੇ ਥਰੂ ਹੀ ਉਹਨਾਂ ਨੇ ਕੋਈ ਨਾ ਕੋਈ ਕਾਰਜ ਕਰਨੇ ਆ ਔਰ ਉਹ ਇਹ ਗੱਲ ਕਦੀ ਨੀ ਉਹਨਾਂ ਨੂੰ ਬਰਦਾਸ਼ਤ ਹੁੰਦੀ ਵੀ ਕੋਈ ਬੰਦਾ ਏਦਾਂ ਸਿੰਗਲ ਹੈਂਡਲ ਇੰਨਾ ਛੋਟੀ ਉਮਰ ਦਾ ਏਡਾ ਤਕੜਾ ਵੱਡਾ ਪ੍ਰਚਾਰ ਕਰੇ ਔਰ ਇਹ ਸਾਰਾ ਕੁਛ ਇਸ ਢੰਗ ਨਾਲ ਫਰੇਮ ਕੀਤਾ ਗਿਆ ਵੀ ਪ੍ਰਚਾਰ ਨੂੰ ਕਿੱਦਾਂ ਤਾਰਪੀਡੋ ਕਰਨਾ ਤੇ ਮੇਰੀ ਬੇਨਤੀ ਇਹ ਆ ਭਾਈ ਸਿੱਖ ਸੰਗਤਾਂ ਨੂੰ ਪਹਿਲੀ ਗੱਲ ਤੇ ਇਹ ਵੀ ਸਾਨੂੰ ਏਦਾਂ ਦੇ ਜਿਹੜੇ ਕੋਈ ਇਲਜ਼ਾਮ ਲਾਏ ਜਾਂਦੇ ਆ ਉਹਨਾਂ ਦੇ ਜੋ ਕਿਉਂਕਿ ਉਹਨਾਂ ਨੇ ਖੁੱਲੇ ਤੌਰ ਤੇ ਕਹਿੰਦਾ ਭਾਈ ਮੈਨੂੰ ਪੈਨਲ ਬਣਾਓ ਇੱਥੇ ਸੱਦ ਲਓ ਇੰਗਲੈਂਡ ਕਨੇਡਾ ਅਮਰੀਕਾ ਜਿੱਥੇ ਮਰਜ਼ੀ ਸੱਦ ਲਓ ਮੈਂ ਆਪਣਾ ਸਪਸ਼ਟੀਕਰਨ ਜਿਹੜਾ ਹੈਗਾ ਸੰਗਤਾਂ ਦੇ ਰੂਬਰੂ ਚੈੱਕ ਕਰਾ ਲਓ ਬਹੁਤ ਵੱਡੀ ਗੱਲ ਹੁੰਦੀ ਆ
ਵੀ ਮੈਂ ਦੇਣ ਲਈ ਤਿਆਰ ਹਾਂ। ਹੁਣ ਮੈਂ ਸਮਝਦਾ ਕਿ ਕੋਈ ਵੀ ਮੀਡੀਆ ਜਾਂ ਕੋਈ ਵੀ ਪ੍ਰਿੰਟਡ ਆ ਜਾਂ ਉਹ ਆਪਣੇ ਟੈਲੀਵਿਜ਼ਨ ਆ, ਸਾਨੂੰ ਇਹ ਜ਼ਰੂਰ ਚਾਹੀਦਾ ਵੀ ਅਸੀਂ ਕਿਸੇ ਗੱਲ ਦੀ ਪਹਿਲਾਂ ਤਹਿ ਤੱਕ ਉਹਦੀ ਖੋਜ ਜ਼ਰੂਰ ਕਰ ਲਈਏ, ਕਿਉਂਕਿ ਕਿਸੇ ਜੀਵਨ ਬੰਦੇ ਦਾ ਉਹੀ ਰੋਲ ਦੇਣਾ ਮੈਂ ਸਮਝਦਾ ਵੈਸੇ ਵੀ ਇੱਕ ਬਹੁਤ ਵੱਡਾ ਇਹ ਮਤਲਬ ਇਨਸਾਨੀਅਤ ਤੌਰ 'ਤੇ ਵੀ ਬਹੁਤ ਵੱਡਾ ਇੱਕ ਗੱਲ ਆ। ਹੁਣ ਜੇ ਯੋਗਾ ਤੋਂ ਗੱਲ ਕਰਦਾ, ਮੈਂ ਕਿਹਾ ਯੋਗਾ ਸਿੰਘ ਹਰ ਇੱਕ ਬੰਦੇ ਅੱਜ ਮਹਿਸੂਸ ਇੱਦਾਂ ਕਰਨ ਲੱਗ ਪਿਆ, ਤੇਰੇ ਮੇਰੇ ਕਾ ਬੰਦਾ ਵੀ ਜਿਹਨਾਂ ਨੇ ਤਕਰੀਬਨ ਬਹੁਤ ਲੰਮਾ ਸਮਾਂ ਲਾਇਆ ਵੀ ਕੋਈ ਬੰਦਾ ਕਿਸੇ ਸ਼ਹਿਰ 'ਚੋਂ ਸਾਡਾ ਤਾਂ ਕੰਮ ਹੀ ਉੱਦਾਂ ਦਾ ਆ ਵੀ ਉੱਥੇ ਜੋ ਮਰਜ਼ੀ ਵਾਲੀ ਕਿਸੇ ਨੇ ਬਣਾ ਕੇ ਕਿਸੇ ਲਾ ਦੇ ਵੀ ਫਲਾਣੇ ਦਾ ਵੀ ਜਨਾਨੀ ਉਹ ਗੱਡੀ 'ਚ ਬੈਠੀ ਸੀ ਜਾ ਸੀ ਤੇ ਉਹ ਤੇ ਦਸਾਂ ਮਿੰਟਾਂ ਦੇ ਵਿੱਚ ਸਾਰਾ ਕੁਝ, ਜਦ ਤੱਕ ਬੰਦੇ ਨੇ ਪੁੱਛਣਾ ਉੱਥੋਂ ਤਾਂ ਗੱਲ ਰੁੜ ਜਾਂਦੀ ਆ। ਇਸ ਕਰਕੇ ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਅਸੀਂ, ਠੀਕ ਹੈ ਸਾਨੂੰ ਇਹ ਇਹ ਮਾੜਾ ਨਹੀਂ ਜੇ ਕੋਈ ਮਤਲਬ ਟੈਲੀਵਿਜ਼ਨ ਜਾਂ ਕੋਈ ਦਿੱਤਾ, ਅਸੀਂ ਕਿਸੇ ਇਨਸਾਨ ਦਾ ਜੀਵਨ ਹੀ ਰੋਲ ਦਈਏ, ਇਹ ਵੀ ਇੱਕ ਇਨਸਾਨੀਅਤ ਨਹੀਂ ਹੈਗੀ, ਕਿੱਡਾ ਵੱਡਾ ਧਰੋਹ ਆ। ਇਸ ਕਰਕੇ ਮੈਂ ਸਮਝਦਾ ਕਿ ਇਹ ਇੱਦਾਂ ਦੀ ਗੱਲ ਲਿਆਉਣ ਤੋਂ ਪਹਿਲਾਂ ਜੇ ਕੋਈ ਵੀ ਬੰਦਾ ਲਿਆਉਂਦਾ ਉਹਨੂੰ ਕਹੋ ਵੀ ਭਾਈ ਦਫਤਰ ਸੁਣੋ, ਸਾਨੂੰ ਉਹਦੀ ਪੂਰੀ ਤਹਿ ਤੱਕ ਜਾਣ ਦੇ, ਪਤਾ ਕਰੋ ਸਾਰਾ ਕੁਛ। ਹਾਂ ਜੇ ਕੋਈ ਸੱਚਾਈ ਹੈਗੀ ਆ ਫਿਰ ਜਿੱਦਾਂ ਕਿਹਾ ਮੇਰੇ ਵੀਰਾਂ ਨੇ ਲਿਆਓ ਉਹਨੂੰ, ਪਰ ਬਿਨਾਂ ਸੱਚਾਈ ਤੋਂ ਬਿਨਾਂ ਤੱਥਾਂ ਤੋਂ ਆਪਾਂ ਜਦੋਂ ਇੱਕਦਮ ਕਾਹਲੇ ਪੈ ਜਾਂਦੇ ਹਾਂ ਵੀ ਇਹ ਗੱਲ ਜਿਹੜੀ ਹੈਗੀ ਠੰਡੀ ਨਾ ਹੋ ਜਾਵੇ, ਛੇਤੀ ਨਾ ਛੇਤੀ ਮਤਲਬ ਲਿਜਾ ਕੇ ਰੱਖੀਏ, ਉਹਦੇ ਨਾਲ ਅਸੀਂ ਬਹੁਤ ਵੱਡਾ ਨੁਕਸਾਨ ਕਰਦੇ ਹਾਂ, ਬਹੁਤ ਵੱਡਾ ਨੁਕਸਾਨ ਕਰਦੇ ਹਾਂ। ਔਰ ਮੈਂ ਸਮਝਦਾ ਕਿ ਸਾਨੂੰ ਇਹ ਬੇਨਤੀ ਜਿੱਦਾਂ ਹੈਗੀ ਸਮੂਹ ਸੰਗਤ ਨੂੰ ਕਰਨੀ ਚਾਹੀਦੀ ਆ ਕਿ ਉਹਨਾਂ ਦਾ ਬੜਾ ਤਗੜਾ, ਜਦੋਂ ਤੱਕ ਆਪਾਂ ਕੋਈ ਉਹਨਾਂ ਦੀ ਗੱਲ ਜਿਹੜੀ ਹੈਗੀ ਹੈ ਜਿਹਦੇ ਵਿੱਚ ਕੋਈ ਸੱਚਾਈ ਹੋਵੇ ਉਹ ਸੁਣ ਨਹੀਂ ਦਿੰਦੇ ਜਾਂ ਆਪਾਂ ਕੋਲ ਨਹੀਂ ਆਉਂਦੀ, ਆਪਾਂ ਨੂੰ ਪੂਰਾ ਉਹਨਾਂ ਦੇ ਨਾਲ ਸਤਿਕਾਰ ਕਰਨਾ ਚਾਹੀਦਾ। ਔਰ ਇਹ ਮੈਸੇਜ ਉਹਨਾਂ ਨੂੰ ਅੱਜ ਜਾਣਾ ਚਾਹੀਦਾ ਵੀ ਤੁਸੀਂ ਡਰ ਕੇ ਪ੍ਰਚਾਰ ਕਰੋ, ਇਹ ਐਂਟੀ ਸਿੱਖ ਜਿਹੜੀ ਮਤਲਬ ਲੋਬੀ ਹੈਗੀ ਆ ਇਹ ਉਹਨਾਂ ਦਾ ਕੰਮ ਆ, ਉਹ ਬੰਦੇ ਕਰ ਰਹੇ। ਹਾਂ ਉਹਨਾਂ ਕੋਲ ਕੋਈ ਸਬੂਤ ਹੈਗੀ ਉਹ ਲਿਆਉਣ, ਸਕਦਾ ਉਹ ਦੇਖਣਗੇ ਉਸ ਤੋਂ ਬਾਅਦ ਬਾਕੀ ਉਹਦੇ ਤੇ ਵਿਚਾਰ ਕੀਤੀ ਜਾਵੇ, ਪਰ ਐਵੇਂ ਬਿਨਾਂ ਵਜਾ ਆਪਾਂ ਇੱਕ ਮਹਾਂਪੁਰਖ ਤੇ ਏਡਾ ਜਿੱਦਾਂ ਵੱਡਾ ਐਲੀਗੇਸ਼ਨ ਲਾ ਦੇਣਾ ਇਹ ਉਹਨਾਂ ਨਾਲ ਬਿਲਕੁਲ ਬੇਇਨਸਾਫੀ ਔਰ ਧੱਕਾ ਹੈ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਸੋ ਭਾਈ ਅਮਰੀਕ ਸਿੰਘ ਜੀ ਗੱਲ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ। ਸੋ ਅਸੀਂ ਗੱਲ ਕਰ ਰਹੇ ਹਾਂ ਸੰਤ ਤਰਨਜੀਤ ਸਿੰਘ ਢੱਡਿਆਂ ਵਾਲੇ, ਜਿਹਨਾਂ ਤੇ ਬਹੁਤ ਵੱਡਾ ਇਲਜ਼ਾਮ ਲਗਾ ਕੇ ਬਹੁਤ ਵੱਡਾ ਸਨਸਨੀ ਖੜੀ ਕਰ ਦਿੱਤੀ ਗਈ ਹੈ, ਤੇ ਅਸੀਂ ਹੁਣ ਜਥੇਦਾਰ ਸਾਹਿਬ ਭਾਈ ਬਲਵੀਰ ਸਿੰਘ ਉਹਨਾਂ ਨੂੰ ਵੀ ਸਵਾਲ ਪੁੱਛਾਂਗੇ। ਇਹਦੇ ਨਾਲ ਬੇਨਤੀ ਹੈ ਸਾਰੇ ਪੈਨਲ ਨੂੰ ਕਿ ਕੋਈ ਵੀ ਹੱਥ ਖੜਾ ਕਰ ਦੇਵੇ ਇਸ ਮੁੱਦੇ ਤੇ ਬੋਲਣਾ ਚਾਹੁੰਦਾ। ਤੇ ਭਾਈ ਸਾਹਿਬ ਜੀ, ਜਦੋਂ ਪੰਜਾਬ ਛੱਡ ਰਿਹਾ ਸੀ ਉਦੋਂ ਵੀ ਇੱਕ ਸਲੋਗਨ ਜਿਹਾ ਚੱਲਦਾ ਸੀ ਮੀਡੀਆ ਵਿੱਚ ਕਿ ਪੰਜਾਬ ਇਜ਼ ਬਰਨਿੰਗ ਬਟ ਮੀਡੀਆ ਇਜ਼ ਅਰਨਿੰਗ। ਸੋ ਮੀਡੀਆ ਦਾ ਇਹ ਹੁੰਦਾ ਕਿ ਜਿੰਨੀ ਜ਼ਿਆਦਾ ਸਨਸਨੀ ਕੇਸ ਅੱਗ ਲੱਗੇ ਜ਼ਿਆਦਾ, ਜਿੰਨਾ ਜ਼ਿਆਦਾ ਧਮਾਕਾ ਹੋਵੇ ਓਨਾ ਉਹਦੀ ਵਿਊਅਰਸ਼ਿਪ ਵੱਧਦੀ ਹੈ, ਕਿਉਂਕਿ ਲੋਕੀ ਨਿੰਦਾ ਜ਼ਿਆਦਾ ਸੁਣਦੇ ਆ ਤੇ ਸੋਭਾ ਕਿਸੇ ਤੋਂ ਨਹੀਂ ਬਰਦਾਸ਼ਤ ਹੁੰਦੀ ਕਈ ਵਾਰੀ। ਸੋ ਅੱਜ ਜਿਹੜਾ ਓਵਰਨਾਈਟ ਹੀ ਇੱਕ ਵਿਅਕਤੀ ਦਾ ਸਿਰ ਕੱਟ ਕੀਤਾ ਗਿਆ, ਇੰਨਾ ਵੱਡਾ ਇਲਜ਼ਾਮ ਤੇ ਇਸ ਤਰੀਕੇ ਦੇ ਨਾਲ ਉਹਨੂੰ ਮੀਡੀਆ ਵਿੱਚ ਉਛਾਲਿਆ ਗਿਆ, ਤੁਸੀਂ ਕੀ ਕਰਦੇ? ਮੈਂ ਭਾਈ ਸਾਹਿਬ ਜਿਹੜੀ ਆਪਣੇ ਸੁਖਵਿੰਦਰ ਸਿੰਘ ਆ ਜਿਹੜੀ ਉਹ ਇੰਟਰਵਿਊ ਦੇ ਰਿਹਾ ਸੀ ਉਹ ਵੀ ਸੁਣੀ ਜੀ, ਤੇ ਭਾਈ ਸਾਹਿਬ ਰਣਜੀਤ ਸਿੰਘ ਹੋਣਾ ਦੀ ਵੀ ਸਾਰੀ ਗੱਲਬਾਤ ਮੈਂ ਸੁਣੀ। ਜਿਹੜੀ ਉਹਦੀ ਇੰਟਰਵਿਊ ਦੇ ਵਿੱਚ ਮੈਨੂੰ ਇਹ ਲੱਗਾ ਮੇਰੇ ਕੇਸ ਕਦਰ ਕਰ ਦਿੱਤੇ ਪੁਲਿਸ ਵਾਲੇ ਨੇ, ਇਹਨਾਂ ਦੇ ਕਹਿਣੇ ਦੇ ਕਦਰ ਕੀਤੇ ਆ। ਏਦਾਂ ਦੀ ਇੱਕ ਸਟੋਰੀ ਇੱਥੇ ਮੈਂ ਸਕੋਟਲੈਂਡ ਵਿੱਚ ਹੋਈ ਸੀ, ਉੱਥੇ ਕਿਸੇ ਮੁੰਡੇ ਨੇ ਕੇਸ ਕਤਲ ਕਰ ਲਏ ਆਪੇ, ਕਹਿਤਾ ਗੋਰਿਆਂ ਨੇ ਕਦਰ ਕਰ ਦਿੱਤੇ ਚਾਹੁੰਦਾ ਤੂੰ ਵਾਪਸੀ। ਦੂਜਾ ਆ ਵੀ ਮੈਨੂੰ ਏਦਾਂ ਲੱਗਾ ਆ ਵੀ ਜੇ ਉਹ 25 ਲੱਖ ਰੁਪਈਆ ਛਪਾਉਣ ਦੀ ਖਾਤਰ ਇਲਜ਼ਾਮ ਉਹਨਾਂ ਨੇ ਮੜ ਰਿਹਾ ਹਾਂਜੀ, ਤੇ ਹਾਈ ਕੋਰਟ ਦਾ ਸ਼ਾਇਦ ਵਕੀਲ ਵੀ ਕਰ ਰਿਹਾ। ਔਰ ਬੜੇ ਚਲੋ ਉਹਨਾਂ ਨੇ ਤਾਂ ਆਪਣਾ ਰੋਜ਼ੀ ਰੋਟੀ ਕਮਾਉਣਾ ਹੁੰਦਾ, ਜਿੱਦਾਂ ਮੀਡੀਆ ਵਾਲੇ ਕਮਾ ਰਹੇ ਏਦਾਂ ਉਹ ਵੀ ਕਮਾ ਰਹੇ ਆ, ਤੇ ਪਰ ਕਿਸੇ ਤੇ ਗਲਤ ਇਲਜ਼ਾਮ ਲਾਉਣਾ ਬਿਨਾਂ ਸਬੂਤ ਤੋਂ ਬੜੀ ਮਾੜੀ ਗੱਲ, ਚਾਹੇ ਉਹਨਾਂ ਸੰਸਥਾ ਤੇ ਲਾਇਆ ਚਾਹੇ ਹੋਰ ਵੀ ਕਿਸੇ ਗਰੀਬ ਉੱਤੇ ਵੀ ਲਾਉਣਾ ਵੀ ਗਲਤ ਹੈ ਹਾਂਜੀ। ਤੇ ਮੈਨੂੰ ਤਾਂ ਇਹ ਲੱਗਾ ਆ ਵੀ ਇਹ ਮੀਡੀਆ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ, ਖਾਸ ਕਰਕੇ ਸਾਡੇ ਬਹੁਤ ਹਮਲੇ ਹੋ ਰਹੇ ਆ, ਚਾਰਜ ਰੇਡ ਸਾਡੇ ਤੇ ਇੰਟੈਲੀਜੈਂਸ ਵੀ ਕਰ ਰਹੀ ਹੈ, ਗੌਰਮੈਂਟ ਵੀ ਕਰ ਰਹੀ ਆ, ਸਾਡਾ ਪ੍ਰਚਾਰ ਰੋਕਣ ਦੀ ਸਾਰੀ ਗੱਲ ਪ੍ਰਚਾਰ ਰੋਕਣ ਦੀ ਗੱਲ ਹੀ ਹੋ ਰਹੀ ਹੈ, ਇਹ ਪ੍ਰਚਾਰ ਕਿਉਂ ਹੋ ਰਿਹਾ ਜੇ ਸਿੰਘ ਸਾਜ ਗਏ ਤੇ ਸਾਡੇ ਮੂਹਰੇ ਖੜ ਜਾਣਗੇ ਆਪਣੇ ਹੱਕ ਲੈਣੇ ਸ਼ੁਰੂ ਕਰ ਦੇਣਗੇ। ਇਹ ਹੁਣ ਗੱਲ ਹੈ ਵੀ ਇੰਨੀ ਵੱਡੀ ਲਹਿਰ ਬਣ ਗਈ ਬਲਵੰਤ ਸਿੰਘ ਇਸ਼ੂ ਤੇ, ਹੈਨਾ ਉਸ ਲਹਿਰ ਨੂੰ ਡਰ ਕੇ ਬੋਲਿਆ, ਉਸ ਲਹਿਰ ਨੂੰ ਤਾਂ ਇਹ ਜਿਹੜਾ ਪ੍ਰਚਾਰਕ ਲਹਿਰ ਨੂੰ ਤਾਰ ਪੀਟੋ ਕਰਨ ਵਾਸਤੇ ਜੋ ਕੁਛ ਹੋ ਰਿਹਾ ਮੈਂ ਤਾਂ ਇਹ ਅਨੁਭਵ ਕੀਤਾ। ਪਰ ਸਾਡਾ ਜਿਹੜਾ ਮੀਡੀਆ ਦਾ ਖਾਸ ਕਰਕੇ ਜਿਹੜਾ ਆਪਣਾ ਇੱਥੇ ਦਾ ਮੀਡੀਆ ਆ ਉਹਨੂੰ ਸੁਚੇਤ ਰਹਿਣਾ ਚਾਹੀਦਾ ਆ, ਉਦੋਂ ਉਹਨੂੰ ਏਦਾਂ ਦੁੱਧਾ ਖੜੀ ਕਰਨ ਵਿੱਚ ਬੜਾ ਵੱਡਾ ਪਾਪ ਆ।
पर जे गलत नहीं है वो सही है तो अपनी ड्यूटी बनती है उन्होंने सहयोग दें उन्होंने प्रचार जारी रहे जे कोई सबूत लिया आप बिलकुल सबूत वाले खड़े होवे बेनती करूंगा उन्होंने अगर कोई इस मुद्दे से विचार देने क्योंकि काफी नजदीक रहे ने संगत टीवी इन्होंने शख्सियत का बहुत वड्डा सहयोग है जरूर अपने विचार देने उस तों बाद भाई हरदीप सिंह अपने विचार देंगे मैं तो यही कहूंगा ये जो दो मीडिया गुरुदान ने कृपा की है सिख कौम के वास्ते बख्शिश की है मैं तो बख्शिश ही कहूंगा इस बख्शिश में अभी बख्शिश ही समझिए तो भाई साहब जी भाई महेंद्र सिंह जी जो भी मीटिंग में आए ना उन्होंने आख्या कि दो धार रखनी मैंने समझ नहीं आती थी कि दो धार रख कई बार देखो आप राजू होना के संबंध में इसको सिख कौम के हित वास्ते यूज किया कितने अभी साड़ी गल गई नहीं तो साड़ी गल कभी सुनी नहीं जाती थी हुण पंजाब दे विच भी दो चार टैलीविजन सिखा दे अपने है बेशक सारा दिन धार्मिक प्रोग्राम नहीं हुए जिस तरह डे एंड नाइट है चढ़ती कला टीवी टाइम टीवी है इस तरह एक सेवन सीज है उन्होंने भी पीटीसी है फास्ट एक होर है जी केबल चलती है उन्हें सारे ने जो है पर मैं उन्होंने दिनों इंडिया से जिन्ना दूसरा मीडिया से उन्होंने तकरीबन तुम जिन्ने डिबेट उन्होंने देखो कोई भी साढ़े हक की गल नहीं है जी ऐसे तुम इंटरनेट से देख सकते थे मैं तो उन्होंने दिनों में इंडिया से जे साड़ी गल की है तो सिख नहीं होंगे सो मैं हूं भी कहांगा कि इस नी कभी भी ऐसा प्रोग्राम ना दे जिदे सिखा दे मन टुटन शरदा टुटे हाँ जे बिल्कुल किसी ने इदा का कार्य कर दिता है भाई फिर भी साडा हक बनता है जिस स्टेज पर इस टाइम बाबा रणजीत सिंह है साढ़े को कौम को बहुत घट हीरो आ मैं कहांगा ये गुरु साहब की बख्शिश है कि साड़ी कौम कोई ऐसा प्राणी है जिन्हों सुन तो कोई जाता मैं कहना हमने मस्कीन जी वर्गे बहुत महान विद्वान व्यक्ति हुए पर सरोते उन्होंने जमानिया किन्ने होंगे पर मैं आप भाई हरदीप सिंह जी के पिंड प्रोग्राम से बाबा रणजीत सिंह जी का तो मैं भी कुदरत गया मैं क्या यार मैं भी देख आवा नहीं तो डेरेदार साधन मेरी बहुत घट गई जेडे अपने डेरे सीधी जी गल पर मैं इन्हों का प्रोग्राम देखा सारा प्रोग्राम वो मेरा पहला सी प्रोग्राम जो मैं आप बिच बैठ के देखा सारा गुरु ग्रंथ साहब जी के लड़ रहा उन्होंने हूं तो चलो साड़ी उन्होंने कुछ नेता पहले ना कि वध है उस संगत टीवी के जिस तरह बाबा जी बड़ू साहब वाले पैटर्न ने भाई महेंद्र सिंह जी साडे ट्रस्ट के वो हैड ने इसे तरह ही बाबा सेवा सिंह जी ने इसे तरह ही बाबा रणजीत सिंह भी साढ़े पैटर्न ने मैं ये कहूँगा कि कभी भी इन्होंने नहीं कोई होर भी थोड़ा बहुत भी पंथरी जो कोई करता है अगर कोई गल आई है साडा पहला हक बनता मीडिया का तो वो पार्टनर संपर्क करिए भाई जी ढाई गल आई है ये बारे तुम दसो जो वो साड़ी नहीं करवाते फिर साडा हक बनता पहला श्री अकाल तख्त साहब ना कि अभी अपना चंगा आप ही कट्टी जाइए पाऊ और मैं उस दिन भी जो ये गल शुरू हुई है मैं 6:53 से मेरा फोन भाई साहब ने नहीं चुकया बल मैं उन्होंने टैक्स भेजा कि बल जी ये जो तुम प्रोग्राम दे रहे हैं सिख कौम के हक नहीं जाना और ना ध्यान हक की गल है इन जिनी छेती हो सकता स्टॉप कर और एक मिनट तो पहला उनका सुनेहा आ गया मैं उस वेले टैक्स मैसेज मेरे को है मैं हूने ही बंद कर दूंगा है पर मैं उन्होंने धन्यवाद फिर भेज दिता अद मिनट के मैं क्या बहुत ज्यादा धन्यवाद पर
ਔਰ ਉਹਨਾਂ ਦਾ ਮੈਸੇਜ ਆਇਆ ਮੈਂ ਤੈਨੂੰ ਮਿਲਣਾ ਚਾਹੁੰਦਾ। ਮੈਂ ਕਿਹਾ ਜਦੋਂ ਮਰਜ਼ੀ ਮਿਲ ਲਿਓ, ਜਦੋਂ ਸੱਤ ਅੱਠ ਮਿੰਟ ਹੋ ਗਏ ਮੈਂ ਫਿਰ ਸੁਨੇਹਾ ਭੇਜਿਆ, ਮੈਂ ਕਿਹਾ ਨੌ ਹੁਣ ਤਾਂ ਤੁਸੀਂ ਬਹੁਤ ਲੇਟ ਹੋ। ਇੱਥੇ ਸਾਡੇ ਰੇਡੀਓ ਚੱਲਦੇ ਹੁੰਦੇ ਸੀ, ਉਹਨਾਂ ਨੇ ਸਦਾ ਹੀ ਸੰਤਾਂ ਮਹਾਂਪੁਰਸ਼ਾਂ ਦਾ ਵਿਰੋਧ ਕੀਤਾ, ਪਰ ਉਹਨਾਂ ਦੀ ਵੀ ਕੋਈ ਹੱਦ ਹੁੰਦੀ ਸੀ ਜਿੱਥੇ ਉਹ ਜਿਹੜੇ ਉਹ ਕਰਦੇ ਸੀ। ਪਰ ਉਸ ਦਿਨ ਪ੍ਰਜੈਂਟਰਾਂ ਨੇ ਜੋ ਕੀਤਾ ਉਹਨਾਂ ਨੇ ਹੱਦ ਨਹੀਂ ਦਿੱਤੀ, ਬਹੁਤ ਨੀਵੀਂ ਪੱਧਰ ਦੇ ਸਵਾਲ ਕੀਤੇ। ਇੱਥੇ ਤੱਕ ਪੁੱਛਿਆ ਗਿਆ ਕਿ ਭਾਈ ਜੀ ਹੁਣ ਬਾਬੇ ਬਾਰੇ ਗੱਲ ਦੱਸੋ, ਜੇ ਉਹਦੇ ਬਾਰੇ ਕੋਈ ਹੈਗੀ ਆ ਕੋਈ ਚੰਗੀ ਮੰਦੀ। ਸੋ ਇਸ ਤਰ੍ਹਾਂ ਦੀ ਗੱਲ ਤੋਂ ਸਾਨੂੰ ਸਾਰਿਆਂ ਨੂੰ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜੇ ਸਾਡੇ ਚੈਨਲ 'ਤੇ ਕੋਈ ਗਲਤ ਹੁੰਦਾ ਹੋਵੇ ਸਾਨੂੰ ਉਸੇ ਵੇਲੇ ਫੋਨ ਕਰਿਆ ਕਰੋ। ਮੈਂ ਤਿੰਨ ਵਾਰੀ ਉਹਨਾਂ ਨੂੰ ਫੋਨ ਕੀਤਾ, ਹਾਂਜੀ, ਇੱਕ ਸਾਲ ਦੇ ਵਿੱਚ, ਔਰ ਸਿੱਧਾ ਕੀਤਾ ਉਹਨਾਂ ਨੂੰ। ਇੱਕ ਦਿਨ ਉਹਨਾਂ ਨੇ ਭਾਈ ਰਾਜਵਾਣੀ ਦੀ ਭੈਣ ਬਦਲੇ ਅਪੀਲ ਸ਼ੁਰੂ ਕੀਤੀ ਸੀ। ਉਦਣ ਵੀ ਮੈਂ ਉਹਨਾਂ ਨੂੰ ਟੈਕਸਟ ਕੀਤਾ ਸੀ, ਉਹਨਾਂ ਚੱਕਦੇ ਨਹੀਂ ਸੀ, ਉਹਨਾਂ ਦਾ ਫੋਨ ਆ ਗਿਆ। ਮੈਂ ਕਿਹਾ ਇਹ ਅਪੀਲ ਭਾਈ ਜੀ ਤੁਸੀਂ ਬੰਦ ਕਰ ਦਿਓ, ਉਹ ਤਾਂ ਫਾਂਸੀ ਲੱਗ ਰਹੇ ਆ, ਉਹਨਾਂ ਨੂੰ ਉਹ ਤਾਂ ਪੈਸੇ ਆਪਾਂ ਉਹਨਾਂ ਨੇ ਕੀ ਕਰਨਾ ਹੈਗਾ। ਚਲੋ ਉਹਨਾਂ ਨੇ ਉੱਥੇ ਵੇਲੇ ਉਦਣ ਮੇਰੀ ਗੱਲ ਮੰਨ ਲਈ, ਪਰ ਇਸ ਦਿਨ ਉਹ ਲੇਟ ਹੋ ਗਏ। ਮੈਂ ਨਹੀਂ ਕਹਿੰਦਾ ਕਿ ਉਹਨਾਂ ਦੀ ਨੀਤ ਵਿੱਚ ਕੋਈ ਫਰਕ ਹੋਏਗਾ, ਹਾਂਜੀ, ਪਰ ਮੈਂ ਫਿਰ ਵੀ ਉਹਨਾਂ ਨੂੰ ਅੱਗੇ ਤੋਂ ਬੇਨਤੀ ਕਰਾਂਗਾ, ਇਹ ਕੰਮ ਸਾਡੇ ਨਾਲ ਮਹਾਸ਼ਾ ਅਖਬਾਰਾਂ ਕਰਨੀਆਂ ਹੁੰਦੀਆਂ, ਸਾਡੇ ਸੰਤਾਂ ਦੀਆਂ ਮਹਾਂਪੁਰਸ਼ਾਂ ਦੀਆਂ, ਇੱਥੇ ਤੱਕ ਸਾਡੇ ਗੁਰੂਆਂ ਦਾ ਵੀ ਉਹ ਮਜ਼ਾਕ ਉਡਾਉਂਦੇ ਹੁੰਦੇ, ਕਿਉਂਕਿ ਮੀਡੀਆ ਉਹਨਾਂ ਦੇ ਹੱਥ ਸੀ, ਸਾਡੇ ਕੋਲ ਕੋਈ ਅਖਬਾਰਾਂ ਨਹੀਂ ਸੀ। ਹੁਣ ਤਾਂ ਸਾਡੇ ਕੋਲ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਦੋ ਟੀਵੀ ਆ, ਅਸੀਂ ਜਿੰਨੇ ਪ੍ਰੋਗਰਾਮ ਹੈ ਸਿੱਖਾਂ ਦੀ ਚੜ੍ਹਦੀ ਕਲਾ ਦੇ ਦਿਆ ਕਰੀਏ, ਔਰ ਜੋ ਬਾਬਾ ਰਣਜੀਤ ਸਿੰਘ ਆਪਣੀ ਸੇਵਾ ਕਰਦੇ ਹਨ ਉਹ ਜਾਰੀ ਰੱਖਣ। ਅਗਰ ਕੋਈ ਕਿਸੇ ਦੀ ਸ਼ਿਕਾਇਤ ਹੋਵੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਾਨੂੰ ਭੇਜਣੀ ਚਾਹੀਦੀ ਹੈ, ਅਤੇ ਜੋ ਉੱਥੋਂ ਫੈਸਲਾ ਆਵੇ ਸਾਨੂੰ ਉੱਥੇ ਨਾ ਉੱਥੇ। ਮੈਨੂੰ ਯਾਦ ਹੈ ਮੈਨੂੰ ਇੱਕ ਮਿਲਿਆ, ਮੇਰਾ ਗਾਹਕ ਹੁੰਦਾ ਸੀਗਾ ਜਿਹਨਾਂ ਨੂੰ ਕਹਿੰਦੇ ਆ ਯਹੂਦੀ, ਇਹ ਤਾਂ ਸਾਡੇ ਧਰਮ ਦੀ ਲੀਡਰ ਦੀ ਗੱਲ ਆ, ਉਹ ਵਪਾਰ ਦਾ ਕੇਸ ਵੀ ਕੋਰਟ 'ਚ ਨਹੀਂ ਲਿਜਾਂਦੇ ਨਾ ਮੀਡੀਆ 'ਚ ਲੈ ਕੇ ਜਾਂਦੇ ਆ। ਉਹਨਾਂ ਦੇ ਵਪਾਰ 'ਚ ਵੀ ਕਿਸੇ ਨੇ ਦਾ ਲੈਣ ਦੇਣ ਹੋ ਗਿਆ ਨਾ, ਨਹੀਂ ਪੈਸੇ ਦਿੰਦਾ, ਉਹ ਪੰਜ ਰਵਾਈ ਉਹ ਇਕੱਠੇ ਕਰਦੇ, ਜੇ ਰਵਾਈ ਉਹਨਾਂ ਦੇ ਫੈਸਲਾ ਉਹਦੇ ਹੱਕ 'ਚ ਜਾਂ ਜੇ ਗਲਤ ਆ ਜਿਹੜਾ ਬੰਦਾ, ਜੇ ਫਿਰ ਉਹਨੂੰ ਛੇਕ ਦਿੰਦੇ ਆ ਤਾਂ ਦੂਸਰਾ ਮੁੜ ਕੇ ਉਹਨਾਂ ਕੋਈ ਵਪਾਰ ਨਹੀਂ ਕਰਦਾ ਜਿਹੜੀ ਮੁੜ। ਸੋ ਸਾਨੂੰ ਸਾਡੀ ਜਿਹੜੀ ਪਰੰਪਰਾ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਉੱਥੇ ਨੂੰ ਹੀ ਜਾਣਾ ਚਾਹੀਦਾ ਜੇ ਕੋਈ ਗੱਲ ਹੈ। ਬਹੁਤ ਮਿਹਰਬਾਨੀ। ਸੋ ਭਾਈ ਰਣਜੀਤ ਸਿੰਘ ਉਹਨਾਂ ਨੇ ਬਹੁਤ ਹੀ ਵਧੀਆ ਸਮਝ ਕੀਤੀ ਗੱਲ ਕਿ ਪੰਜ ਪ੍ਰਧਾਨੀ ਜਿਹੜਾ ਕਦੇ ਗੁਰੂ ਸਾਹਿਬ ਨੇ ਸਾਨੂੰ ਪ੍ਰਬੰਧ ਦਿੱਤਾ ਸੀਗਾ ਕਿ ਪੰਜ ਗੁਰਸਿੱਖਾਂ ਤੋਂ ਅਸੀਂ ਆਪਣੇ ਫੈਸਲੇ ਕਰਵਾ ਸਕਦੇ ਹਾਂ, ਉਹਨਾਂ ਦੇ ਫੈਸਲੇ ਸਾਨੂੰ ਮੰਨਣੇ ਚਾਹੀਦੇ ਨੇ, ਅਤੇ ਦੁਨਿਆਵੀ ਅਦਾਲਤਾਂ ਤੋਂ ਦੁਨਿਆਵੀ ਲੋਕਾਂ ਤੋਂ ਦੂਸ਼ਣਬਾਜ਼ੀ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ, ਅਤੇ ਕਾਸ਼ ਅੱਜ ਅਸੀਂ ਇਹਨਾਂ ਗੱਲਾਂ ਨੂੰ ਤਸਦੀਕ ਕਰ ਸਕੀਏ। ਅਤੇ ਇਹਦੇ ਨਾਲ ਹੀ ਸੰਤ ਬਾਬਾ ਰਣਜੀਤ ਸਿੰਘ ਢੱਡਰਿਆਂ ਵਾਲਾ ਜਿਨ੍ਹਾਂ ਦੇ ਉਹਨਾਂ ਬਾਰੇ ਗੱਲ ਕਰ ਰਹੇ ਹਾਂ ਆਪਾਂ, ਉਹਨਾਂ ਨੇ ਖੁੱਲ੍ਹੇਆਮ ਇਹ ਬਿਲਕੁਲ ਐਲਾਨ ਕੀਤਾ ਕਿ ਕੋਈ ਵੀ ਜਾਇਦਾਦ ਪਰਮੇਸ਼ੁਰ ਦੁਆਰਾ ਵੀ ਉਹਨਾਂ ਦੇ ਨਾਮ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਹੈ, ਨਾ ਉਹ ਕੋਈ ਪੈਸਾ ਰੱਖਦੇ ਨੇ। ਸੋ ਇਹ ਬੜੀ ਵੱਡੀ ਗੱਲ ਹੈ, ਲੇਕਿਨ ਤਾਂ ਵੀ ਉਹਨਾਂ 'ਤੇ ਇੰਨਾ ਵੱਡਾ ਗੰਭੀਰ ਇਲਜ਼ਾਮ ਲਗਾਇਆ ਗਿਆ। ਅਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਹੁਣੀ ਹਰਦੀਪ ਸਿੰਘ ਜੀ, ਉਹ ਇਸ ਮੁੱਦੇ 'ਤੇ ਆਪਣੇ ਵਿਚਾਰ ਦੇਣਗੇ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਤੇ ਜੀ ਸਾਹਿਬ, ਜਦੋਂ ਭਾਈ ਰਣਜੀਤ ਸਿੰਘ ਜੀ ਅੱਜ ਤੋਂ ਕੁਛ ਸਾਲ ਪਹਿਲਾਂ ਇੱਥੇ ਆਏ ਆ, ਤੇ ਉਦੋਂ ਇੱਕ ਚਰਚਾ ਦਾ ਵਿਸ਼ਾ ਬਣਿਆ, ਉਹਨਾਂ ਨੇ ਕੰਧੀ ਲਾਈ ਹੈ ਸਰ 'ਤੇ, ਉਹ ਮੱਥਾ ਟਕਾਉਂਦੇ ਆ, ਇਹ ਪ੍ਰਚਾਰ ਬਾਹਰ ਹੋਇਆ ਇੱਥੇ ਹੀ ਕੁਛ ਨਾ ਮਿਲ ਜਾ ਕੇ ਵੀ ਆਪਾਂ ਇਹਨੂੰ ਪ੍ਰਚਾਰ ਦਾ ਰੂਪ ਮੰਨ ਲਈਏ, ਆਪਾਂ ਨੂੰ ਜਾ ਕੇ ਮਿਲੀਏ। ਮੈਂ ਤੁਹਾਨੂੰ ਪੁੱਛੀ ਜੀ ਉਹ ਗਲਤ ਆ ਵੀ ਇਹਦਾ ਕਾਪਾਲ ਨਹੀਂ ਕਰਨਾ, ਅਤੇ ਉਹਨੂੰ ਰੁਕਿਆ ਅਤੇ ਅਸੀਂ ਜਾ ਕੇ ਮਿਲਿਆ ਉਹਨਾਂ ਨੂੰ, ਜਾ ਕੇ ਗੱਲ ਕੀਤੀ ਵੀ ਤੁਸੀਂ ਆਹ ਤਿਆਰ ਜੀ ਤੋਂ ਗੱਲ ਆ ਰਹੀ ਆ ਜੀ, ਭਾਈ ਵੀਰ ਸਾਹਿਬ ਪੰਜ ਛੇ ਕਹਿੰਦੇ ਗਏ ਉਹਨੂੰ ਮਿਲਣ ਵਾਸਤੇ ਜੀ ਜੀ, ਉਹ ਕਹਿੰਦੇ ਵੀ ਕਾਲਗੀ ਵਾਲੀ ਗੱਲ ਹੈ, ਕਦੀ ਵੀ ਸਬੂਤ ਹੋ ਜਾਵੇ ਮੈਂ ਖਾਲਸਾ ਸਾਹਿਬ ਦੇ ਪਹੁੰਚ ਲਿਆਉਂਗਾ ਅਤੇ ਮੈਨੂੰ ਜਿਹੜੀ ਉੱਥੋਂ ਸਜ਼ਾ ਮਿਲੀ ਮੈਂ ਲਾਉਂਗਾ। ਮੱਥਾ ਟੇਕਣਾ ਜਿਹੜੀ ਗੱਲ ਹੈ, ਕਹਿੰਦੇ ਪੁਰਾਣੇ ਜਿਹੜੇ ਵੱਡੇ ਮਹਾਂਪੁਰ ਕਿੱਦਾਂ ਟਕਾਉਂਦੇ ਹੁੰਦੇ ਸੀਗੇ, ਉਹਨੂੰ ਕੋਈ ਫਰਕ ਨਹੀਂ ਹੁੰਦਾ ਜੇ ਮੱਥਾ ਟੇਕ ਦੇ ਨਾ ਟੇਕ ਦੇਵੇ, ਅਤੇ ਅਸੀਂ ਉਹਨੂੰ ਗੰਭੀਰਤਾ ਨਾਲ ਹੀ ਸੋਚਿਆ ਮੈਂ ਮਾਫ਼ੀ ਮੰਗਦਾ, ਗਲਤੀ ਮੰਗਦਾ, ਅੱਗੇ ਵਾਸਤੇ ਹੋ ਗਿਆ ਕੰਮ ਨਹੀਂ ਹੋਊਗਾ। ਇੰਨਾ ਵਧੀਆ ਲੱਗਾ ਵੀ ਚਲੋ ਇੱਕ ਇੰਨਾ ਉੱਚਾ ਜਿਹੜਾ ਪ੍ਰਚਾਰਕ ਹੈ, ਜਿਹੜਾ ਇੰਨਾ ਸਤਿਕਾਰ ਹੈ ਪੰਥ ਵਿੱਚ, ਬਹੁਤ ਮਿਲਦੇ ਨਹੀਂ ਤੁਹਾਨੂੰ ਸਮਾਜਾਂ ਰਹਿਣਾ ਪੈਂਦਾ, ਉਹ ਗੱਲ ਤਾਂ ਆਈ ਉਹਨਾਂ ਨੇ ਸੁਣਿਆ ਅਤੇ ਉੱਥੇ ਗੱਲ ਗੌਰ ਕੀਤੀ ਵੀ ਅੱਗੇ ਵਾਸਤੇ ਵੀ ਉਹ ਗੱਲ ਹੈ ਕਿ ਜੋ ਮੈਨੂੰ ਜ਼ਰੂਰ ਬੰਦਾ ਸਾਂਝੀ ਕਰਿਆ ਕਰੋ। ਮੈਂ ਵੀ ਆਖਦੇ ਅਨੁਸਾਰ ਆ ਨਾ ਭੁੱਲਣ ਦਾ ਸਭ ਕੋਲ ਭੁੱਲ ਗੁਰੂ ਪ੍ਰਸਾਦ ਸਭ ਨੂੰ ਪਾਸ਼ਾ ਹੀ ਆ ਨਾ, ਪੂਰੇ ਬੰਦਾ ਹਰ ਗੱਲ ਹੋ ਸਕਦਾ ਆ। ਪਰ ਮੈਂ ਇੱਥੇ ਹੋਰ ਵੀ ਗੱਲ ਕਰੂੰਗਾ ਵੀ ਸਿੱਖ ਕੌਮ ਆਪਾਂ ਇੱਕ ਪਰਿਵਾਰ ਆ,
ਆਪਾਂ ਨੂੰ ਹਮੇਸ਼ਾ ਹੀ ਸੋਚਣਾ ਚਾਹੀਦਾ ਸਿੱਖ ਇੱਕ ਪਰਿਵਾਰ ਆ, ਗੁਰੂ ਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਗਰੀਬਾਂ ਨੂੰ ਗੁਰਬਿਆਂ ਨੂੰ ਖਾਲ ਕੇ ਇੱਕ ਪਰਿਵਾਰ ਇੱਕ ਰੀਤ ਪੁਰਾਈ, ਤੁਸੀਂ ਮੇਰਾ ਇੱਕ ਪਰਿਵਾਰ ਆ, ਜਿਹਦੇ ਲਈ ਮਹਾਰਾਜ ਨੇ ਕਿਹਾ ਸੁਖੀ ਵਸੇ ਮੁਰ ਪਰਿਵਾਰਾ, ਸਿੱਖ ਸਭ ਇੱਕ ਸਾਰਾ ਸਤਿਗੁਰੂ ਪਾਤਸ਼ਾਹ ਨੇ ਇਹ ਗੱਲਾਂ ਕਹੀਆਂ ਤੇ ਸਾਡੇ ਪਰਿਵਾਰ ਦੇ ਵਿੱਚ ਮੈਂ ਕਹਿੰਦਾ ਆਪਣੇ ਪਰਿਵਾਰ ਚ ਮਾਧਰ ਪਿੱਛੇ ਖਤਮ ਹੋ ਜਾਂਦਾ ਹੈ, ਆਪਾਂ ਉਹਦੀ ਆਪ ਹੀ ਦਫ਼ਾ ਨਾ ਪ੍ਰਭੂ ਤਰਕਿਆ ਕਰੀਏ, ਹੋਰ ਬਹੁਤ ਮੀਡੀਆ ਬਾਹਰ ਬੈਠਾ ਹੈ ਜਿਹਨਾਂ ਦੇ ਕੰਮ ਕਰ ਰਹੇ ਆਲਰੇਡੀ, ਜਿਹੜੇ ਸਿੱਖਾਂ ਨੂੰ ਵੇਖਣਾ ਨਹੀਂ ਮੰਗਦੇ, ਜਿਹੜਾ ਸਿੱਖਾਂ ਨੂੰ ਧਾਰ ਆ ਰਿਹਾ, ਮਾਰ ਰਿਹਾ, ਕੁੱਟ ਰਹੇ ਆ, ਮੁੜ ਕੇ ਇਹ ਬਦਨਾਮ ਵੀ ਕਰ ਰਹੇ ਆ, ਉਹ ਲੋਕ ਉਥੇਰਾ ਕਰ ਰਹੇ ਆ, ਆਪਾਂ ਇੱਕ ਪਰਿਵਾਰ ਆ, ਮੇਰੀ ਬੇਨਤੀ ਆ ਸਮੁੱਚੇ ਮੀਡੀਆ ਨੂੰ, ਸਮੁੱਚੇ ਮੀਡੀਆ ਮੇਰੀ ਬੇਨਤੀ ਆ, ਕੋਈ ਵੀ ਇੱਦਾਂ ਦੀ ਗੱਲ ਆਉਂਦੀ ਆ ਉਹਨੂੰ ਆਪਾਂ ਪਰਿਵਾਰਕ ਤੌਰ ਤੇ ਬੈਠ ਕੇ ਵਿਚਾਰੀਏ, ਜੇ ਕੋਈ ਇੱਦਾਂ ਦੀ ਗੱਲ ਲੱਗਦੀ ਆ, ਜੇ ਤਾਂ ਲੱਗਦਾ ਹੈ, ਜੇ ਇਹੋ ਜਿਹੀ ਗੱਲ ਲੱਗਦੀ ਆ, ਤੇ ਆਪਣੇ ਕੋਲ ਮਹਾਰਾਜ ਨੇ ਇੱਕ ਬਹੁਤ ਵੱਡਾ ਸਿਧਾਂਤ ਦਿੱਤਾ, ਅਕਾਲਤਾ ਸਾਹਿਬ ਜਗਦਾਰ ਦਿੱਤੇ ਆ, ਪੰਜ ਸਿੰਘ ਦਿੱਤੇ ਆ, ਉਹਨਾਂ ਨੂੰ ਗੱਲ ਪਹੁੰਚਾਓ ਸਾਡੇ ਕੋਲ ਗੱਲ ਆਈ ਆ, ਇਹ ਗੱਲ ਦਾ ਕੌਮ ਦਾ ਨੁਕਸਾਨ ਹੋਊਗਾ, ਇਹਨੂੰ ਵਿਚਾਰੋ, ਤਾਂ ਕਿ ਉਹ ਵਿਚਾਰ ਕੇ ਕਿਸ ਸਿੱਟੇ ਤੇ ਪਹੁੰਚ ਕੇ ਉਹਨੂੰ ਸੱਦ ਕੇ ਉਹਦਾ ਨਿਪਟਾਰਾ ਕਰ ਸਕਣ। ਕਦੀ ਵੀ ਕੋਈ ਇੰਨਾ ਕੋਈ ਵੀ ਇਹੋ ਜਿਹਾ ਪਰਿਵਾਰ ਨਹੀਂ ਹੁੰਦਾ ਸਿਆਣਾ ਜਿਹੜਾ ਆਪਣੇ ਪਰਿਵਾਰ ਦੀ ਆਪਣੇ ਘਰ ਦੀ ਆਪੇ ਦਫ਼ਾ ਪੱਟਣ ਲੱਗ ਪਵੇ, ਇਹ ਦੂਜੇ ਲੋਕਾਂ ਦਾ ਕੰਮ ਆ, ਆਪਣੇ ਲੋਕਾਂ ਦਾ ਕੰਮ ਨਹੀਂ ਹੈਗਾ, ਆਪਣੇ ਮੀਡੀਆ ਦਾ ਕੰਮ ਨਹੀਂ ਹੈਗਾ। ਜਿੱਥੇ ਸੰਤ ਆਪਣੇ ਰਣਜੀਤ ਸਿੰਘ ਢੱਡੀਆਂ ਦੀ ਗੱਲ ਆ, ਉਹਨੇ ਵੀ ਛੋਟੀ ਉਮਰ ਦੇ ਵਿੱਚ ਬੜੀ ਭਾਂਤੀ ਸੋਹਣੀ ਸੇਵਾ ਕੀਤੀ ਆ, ਉਹਨਾਂ ਨੇ ਬੜੇ ਲੋਕਾਂ ਨੂੰ ਸਿੱਖ ਬਣਾਇਆ ਆ। ਹੁਣ ਆਪਾਂ ਆਪਣੇ ਪਰਿਵਾਰਾਂ ਨੂੰ ਨਿਗਾਹ ਮਾਰ ਕੇ ਦੇਖੀਏ ਕਿ ਆਪਾਂ ਆਪਣੇ ਸਾਰੇ ਪਰਿਵਾਰ ਨੂੰ ਸਿੱਖ ਬਣਾ ਲਿਆ, ਆਪਣੇ ਕੋਲੋਂ ਆਪਣੇ ਪਰਿਵਾਰ ਨੂੰ ਆਪਾਂ ਸਿੱਖ ਨਹੀਂ ਬਣਾ ਲਿਆ, ਉਹਨਾਂ ਨੇ ਇੰਨੇ ਲੋਕਾਂ ਨੂੰ ਵਿਗੜਿਆ ਬੰਦਿਆਂ ਨੂੰ ਸਿੱਧੇ ਜਦੋਂ ਸਿੱਧੀਆਂ ਧਾਰਨਾ ਪੜ੍ਹ ਲਈ ਨਾ, ਕਿਸਰਾ ਮਹਾਰਾ ਸੰਦੇਸ਼ ਪਹੁੰਚਾਤਾ, ਆਖਰ ਉਹਨੂੰ ਸਿੱਖ ਬਣਾਤਾ, ਮੈਂ ਮਹਾਰਾ ਤੇ ਹੁਕਮ ਆ ਜਿਹੜਾ ਇੱਕ ਸਿੱਖ ਬਣਾ ਦੇਵੇ ਤੇ ਉਹਨੂੰ ਕਿੱਡਾ ਵੱਡਾ ਪੁੰਨ, ਕਿੱਡਾ ਵੱਡਾ ਮਹਾਰਾ ਕਿ ਉਹਦਾ ਫਲ ਮਿਲਦਾ ਹੈ। ਹੁਣ ਤਾਂ ਹਜ਼ਾਰਾਂ ਬੰਦੇ ਸਿੱਖ ਬਣਾਏ ਆ, ਉਹਨਾਂ ਦੀ ਸੇਵਾ ਜਿਹੜੀ ਆ ਉਹ ਮਤਲਬ ਪੰਜ ਬੜੀ ਇੱਕ ਵਧੀਆ ਸੇਵਾ ਉਹਨਾਂ ਨੇ ਕੀਤੀ ਹੈ ਇੰਨੇ ਸਮੇਂ ਦੇ ਵਿੱਚ, ਤੇ ਜੇ ਕੋਈ ਇੱਦਾਂ ਦੀ ਗੱਲ ਲੱਗਦੀ ਵੀ ਸੀਗੀ ਚੰਗੀ ਗੱਲ ਆ, ਉਹਨਾਂ ਦੀ ਪਹੁੰਚ ਕੀਤੀ ਜਾਂਦੀ, ਪਹੁੰਚ ਕਰਕੇ ਉਹਨਾਂ ਨੂੰ ਵੇਖਿਆ ਜਾਂਦਾ, ਵੇਖ ਕੇ ਉਹ ਗੱਲ ਨੂੰ ਸੁਲਝਾਇਆ ਜਾਂਦਾ, ਨਹੀਂ ਸੋਚੀ ਸੀ ਉੱਥੇ ਕਾਤਾ ਸਾਹਿਬ ਤੇ ਪਹੁੰਚਾਈ ਜਾਂਦੀ, ਇਹਨੂੰ ਗੱਲ ਨੂੰ ਸੁਲਝਾਓ। ਜੋ ਆਪਾਂ ਆਪਣੇ ਪਰਿਵਾਰ ਦੀ ਆਪ ਹੀ ਦਫ਼ਾ ਪੱਟਣ ਲੱਗ ਪਵਾਂਗੇ ਤੇ ਦੂਜਾ ਵੀ ਤਾਂ ਲੱਭ ਦੇ ਦਿੰਦੇ ਗੱਲਾਂ, ਹੁਣ ਲੋਕਾਂ ਨੂੰ ਛਾਪ ਹੀ ਨਹੀਂ ਹੋਈ ਆ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕਿੰਨਾ ਤੁਸੀਂ ਸੰਤੁਸ਼ਟ ਕਰ ਲਵੋਗੇ, ਇਹ ਉਹਨਾਂ ਦੇ ਉੱਤੇ ਮਤਲਬ ਵਧੀਆ ਮਤਲਬ ਬਿਨਾਂ ਸੋਚੇ ਸਮਝਦੇ ਇੱਦਾਂ ਦਾ ਉਹਨੇ ਦਾਗ ਲਾ ਦਿੱਤਾ ਆ, ਕੀ ਕਰੋਗੇ ਉਹਨਾਂ ਦੀ? ਹੁਣ ਮਤਲਬ ਆਮ ਜਿਹੜੀ ਸੰਗ ਗਿਆ ਉਹਦਾ ਵਿਸ਼ਵਾਸ ਟੁੱਟਦਾ, ਭਰੋਸਾ ਟੁੱਟਦਾ, ਸਿੱਖ ਕੌਮ ਦਾ ਨੁਕਸਾਨ ਹੁੰਦਾ ਇਹਨਾਂ ਗੱਲਾਂ ਦਾ। ਈਵਨ ਜਿਹੜੇ ਸਿਆਣੇ ਪ੍ਰਬੰਧ ਕਿਆ ਗੁਰੂ ਘਰਾਂ ਦੇ, ਉਹ ਜੇ ਗੁਰਦੁਆਰਿਆਂ ਵਿੱਚ ਇੱਦਾਂ ਦੇ ਕੰਮ ਕਈ ਹੋ ਜਾਂਦੇ ਆਪਣੇ ਤੋਂ ਆਉਂਦੇ ਇਹਨਾਂ ਦੇ ਕੇਸ, ਤੇ ਜੇ ਗੁਰਦੁਆਰਾ ਗ੍ਰੰਥੀ ਜਾ ਕੇ ਹੋਰ ਪ੍ਰਚਾਰ ਦੇ ਗਲਤੀ ਹੁੰਦੀ ਆ, ਉਹ ਪ੍ਰਬੰਧਕ ਸਿਆਣਪਾਂ ਨੂੰ ਦਫ਼ਤਰ ਬਿਠਾ ਕੇ ਉਹਨੂੰ ਪੁੱਛਗਛ ਕਰਦੇ ਆ, ਜੇ ਉਹ ਗੱਲ ਸਹੀ ਨਿਕਲਦੀ ਆ ਤਾਂ ਉਹ ਪ੍ਰਬੰਧ ਉਹ ਕੰਮ ਚ ਉਤਾਰਦੇ ਆ, ਮੁੜ ਕੇ ਗੱਲ ਨਹੀਂ ਕਰਨਾ। ਸਿਆਣੇ ਪ੍ਰਬੰਧ ਉਹ ਹੁੰਦੇ ਆ ਜਿਹੜੇ ਉਹ ਗੱਲ ਸੰਭਾਲ ਲੈਂਦੇ, ਤੇ ਜੇ ਆਪਾਂ ਉਹ ਗੱਲ ਸੰਭਾਲੀਏ ਨਾ ਤੇ ਲੋਕਾਂ ਦੇ ਵਿੱਚ ਆਪਣੀ ਗੱਲ ਆਪੇ ਖਿੜੀ ਡਾਲੀ, ਮੇਰੇ ਖਿਆਲ ਸਿਆਣੀ ਗੱਲ ਨਹੀਂ, ਤੇ ਇਸ ਕਰਕੇ ਸੰਗਤਾਂ ਨੂੰ ਮੇਰੀ ਬੇਨਤੀ ਆ ਜਿਹੜੇ ਪ੍ਰਚਾਰ ਕਿਆ ਪੰਥ ਦਾ ਪ੍ਰਚਾਰ ਕਰ ਰਿਹਾ, ਆਪਣੇ ਹੁਣ ਤੇ ਬਹੁਤ ਥੋੜੇ ਸਿੰਘ ਹੈਗੇ ਆ, ਉਹਨਾਂ ਸਿੰਘਾਂ ਦਾ ਆਪਾਂ ਸਤਿਕਾਰ ਕਰਨਾ ਚਾਹੀਦਾ ਆ, ਕਿਉਂਕਿ ਦੂਜੇ ਬੰਦੇ ਸਿੱਖ ਉਹਨੂੰ ਢਾਲ ਲਾਉਣ ਬੜੇ ਡੇਰੇ ਬਣੇ ਆ, ਬੜੇ ਸਾਹ ਤੁਰੇ ਕਰਦੇ ਆ, ਜਿਵੇਂ ਡੇਰੇ ਵਾਲੇ ਸਾਰਾ ਨਰਕ ਧਾਰੀਏ ਰਾਹ ਦਾ ਸਮਝ, ਜਾਂ ਦੂਜੇ ਆਪਣੇ ਲਾ ਲਓ ਜਿੰਨੇ ਵੀ ਹੈਗੇ ਬੜੇ ਡੇਰੇ ਤਾਂ ਬਣੇ ਆ, ਆਪਾਂ ਨੂੰ ਆਪਣੇ ਜਿਹੜੇ ਗੁਰਸਿੱਖ ਆ ਉਹਨਾਂ ਨੂੰ ਬਿਨਾਂ ਗੱਲ ਤੋਂ ਕਦੇ ਕਦੇ ਗਲਤੀ ਨਹੀਂ ਕਰਨਾ ਚਾਹੀਦਾ, ਕੌਮ ਦਾ ਵੱਡਾ ਨੁਕਸਾਨ ਹੁੰਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਸਮੁੱਚੇ ਮੀਡੀਆ ਨੂੰ ਬੇਨਤੀ ਆ, ਕੋਈ ਵੀ ਗੱਲ ਕਿਤੇ ਆਉਂਦੀ ਆ ਉਹਨੂੰ ਵਿਚਾਰ ਕੇ ਬਹੁਤ ਹੀ ਗੰਭੀਰਤਾ ਨਾਲ ਸੋਚ ਕੇ ਫਿਰ ਆਪਾਂ ਨੂੰ ਗੱਲ ਨਿਸ਼ਚੇ ਮੀਡੀਆ ਦੇ ਨਾਲ, ਜਿਹਨਾਂ ਗੱਲਾਂ ਨਾਲ ਕੌਮ ਦਾ ਵਿਸ਼ਵਾਸ, ਸਿੱਖਾਂ ਦਾ ਵਿਸ਼ਵਾਸ ਕਰਦਾ ਲੋਕੀ ਦੇ ਅੱਗੇ, ਇਹ ਚਾਹੁੰਦੇ ਆ ਵੀ ਕੌਮ ਇੰਨੀ ਬਹਾਦਰ, ਇੰਨੀ ਪੂਰਵਿਤ ਵਧੀਆ ਕੌਮ ਆ, ਗੁਰੂ ਸਾਹਿਬ ਦਾ ਇੰਨਾ ਵਧੀਆ ਸਿਧਾਂਤ ਆ, ਇਹ ਤੋਂ ਕਿੱਦਾਂ ਉਹਨੂੰ ਸਰਕਾਰ ਜਾਂ ਦੱਸ ਲੈ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਹਰਦੀਪ ਸਿੰਘ ਹੋਣਾ ਨੇ ਆਪਣੇ ਵਿਚਾਰ ਦਿੱਤੇ ਨੇ ਬਾਖੂਬੀ, ਕਿ ਅੱਜ ਸਾਨੂੰ ਦੁਸ਼ਮਣਾਂ ਵਾਲਾ ਕਿਰਦਾਰ ਨਹੀਂ ਲਵਾਉਣਾ ਚਾਹੀਦਾ, ਜੇਕਰ ਸਿੱਖ ਨੂੰ ਨਾ ਮਾਰੇ ਤਾਂ ਕੌਮ ਕਦੀ ਨਾ ਹਾਰੇ, ਅੱਜ ਸਿੱਖ ਨੂੰ ਸਿੱਖ ਦੇ ਨਾਲ ਖੜਨਾ ਚਾਹੀਦਾ। ਤੇ ਹੁਣ ਮੈਂ ਬੇਨਤੀ ਕਰੂੰਗਾ ਬਲਵਿੰਦਰ ਸਿੰਘ ਜੀ ਜਿਹੜੇ ਉਹਨਾਂ ਨੇ ਆਪਣੇ ਵਿਚਾਰ ਦੇਣੇ ਨੇ। ਸੋ ਅੱਜ ਜੋ ਮੁੱਦਾ ਚੱਲ ਰਿਹਾ ਹੈ ਸੰਤ ਰਣਜੀਤ ਸਿੰਘ ਜੀ ਢੱਡੀਆਂ ਵਾਲੇ, ਉਹਨਾਂ ਤੇ ਇੱਕ ਬਹੁਤ ਵੱਡਾ ਉਹਨਾਂ ਨੂੰ ਟ੍ਰੇਨ ਕੀਤਾ ਗਿਆ, ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ, ਤੇ ਉਹਦੇ ਸੰਬੰਧ ਦੇ ਵਿੱਚ ਸਿੱਖ ਮੀਡੀਏ ਦਾ ਕੀ ਰੋਲ ਹੋਣਾ ਚਾਹੀਦਾ, ਕੀ ਰੋਲ ਹੋ ਰਿਹਾ, ਕੀ ਹੋ ਰਿਹਾ, ਕੀ ਹੋਣਾ ਚਾਹੀਦਾ, ਉਹਦੇ ਸੰਬੰਧ ਦੀ ਗੱਲ ਕਰ ਰਹੇ ਪਹਿਲਾਂ ਤੇ ਦਾਸ ਗਿਆ ਤੇ ਆਪਣੇ ਸੰਤਾਂ ਬਹੁਤ ਕਰਕੇ ਥੱਲੇ ਹਾਰ ਗਏ ਹੁੰਦੇ ਹਨ, ਤੇ ਜਿਹਨਾਂ ਨੇ ਉਹਨੇ ਫਿਰ ਛਮਿੱਛਰ ਵਾਂਗ ਅੰਮ੍ਰਿਤ ਛਕਾ, ਮੋਨੇ ਸਿੰਘ ਪਹਿਲੇ ਦਿਨ ਗਏ ਉਸ ਦਿਨ ਅੰਮ੍ਰਿਤ ਛਕ ਗਏ। ਹਾਂਜੀ, ਆਪਾਂ ਅੱਗੇ ਕੱਖ ਦੀ ਗੱਲ ਕਰਦੇ, ਮੈਂ ਕਹਿੰਦਾ ਬੰਦੇ ਦੀ ਕਮਾਈ ਦੀ ਗੱਲ ਕਰਦਾ, ਕਿ ਅਸੀਂ ਨਿੱਕੇ ਜਿਹੇ ਜਿਹੜਾ ਭਾਈ ਜੀ ਸੀਗਾ, ਅਸੀਂ ਪਰਿਵਾਰ ਚ ਕਹਿੰਦੇ ਕਹਿੰਦੇ ਰੋਟੀ ਮੰਨਦੇ ਨੇ, ਉੱਥੇ ਮੈਂ ਉਸ ਦਿਨ ਆਉਣਾ ਜਦੋਂ ਬੈਠਾ ਜਿਹਦੇ ਅੰਮ੍ਰਿਤ ਛਕਿਆ ਸੀ, ਇੰਨੀ ਦੀ ਦਾੜੀ ਸੀ,
ਅਸੀਂ ਜ਼ਿਆਦਾ ਕ੍ਰਿਟਿਕ ਹੋ ਗਏ ਹਾਂ ਗੁਰਮੁਖ ਵੈਸੋ ਸਫਾ ਵਿਸ਼ਾਏ ਜੋ ਸਾਡੀ ਪੰਚ ਪ੍ਰਧਾਨੀ ਸਾਡਾ ਪ੍ਰਬੰਧ ਸੀ ਪੰਚਾਂ ਨੂੰ ਹੀ ਸਰਮੌਤਾ ਬਖਸ਼ਿਆ ਗੁਰੂ ਸਾਹਿਬ ਨੇ ਕਿ ਹਰ ਫੈਸਲਾ ਅਸੀਂ ਆਪਣੇ ਘਰ ਵਿੱਚ ਕਰਨਾ ਅੱਜ ਗੱਲ ਗੱਲ ਤੇ ਸਾਡਾ ਖਲਾਰਾ ਪੈ ਰਿਹਾ ਕਿਉਂ ਪੈ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੱਕ ਇੱਕ ਬੜਾ ਗੰਭੀਰ ਮਸਲਾ ਬਣ ਗਿਆ ਜੀ ਹੁਣ ਤੱਕ ਜਿੰਨੇ ਵੀ ਸੱਜਣ ਬੋਲੇ ਹੈਗੇ ਉਹਨਾਂ ਸਾਰਿਆਂ ਨੇ ਸੰਤ ਬਾਬਾ ਚੰਡੀਆਂ ਵਾਲਾ ਜਿਹੜਾ ਮੋਰਲ ਲੈਸਨ ਦੇ ਹੱਕ 'ਚ ਬੋਲਿਆ ਮੈਂ ਨਾ ਕਿਸੇ ਹੱਕ 'ਚ ਬੋਲਣਾ ਚਾਹੁੰਦਾ ਨਾ ਮੈਂ ਕਿਸੇ ਖਿਲਾਫ਼ ਮੈਨੂੰ ਕੋਈ ਹੱਕ ਨਹੀਂ ਗਾ ਕਿਸੇ ਦੇ ਖਿਲਾਫ਼ ਹੋਣਾ ਨਾ ਹੱਕ 'ਚ ਬੋਲਣ ਦਾ ਮੈਨੂੰ ਕੋਈ ਨਹੀਂ ਹੈਗਾ ਤੇ ਕਿਸੇ ਦੀ ਐਵੇਂ ਸੈਕਟ ਕਰੀ ਜਾਵਾਂ ਉਹ ਵੀ ਰੌਂਗ ਹੋ ਜਾਂਦੀ ਗਾ ਮੈਂ ਜਿਹੜੀ ਇਹ ਗੱਲ ਰੱਖਣੀ ਚਾਹੁੰਦਾ ਕਿ ਇੱਕ ਕਿਸੇ ਸੱਜਣ ਨੂੰ ਸੰਤ ਦੀ ਗੱਲ ਛੱਡ ਦੇਣਾ ਇੱਕ ਕਿਸੇ ਸੱਜਣ ਨੂੰ ਬਿਨਾਂ ਟਰਾਇਲ ਤੋਂ ਸਜ਼ਾ ਦਿੱਤੀ ਗਈ ਜੋ ਡੈਮੇਜ ਹੋਣਾ ਸੀ ਇਸ ਵਿੰਡਾਂ ਉਹਨਾਂ ਨੂੰ ਵਿਚਾਰਾਂ ਨੂੰ ਇੱਕ ਉੱਤੋਂ ਸਮਾਨ ਦਿਓ ਜ਼ਮੀਨ ਤੇ ਲੈਣ ਦਾ ਇੱਕ ਆਦਮੀ ਦੇ ਕਹਿਣ ਨਾਲ ਕਿਸੇ ਨੇ ਉਹਦੀ ਇਨਵੈਸਟੀਗੇਸ਼ਨ ਨਹੀਂ ਕੀਤੀ ਕੋਈ ਟਰਾਇਲ ਨਹੀਂ ਹੋਇਆ ਸਜ਼ਾ ਦੇ ਦਿੱਤੀ ਗਈ ਤੁਸੀਂ ਮੈਂ ਜਿਹੜਾ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਸੱਜਣ ਸਿੱਖ ਸੱਜਣ ਸਾਰੇ ਬੈਠੇ ਆ ਕਿ ਇਸ ਡੈਮੇਜ ਨੂੰ ਬਣਾਉਣ ਲਈ ਇਸ ਡੈਂਟ ਨੂੰ ਭਰਨ ਲਈ ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਕਿਉਂਕਿ ਜਿਹਨਾਂ ਜਿਸ ਮੀਡੀਆ ਨੇ ਇਹਨੂੰ ਉਛਾਲਿਆ ਮੈਂ ਉਹਨੂੰ ਵੀ ਕ੍ਰਿਟੀਸਾਈਜ਼ ਨਹੀਂ ਕਰਦਾ ਪਰ ਮੀਡੀਆ ਇੱਕ ਇਨਵੈਸਟੀਗੇਸ਼ਨ ਏਜੰਸੀ ਵੀ ਹੈ ਉਹਨਾਂ ਦਾ ਇੱਥੇ ਹੁਣ ਜੇ ਗੱਲ ਹੋ ਜਾਂਦੀ ਨਾ ਪੇਪਰ 'ਚ ਆ ਜਾਂਦਾ ਕਿਸੇ ਦਾ ਜਾਂ ਮੀਡੀਆ ਦੇ ਟੈਲੀਵਿਜ਼ਨ ਜਾਂਦਾ ਤੁਹਾਨੂੰ ਲਾਜ਼ਮੀ ਕੇਸ ਹੋਇਆ ਹੋਣਾ ਤੁਹਾਨੂੰ ਵੀ ਦੱਸ ਦਿੰਦਾ ਕਿਉਂਕਿ ਇੱਥੇ ਸਿਸਟਮ ਹੈਗਾ ਮੈਨੂੰ ਪਤਾ ਇੰਡੀਆ 'ਚ ਕੀ ਸਿਸਟਮ ਕਿਉਂਕਿ ਬਹੁਤ ਦੇਰ ਹੋ ਗਈ ਸਾਨੂੰ ਪਤਾ ਨਹੀਂ ਪਰ ਮੈਂ ਜਿਹੜੇ ਇਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਹੈਗਾ ਆ ਸਾਡੇ ਪੰਜ ਤਖ਼ਤ ਜਿਹੜੇ ਆ ਉਹਨਾਂ ਦੇ ਜਥੇਦਾਰ ਜਿਹੜੇ ਹੈਗੇ ਆ ਇਟਸ ਲਾਈਕ ਏ ਰੈਗੂਲੇਟਰੀ ਜਿਹਨੂੰ ਆਪਾਂ ਕਹਿੰਦੇ ਨਾ ਹੈਗੀ ਆ ਸਿਸਟਮ ਹੈਗਾ ਜਿਹਨੂੰ ਉਹ ਸਾਡੇ ਧਰਮ ਨੂੰ ਰੈਗੂਲੇਟ ਕਰਦੇ ਆ ਮੈਂ ਸਿਆਸੀ ਪਾਸੇ ਨਹੀਂ ਜਾਣਾ ਚਾਹੁੰਦਾ ਉਹ ਕੀ ਹੁੰਦਾ ਇਹ ਗੱਲਾਂ ਛੱਡੋ ਆਪਣਾ ਹੋਰ ਮਸਲਾ ਆਪਣਾ ਜਿਹੜਾ ਅੱਜ ਬੋਲ ਰਹੇ ਹਾਂ ਅਸੀਂ ਜਾਣੀ ਉਹ ਰੈਗੂਲੇਟਰੀ ਹੈਗੀ ਆ ਸਾਨੂੰ ਅਪਰੋਚ ਕਰਨੀ ਚਾਹੀਦੀ ਆ ਸਾਰੀਆਂ ਜਹਿਦਾਂ ਨੂੰ ਇਹ ਦੇਖੋ ਆਹ ਜਿਹੜਾ ਇੱਕ ਆਦਮੀ ਮਸਲਾ ਹੈਗਾ ਇਹ ਐਸਾ ਮਸਲਾ ਆ ਅੱਜ ਮੈਂ ਨਹੀਂ ਕਹਿੰਦਾ ਸਹੀ ਹੋਇਆ ਤੇ ਗਲਤ ਹੋਇਆ ਮੈਨੂੰ ਕੋਈ ਹੱਕ ਨਹੀਂ ਕਹਿਣ ਦਾ ਪਰ ਅੱਜ ਇਹ ਗੱਲ ਢਿੰਡਰੀਆਂ ਵਾਲੇ ਨੂੰ ਹੋਈ ਆ ਕੱਲ ਨੂੰ ਕਿਸੇ ਨਾਲ ਹੋਰ ਨਾ ਹੋਵੇ ਅੱਛਾ ਦੇਖੋ ਆ ਮੀਡੀਆ ਐਡਾ ਚੱਲ ਰਿਹਾ ਇਹਨੂੰ ਥੱਲੇ ਲਾਉਣ ਲਈ ਕੱਲ ਨੂੰ ਇਹਨਾਂ ਦੇ ਕਿਸੇ ਵਿਅਕਤੀ ਨੂੰ ਕੋਈ ਜਿਹੜਾ ਹੈਗਾ ਲਾ ਕੇ ਕੋਈ ਐਸੀ ਗੱਲ ਕਰੇ ਕਿਉਂਕਿ ਉਹਨਾਂ ਦਾ ਬਹੁਤ ਉੱਪਰ ਚੱਲੇਗੀ ਗੱਲ ਜਿਹੜੀ ਹੈਗੀ ਆ ਪਰ ਮੈਂ ਬੇਨਤੀ ਤੁਹਾਨੂੰ ਸਾਰਿਆਂ ਨੂੰ ਇਹ ਕਰੂੰਗਾ ਕਿ ਕਿਉਂਕਿ ਉਹ ਇੱਕ ਸ਼ਖਸ ਨੂੰ ਮੈਂ ਕਹਿੰਦਾ ਕਿਉਂਕਿ ਜੇ ਮੈਂ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਆਪਾਂ ਗੱਲ ਇੱਕ ਵਿਅਕਤੀ ਦੀ ਕਰ ਰਹੇ ਹਾਂ ਇੱਕ ਸ਼ਖਸ ਦੀ ਕਰ ਰਹੇ ਹਾਂ ਉਹ ਆਪਾਂ ਵੀ ਜੇ ਉਹਨਾਂ ਨੇ ਸੰਤ ਨਾਰਦ ਦਾ ਉਹਨਾਂ ਦਾ ਬਹੁਤ ਸਾਰਾ ਪ੍ਰਚਾਰ ਆ ਇਹਦੇ ਵਿੱਚ ਆਪ ਸਾਰੇ ਇਹਨੂੰ ਦੱਸ ਚੁੱਕੇ ਹਾਂ ਕੀ ਆ ਕਿਉਂਕਿ ਉਹ ਆਦਮੀ ਹੈ ਕਰਾਊਡ ਜਿਹੜੇ ਹੈਗਾ ਨਾ ਕਰਾਊਡਾਂ ਨੂੰ ਇਕੱਠੇ ਕਰਦਾ ਪਰਮਾਤਮਾ ਦੀ ਉੱਥੇ ਮਿਹਰ ਆ ਉਹਦੇ ਸੰਗਤ ਨੂੰ ਜਾਣੀ ਆਮ ਸੋਰੀ ਸੰਗਤ ਨੂੰ ਜਾਣੀ ਉਹ ਇਕੱਠੇ ਕਰਦਾ ਕਿਉਂਕਿ ਆਮ ਸੋਰੀ ਫਿਰ ਕਹਿੰਦਾ ਕੋਈ ਚਲੋ ਆਪਣੇ ਟੇਸੀ ਜੀ ਕਹਿੰਦਾ ਕਿ ਸੰਗਤ ਨੂੰ ਇਕੱਠੇ ਕਰਦਾ ਪਰ ਉਹ ਜਾਣੀ ਨਾ ਉਹਨਾਂ ਦੀ ਗੱਲ ਸੁਣਦੇ ਆ ਸਾਰੇ ਜਿੱਦਾਂ ਅੰਮ੍ਰਿਤ ਦੀ ਗੱਲ ਹੋਈ ਹੋਰ ਗੱਲਾਂ ਹੋਈਆਂ ਆਹ ਹੁਣ ਦੋ ਆਪਣੇ ਸੰਤ ਜਿਹੜੇ ਬਾਬਾ ਹੈਗੇ ਆ ਦਾਦੂਵਾਲ ਵਾਲੇ ਇਹ ਜਿਹੜੇ ਰਾਜੂਆਣ ਦੇ ਕੇਸ ਵਿੱਚ ਇਹਨਾਂ ਨੇ ਇਸ ਚੀਜ਼ ਦਾ ਪੈਰਵਾਈ ਕੀਤੀ ਕਰ ਲਓ ਆਪਣੀ ਆਵਾਜ਼ ਉਠਾਈ ਇਹਨਾਂ ਕੁਛ ਨਾ ਕੁਛ ਹੋਣਾ ਸੀ ਮੈਂ ਨਹੀਂ ਕਹਿੰਦਾ ਅੱਜ ਗੌਰਮੈਂਟ ਏਜੰਸੀਆਂ ਦਾ ਹੱਥ ਹੋਇਆ ਜਾਂ ਮੈਂ ਨਹੀਂ ਕਹਿੰਦਾ ਕਿਹੜਾ ਹੱਥ ਪਰ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਜੇ ਇਨਵੈਸਟੀਗੇਸ਼ਨ ਨਹੀਂ ਹੋਈ ਅਪਰੋਚ ਕਰੋ ਆਪਣੇ ਜਹਿਦਾਰਾਂ ਨੂੰ ਕਿ ਕਿਸੇ ਏਡੇ ਵੱਡੇ ਸ਼ਖਸ ਨੂੰ ਜ਼ਮੀਨ ਤੇ ਲੈ ਆਉਣਾ ਇੱਕ ਆਦਮੀ ਦੇ ਕਹਿਣ ਨਾਲ ਉਹ ਮਾੜੀ ਗੱਲ ਆ ਦੂਜੀ ਗੱਲ ਮੈਂ ਬੇਨਤੀ ਕਰੂੰਗਾ ਮੀਡੀਆ ਨੂੰ ਕਿ ਤੁਸੀਂ ਇੱਕ ਇਨਵੈਸਟੀਗੇਸ਼ਨ ਏਜੰਸੀ ਆ ਇਹ ਵੀ ਸੰਗਤ ਟੀਵੀ ਵੀ ਜੇ ਸਾਡੇ ਦੂਜੀ ਸਿੱਖ ਟੀਵੀ ਜਿਹੜੀ ਆ ਸਿੱਖ ਚੈਨਲ ਔਰ ਹੋਰ ਸਾਡੇ ਰੇਡੀਓ ਵਗੈਰਾ ਜਿਹੜੇ ਹੈਗੇ ਆ ਕਦੀ ਕੋਈ ਗੱਲ ਨਾ ਪਾਉਂਦੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਉਹਨੂੰ ਬਾਹਰ ਲਿਆਓ ਕਿਉਂਕਿ ਸੰਗਤਾਂ ਦੋ ਚੁੱਕੀਆਂ ਹੋ ਜਾਣੀਆਂ ਇਹਦੇ ਸੱਚ ਕੀ ਆ ਇਹਦੇ ਗਲਤ ਕੀ ਆ ਸਾਨੂੰ ਚਾਹੀਦਾ ਕੋਈ ਤਰੀਕਾ ਤਿਆਰ ਕਰੋ ਕਿ ਬਾਕੀ ਦੀ ਇਹ ਗੱਲ ਹੈਗੀ ਆ ਕਿ ਜੇ ਨਹੀਂ ਤਾਂ ਮੈਂ ਸਾਰੀ ਸੰਗਤ ਨੂੰ ਕਹੂੰਗਾ ਜੇ ਇਹਦੇ ਝੂਠਾ ਹੈ ਗੱਲ ਇੱਕ ਆਦਮੀ ਬਣਾਈ ਗਈ ਆ ਫਰੇਮ ਕੀਤਾ ਗਿਆ ਉਹਨਾਂ ਨੂੰ ਤਾਂ ਸਾਨੂੰ ਪਿੰਡਰੀਆਂ ਵਾਲੇ ਸੰਤਾਂ ਦੇ ਨਾਲ ਖੜੇ ਹੋਣਾ ਚਾਹੀਦਾ ਅਸੀਂ ਤੁਹਾਡੇ ਨਾਲ ਹਾਂ ਤੇ ਤੁਸੀਂ ਇਹ ਜਿਹੜਾ ਪ੍ਰਚਾਰ ਕਰਦੇ ਨੇ ਪ੍ਰਚਾਰ ਕਰੋ ਸਿੱਖੀ ਨੂੰ ਇਹਦਾ ਬੜਾ ਫਾਇਦਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਗੱਲਾਂ ਦਾ ਤਾਂ ਗੱਲ ਕੀਤੀ ਭਾਈ ਹਰੀ ਸਿੰਘ ਉਹਨਾਂ ਨੇ ਕਿ ਪੈਰੀਆਂ ਫਲਾਉਣ ਵਾਲੀ ਕਰਗੀ ਦੀ ਗੱਲ ਕੀਤੀ ਹੈ ਦੂਜੀ ਗੱਲ ਇਹ ਗੱਲਾਂ ਵੀ ਅਸੀਂ ਉਹਨਾਂ ਕੋਲ ਰੱਖੀਆਂ ਸੀ ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਧਾਰਨਾ ਨਾ ਪੜਿਆ ਕਰੋ
ਜਿਹੜੀ ਤੁਕ ਦੇ ਨਾਲ ਸਿਮਲਰ ਸਿਮਲਰ ਬਣਾ ਕੇ ਉਹਦੇ ਵਰਗੀ ਉਹ ਨਾ ਪੜਿਆ ਕਰੋ ਜੇ ਇਤਿਹਾਸ ਵਿੱਚ ਤੁਸੀਂ ਪੜ੍ਹਦੇ ਆ ਉਹਦੇ ਵਿੱਚ ਤਾਂ ਕੋਈ ਉਹਦੇ ਕਵਿਤਾ ਹੁੰਦੀ ਉਹਦੇ ਕਵਿਤਾ ਹੁੰਦੀ ਉਹ ਕਹਿੰਦਾ ਇਹ ਸੱਤ ਵਚਨ ਹੁਣ ਮੈਂ ਬੜੇ ਪ੍ਰੋਗਰਾਮ ਸੁਣੇ ਉਹਨਾਂ ਦੇ ਤਕਰੀਬਨ ਮੈਂ ਵਧਾਈ ਐਵੇਂ ਸੁਣਦਾ ਗੱਲਬਾਤ ਕਈ ਇਤਿਹਾਸ ਸੁਣਨ ਦਾ ਮੈਨੂੰ ਹੈਗਾ ਜ਼ਿਆਦਾ ਤੇ ਮਾੜਾ ਇਤਿਹਾਸ ਸੁਣਾਉਂਦੇ ਆ ਤੇ ਇਤਿਹਾਸ ਵਿੱਚ ਹੀ ਸੰਗਤ ਨੂੰ ਕਨਵਿੰਸ ਕਰ ਦਿੰਦੇ ਆ ਇੰਨੇ ਦਰਦਨਾਕ ਤਰੀਕੇ ਨਾਲ ਇਤਿਹਾਸ ਸੁਣਾਉਂਦੇ ਆ ਤਾਂ ਬੰਦਾ ਮੱਲੋ ਮੱਲੇ ਵੀ ਸਕਟ ਤਿਆਰ ਹੋ ਜਾਂਦਾ ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਸਿਮਰਨ ਕਰਾਇਆ ਕਰੋ ਜ਼ਿਆਦਾ ਕਹਿੰਦਾ ਜੀ ਸੱਤ ਵਜੇ ਹੁਣ ਤੁਸੀਂ ਦੇਖਿਆ ਹੁਣ ਕਿੰਨਾ ਕਿੰਨਾ ਸੇਵਨ ਮੈਂ ਕਿਹਾ ਅਸੀਂ ਵਿਚਾਰ ਕੀਤੀ ਅੰਦਰ ਵੜ ਕੇ ਕਿਉਂਕਿ ਅਸੀਂ ਮਦਈ ਆ ਕਿਸੇ ਨਾਲ ਗੱਲਬਾਤ ਕਰਨ ਦੇ ਅੰਦਰ ਵੜ ਕੇ ਤੁਸੀਂ ਆਪਣੇ ਪਰਿਵਾਰਕ ਤੌਰ ਤੇ ਭਾਵੇਂ ਸੰਤ ਹੋਵੇ ਜਾਂ ਕੋਈ ਹੋਵੇ ਅਕਸਰ ਇਨਸਾਨ ਹੀ ਆ ਤੇ ਫਿਰ ਅਸੀਂ ਉਹਨਾਂ ਨੇ ਇਹ ਗੱਲ ਕੀਤੀ ਫਿਰ ਅਸੀਂ ਉਹਨਾਂ ਨੇ ਮਤਲਬ ਮੱਥੇ ਟਿਕਾਉਣ ਵਾਲੀ ਗੱਲ ਕੀਤੀ ਸਾਰੀ ਗੱਲ ਕੀਤੀ ਉਹ ਸਾਰੇ ਸੱਤ ਵਜਨ ਵੀ ਮੰਨਣ ਜੇ ਉਹ ਗੱਲ ਕਰਨ ਨੂੰ ਤਿਆਰ ਆ ਬੰਦਾ ਇੱਕ ਇੱਕ ਸੰਤ ਦੇ ਨਾਲ ਅਸੀਂ ਗੱਲਬਾਤ ਕਰਨ ਗਏ ਇਹ ਦੋਵੇਂ ਜਾਣੇ ਉਹਦੇ ਮੂੰਹੋਂ ਨਾ ਗਾਲ ਤੋਂ ਬਿਨਾਂ ਕੋਈ ਗੱਲ ਨਿਕਲੀ ਨੀ ਮੈਂ ਕਿਹਾ ਲੈ ਲਾ ਅਸੀਂ ਦੋਵੇਂ ਜਾਣੇ ਸੀਗੇ ਚਲੋ ਆਪਾਂ ਨਾਂ ਨਹੀਂ ਲੈਣਾ ਕਿਸੇ ਤੇ ਇੱਕ ਬੰਦਾ ਤੁਹਾਡੀ ਗੱਲ ਸੁਣਦਾ ਆ ਏਡਾ ਵੱਡਾ ਪ੍ਰਚਾਰਕ ਵੀ ਆ ਫਿਰ ਉਹ ਤੇ ਦੂਸ਼ਣ ਲਾਉਣਾ ਫਿਰ ਬੜੀ ਮੰਦ ਭਾਗੀ ਗੱਲ ਹੈ ਤੁਸੀਂ ਮੈਨੂੰ ਸੱਦ ਲਓ ਜਿੱਥੇ ਮਰਜ਼ੀ ਮੈਂ ਉੱਥੇ ਆਉਣ ਨੂੰ ਤਿਆਰ ਹਾਂ ਫਿਰ ਅਸੀਂ ਇੱਕ ਗੱਲ ਭਾਜੋ ਗੱਲ ਕੀਤੀ ਵੀ ਤੁਸੀਂ ਆਪਣਾ ਵਿਚਾਰ ਰੱਖਿਓ ਤੁਹਾਨੂੰ ਕਿਸੇ ਮਰਵਾ ਦੇਣਾ ਅਸੀਂ ਤਾਂ ਗਾਂਧ ਗੱਲ ਕਰ ਦਿੱਤੀ ਤੁਹਾਨੂੰ ਕਿਸੇ ਮਰਵਾ ਦੇਣਾ ਆਹ ਮਰਵਾਉਣ ਵਾਲੀ ਗੱਲ ਹੋ ਗਈ ਨਾ ਅਸੀਂ ਅੱਜ ਤੋਂ ਡੇਢ ਸਾਲ ਪਹਿਲਾਂ ਉਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਚੜ੍ਹਤ ਕਿਸੇ ਕੋਲ ਦੇਖੀ ਨੀ ਜਾਣੀ ਚੜ੍ਹਤ ਤਾਂ ਗੁਰੂ ਸਾਹਿਬ ਦੀ ਵੈਸੇ ਉਹਦੇ ਨਾਲ ਮਹਾਰਾਜ ਵਡਿਆਈ ਦਿੰਦੇ ਬੰਦੇ ਹਾਂਜੀ ਇਸ ਕਰਕੇ ਜਿਹੜੀ ਸਾਡੇ ਨਾਲ ਬੀਤੀ ਗੱਲ ਆ ਤੇ ਸਾਡੇ ਕੋਲ ਦੋ ਬੁਲਾਰੇ ਨੇ ਭਾਈ ਹਰਭਜਨ ਸਿੰਘ ਦਾਈਆ ਤੇ ਭਾਈ ਚਰਨ ਸਿੰਘ ਉਸ ਤੋਂ ਪਹਿਲਾਂ ਸਾਡੇ ਗੁਰੂ ਸਾਹਿਬ ਚੰਦਰ ਸ਼ੇਖਰ ਜੀ ਗੱਲ ਕਰਨਾ ਚਾਹੁੰਦੇ ਤੇ ਉਹ ਕੁਝ ਸਪਸ਼ਟੀਕਰਨ ਦੇਣਾ ਚਾਹੁੰਦੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਤੁਹਾਡੇ ਪ੍ਰੋਗਰਾਮ ਤੋਂ ਬਹੁਤ ਸਾਰੀਆਂ ਕੌਲਾਂ ਆਈਆਂ ਜਿਹੜੀਆਂ ਅਸੀਂ ਅੰਦਰ ਵੀ ਲੈ ਸਕੇ ਪਰ ਬਾਹਰ ਜਿਹੜੀਆਂ ਕੌਲਾਂ ਬਹੁਤ ਆਈਆਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਤੁਹਾਨੂੰ ਇਸ ਗੱਲ ਦੀ ਸਪੈਸ਼ਲੀ ਵਧਾਈ ਦਿੱਤੀ ਹੈ ਬਹੁਤ ਸਾਰੇ ਨੇ ਜਿਹਨਾਂ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਅਸੀਂ ਬਾਕੀ ਡਿਸਕਸ਼ਨਾਂ ਵੀ ਦੇਖੀਆਂ ਆਰਟੀਕਲ ਵੀ ਪੜ੍ਹੇ ਆ ਸਪਸ਼ਟੀਕਰਨ ਵੀ ਸੁਣੇ ਆ ਪਰ ਜਿਸ ਢੰਗ ਦਾ ਪ੍ਰੋਗਰਾਮ ਵੀ ਤੁਸੀਂ ਰੱਖਿਆ ਹੈ ਉਹ ਢੰਗ ਬਹੁਤ ਵਧੀਆ ਹੈ ਔਰ ਜਿਸ ਢੰਗ ਨਾਲ ਤੁਸੀਂ ਗੱਲਬਾਤ ਕੀਤੀ ਹੈ ਕਿਸੇ ਦੇ ਕਿੰਤੂ ਪ੍ਰੰਤੂ ਨਹੀਂ ਕੀਤਾ ਸਗੋਂ ਜਿਹੜੀ ਅਸਲੀਅਤ ਸੀ ਉਹਨੂੰ ਤੁਸੀਂ ਸਾਹਮਣੇ ਲਿਆਂਦਾ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਵੀ ਸਾਡਾ ਨਾਂ ਜ਼ਰੂਰ ਲਿਓ ਬਾਰਸਲੋਨਾ ਤੋਂ ਰਾਣਾ ਬੰਗੜ ਤੇ ਕਵੈਂਟਰੀ ਤੋਂ ਕੁਲਵਾਕ ਸਿੰਘ ਉਹ ਕਹਿੰਦੇ ਵੀ ਅਸੀਂ ਕਿਸੇ ਨੂੰ ਕਿਸੇ ਸਾਧੂ ਸੰਤ ਨੂੰ ਕਦੇ ਨਹੀਂ ਮਿਲੇ ਪਰ ਤੁਹਾਡੇ ਪ੍ਰੋਗਰਾਮ ਨੂੰ ਅਸੀਂ ਵਧਾਈ ਦੇਣੀ ਜ਼ਰੂਰ ਸਮਝਦੇ ਹਾਂ ਕਿਉਂਕਿ ਤੁਸੀਂ ਕਿਸੇ ਦੇ ਕਿਰਤੂ ਪ੍ਰੰਤੂ ਨਹੀਂ ਕੀਤਾ ਜਿਹੜੀ ਛਵੀ ਜਿਹੜੀ ਸਾਰੇ ਤੁਸੀਂ ਬਿਲਕੁਲ ਉਦਾ ਕੀਤੀ ਹੈ ਜਿੱਦਾਂ ਦੀ ਹੋਣੀ ਚਾਹੀਦੀ ਹੈ ਤੇ ਬਲਦੇਵ ਸਿੰਘ ਲੀਡਸ ਤੋਂ ਸਤਨਾਮ ਸਿੰਘ ਯੂ ਐਸ ਏ ਤੋਂ ਸਪੈਸ਼ਲੀ ਇਹ ਹੋਰ ਬਹੁਤ ਸਾਰੀਆਂ ਕੌਲਾਂ ਨੇ ਜਿਨ੍ਹਾਂ ਦੇ ਸਾਰੇ ਨਾਂ ਨਹੀਂ ਲੈ ਸਕਦੇ ਔਰ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਜਿਹੜਾ ਆ ਬਿਲਕੁਲ ਬਿਲਕੁਲ ਬੈਲੈਂਸ ਪ੍ਰੋਗਰਾਮ ਹੈ ਔਰ ਇੱਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਜੇ ਅਸੀਂ ਮੀਡੀਆ ਦੀ ਗੱਲ ਕਰ ਰਹੇ ਹਾਂ ਤਾਂ ਮੀਡੀਆ ਨੂੰ ਇਹੋ ਜਿਹਾ ਰੋਲ ਨਿਭਾਉਣਾ ਚਾਹੀਦਾ ਜਿੱਦਾਂ ਦਾ ਇਹ ਪ੍ਰੋਗਰਾਮ ਹੈ ਸੋ ਜਿੰਨਾ ਵੀ ਸਾਡੇ ਸਰੋਤਿਆਂ ਨੇ ਦਰਸ਼ਕਾਂ ਨੇ ਸਾਡੇ ਹੌਸਲਾ ਅਫਜਾਈ ਕੀਤੀ ਆ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਦੇ ਨਾਲ ਆਪ ਜੀ ਨੂੰ ਅਸੀਂ ਬੇਨਤੀ ਕਰੀਏ ਕਿ ਜਿਹੜੀਆਂ ਸਾਡੀਆਂ ਕਮੀਆਂ ਨੇ ਕਿਉਂਕਿ ਅਸੀਂ ਕੋਈ ਸੰਪੂਰਨ ਤੇ ਹੈ ਨਹੀਂ ਸਾਰੇ ਭੁੱਲਣਹਾਰ ਆ ਉਹਦੇ ਵੱਲ ਵੀ ਜ਼ਰੂਰ ਤੁਸੀਂ ਸਾਨੂੰ ਉਹਦੇ ਸਾਨੂੰ ਦੱਸੋ ਤੇ ਹੁਣ ਬੇਨਤੀ ਆ ਭਾਈ ਹਰਭਜਨ ਸਿੰਘ ਜੀ ਦੇ ਆਪਣੇ ਜ਼ਮੀਰ ਨੂੰ ਜਗਾ ਕੇ
ਸਿੱਖ ਜਾ ਕੇ ਸੁਣਿਆ ਦਿੱਤਾ ਸਾਰੇ ਨੂੰ ਪਹਿਰਾ ਦਿੱਤਾ ਵੀ ਸਿੱਖ ਜੇ ਕੋਈ ਦਿਸ਼ਾ ਕੋ ਜ਼ਰੂਰੀ ਉਸ ਪਾਸੇ ਵੱਲ ਦਿਸ਼ਾ ਵੱਲ ਤੁਰੀ ਹੈ ਪਰ ਉਹਨੇ ਪਹਿਲੀ ਵੀ ਇਸ ਕੀਤ ਕੀਤਾ ਇਸ ਕੀਤੇ ਹਾਂ ਔਰ ਮੈਂ ਇਹ ਵੀ ਸਮਝਦਾ ਅਗਰ ਅਸੀਂ ਸਾਰਾ ਸਿੱਖ ਜਗਤ ਸਾਡੇ ਵਿਚਾਰਵਾਨ ਵਿਦਵਾਨ ਬਹੁਤ ਸੱਜੇ ਹੈਗੇ ਨੇ ਬੁੱਧੀਜੀਵ ਹੈਗੇ ਨੇ ਜਿੰਨੇ ਵੀ ਇੱਥੇ ਸੰਤ ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾਂ ਫਿਰ ਉਹਨੂੰ ਕਹਿਣੀ ਜਿੰਨੇ ਸਾਡੇ ਸੰਤ ਨੇ ਅਗਰ ਇਸ ਤਰ੍ਹਾਂ ਦਾ ਅਸੀਂ ਕੋਈ ਬਾਹਰ ਨੂੰ ਬੰਨ ਲਈ ਜਾਣਾ ਆਪਣੇ ਵਿੱਚ ਜੇ ਹੁਣ ਨਾ ਵੀ ਪਾ ਸਕੇ ਤਾਂ ਕਿਸੇ ਨੂੰ ਪੁੱਛਣ ਲੱਗ ਪੈਣ ਅਗਰ ਕਿਸੇ ਨੇ ਆਪਣੇ ਨਾਂ ਦੇ ਨਾਲ ਸੰਤ ਜਾਂ ਬਾਬਾ ਲਾਉਣਾ ਹੈ ਉਹ ਜਿੰਦੇ ਜੀ ਨਹੀਂ ਰੱਖ ਸਕਦਾ ਪੰਥ ਨੂੰ ਬਾਅਦ ਚੋਂ ਸੰਤ ਬਣਾਵੇ ਜਾਂ ਬਾਬਾ ਬਣਾਵੇ ਉਹ ਜਿੰਦੇ ਜੀ ਆਪਣੇ ਨਾਂ ਦੇ ਨਾਲ ਸੰਤ ਦੀ ਡਿਗਰੀ ਨਾ ਲਵੇ ਕਿਉਂਕਿ ਉਹਦੇ ਨਾਲ ਬਹੁਤ ਗਲਤ ਪ੍ਰਭਾਵ ਜਾਂਦਾ ਕਿਉਂਕਿ ਕਈ ਸਿੱਖੇ ਵੀ ਕਹਿੰਦੇ ਨੇ ਕਿ ਸਾਡੇ ਬਾਬਾ ਬੁੱਢਾ ਜੀ ਹੋਏ ਨੇ ਜਿਹਨਾਂ ਨੇ ਸ਼ੇਖ ਗੁਰੂ ਸਾਹਿਬਾਨਾਂ ਨੂੰ ਪੰਜ ਗੁਰੂ ਸਾਹਿਬਾਨਾਂ ਨੂੰ ਸਿੱਖ ਦਿੱਤਾ ਉਹ ਵੀ ਬਹੁਤ ਸਾਰੇ ਬੜੇ ਬੜੇ ਗੁਰਸਿੱਖ ਹੋਏ ਨੇ ਆਪਾਂ ਵੀ ਨਾਮ ਜਾਣਦੇ ਹੁਣ ਭਾਈ ਕਹਿ ਕੇ ਪੁਕਾਰਿਆ ਗਿਆ ਕਿੰਨਾ ਸਤਿਕਾਰਯੋਗ ਭਾਈ ਸਾਹਿਬ ਦੇ ਅਤੇ ਅਗਰ ਗੁਰਸਿੱਖੀ ਦੇ ਨਾਲ ਜੋੜਨਾ ਚਾਹੁੰਦੇ ਨੇ ਜਿਵੇਂ ਟੱਡੀਆਂ ਵਾਲੇ ਜੋੜ ਰਹੇ ਨੇ ਬੜਾ ਸ਼ਲਾਘਾਯੋਗ ਕਦਮ ਹੈ ਬੜੇ ਉਹਨਾਂ ਤੋਂ ਗੰਭੀਰ ਰੂਪ ਲੱਗੇ ਨੇ ਉਹ ਬੜੇ ਹੀ ਨਿਚਪਣਾ ਕਿਸੇ ਨੇ ਜਿਹਨੂੰ ਦਿਖਾਇਆ ਹੈਗਾ ਬਿਨਾਂ ਕਿਸੇ ਗਰੂਪ ਤੋਂ ਕਿਸੇ ਸਿੱਖੀਤ ਨੂੰ ਅਰਦਾਸ ਦਾਸ ਕਰਨਾ ਬਹੁਤ ਹੀ ਸੁਹਾਉਣੀ ਹਰਕਤ ਹੈ ਜੇ ਤੁਸੀਂ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ ਪਰ ਮੈਂ ਸਮਝਦਾ ਕਿ ਅਗਰ ਅਸੀਂ ਸਮੁੱਚਾ ਸਿੱਖ ਪਾਉਣ ਸੱਚ ਨੂੰ ਸੱਚ ਕਹਿਣ ਅਤੇ ਉਹਦੇ ਪਹਿਰਾ ਦੇਈਏ ਅਤੇ ਉਹਨਾਂ ਨੇ ਗੁਰੂ ਸਾਹਿਬਾਂ ਦੇ ਨਾਲ ਜਿੰਨੀ ਵੀ ਸੰਗਤ ਨੂੰ ਜੋੜਿਆ ਉਹਨਾਂ ਨੇ ਦਿਲ ਤੋੜੇ ਨੇ ਕਿਉਂਕਿ ਇਹ ਬਹੁਤ ਹੀ ਮੈਂ ਸਮਝਦਾ ਕਿ ਸਿੱਖ ਜਗਤ ਨੂੰ ਇਸ 'ਤੇ ਬਹੁਤ ਹੀ ਸੋਚ ਵਿਚਾਰ ਕੇ ਗੁਰਦੁਆਰਾ ਨੂੰ ਕੰਪੇਅਰ ਕਰਨਾ ਚਾਹੀਦਾ ਕਿ ਜਿਹੜੇ ਮੁਦਰੇ ਜਿਹੜੇ ਆ ਉਸ ਤੱਕ ਸਿੱਖ ਜਗਤ ਦੇ ਵਿੱਚ ਬਾਹਰ ਨਾ ਆਉਣ ਜਦ ਤੱਕ ਉਹਨਾਂ 'ਤੇ ਉਹ ਕੋਈ ਫੈਸਲਾ ਆਪ ਕੋਲ ਨਾ ਕਰਨਾ ਅਸੀਂ ਸ਼ਿਕਾਇਤ ਕਰੂਗੇ ਕੋਈ ਪੈਨਲ ਬਣਨਾ ਚਾਹੀਦਾ ਜਾਂ ਕੋਈ ਸੰਤ ਬਾਬਾ ਜਾਂ ਹੋਰ ਲਕਬ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਲਗਾਉਣ ਦਾ ਅਧਿਕਾਰ ਕਿਹਨੂੰ ਹੋਣਾ ਚਾਹੀਦਾ ਸੰਗਤ ਨੂੰ ਜਾਂ ਅਕਾਲ ਤਖ਼ਤ ਸਾਹਿਬ ਨੂੰ ਜਾਂ ਕਿਸ ਤਰ੍ਹਾਂ ਹੋਵੇ ਪਰ ਇਹਦੇ ਨਾਲ ਅਸੀਂ ਇਹ ਜ਼ਰੂਰ ਬੇਨਤੀ ਕਰੀਏ ਕਿ ਸਦਾ ਨੂੰ ਵੀ ਜ਼ਰੂਰ ਥੋੜ੍ਹਾ ਸੁਚੇਤ ਹੋਣਾ ਪਊਗਾ ਮੈਂ ਹੁਣੇ ਹਜ਼ੂਰ ਸਾਹਿਬ ਤੋਂ ਆਇਆ ਅਤੇ ਮੈਂ ਦੇਖਿਆ ਕਿ ਬਾਬਾ ਨਰਿੰਦਰ ਸਿੰਘ ਉਹਨਾਂ ਨੇ ਜਿੱਥੇ ਬਹਿੰਦੇ ਨੇ ਲਿਖ ਕੇ ਲਾਇਆ ਹੋਇਆ ਕਿ ਜੇ ਸਾਡੇ ਕੋਈ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕਰੂਗਾ ਤਾਂ ਉਹਨੂੰ ਸਾਰੇ ਦਿਨ ਸੇਵਾ ਕਰਨੀ ਪਊਗੀ ਮਤਲਬ ਇਹ ਬਾਬਾ ਸ਼ੀਸ਼ਾ ਸਿੰਘ ਉਹਨਾਂ ਨੇ ਵੀ ਕੀਤਾ ਸੀਗਾ ਸੋ ਲੋੜੋਂ ਵੱਧ ਜਾਂ ਇਸ ਤਰ੍ਹਾਂ ਦੇ ਇਸ ਤਰੀਕੇ ਦੇ ਨਾਲ ਆਪਾਂ ਸਤਿਕਾਰ ਦੇਣ ਦੀ ਕੋਸ਼ਿਸ਼ ਨਾ ਕਰੀਏ ਜਿਹਦੇ ਨਾਲ ਸਿੱਖ ਸਿਧਾਂਤਾਂ ਤੇ ਸੱਟ ਵੱਜਦੀ ਹੋਏ ਸੋ ਇਹ ਅਵੇਕਨਿੰਗ ਸਮੂਹਕ ਤੌਰ ਤੇ ਹੋਣੀ ਚਾਹੀਦੀ ਹੈ ਤੇ ਹੁਣ ਮੈਂ ਬੇਨਤੀ ਕਰੂੰਗਾ ਭਾਈ ਚਰਨ ਸਿੰਘ ਉਹਨਾਂ ਨੂੰ ਇਹ ਵੀ ਅਸੀਂ ਉਹਨਾਂ ਨੂੰ ਪੁੱਛਾਂਗੇ ਮੇਰੇ ਮਨ ਦੇ ਵਿੱਚ ਵੈਸੇ ਦੋ ਸ਼ਖਸੀਅਤਾਂ ਬਾਰੇ ਇਹ ਜੋ ਭਾਈ ਜਸਦਾਰ ਸਾਹਿਬ ਉਹਨਾਂ ਨੇ ਗੱਲ ਕਹੀ ਆ ਉਹ ਭਾਈ ਚਰਨ ਸਿੰਘ ਮੇਰੇ ਦੋ ਸ਼ਖਸੀਅਤਾਂ ਬਾਰੇ ਮੇਰੇ ਮਨ 'ਚ ਵਿਚਾਰ ਆਇਆ ਮੇਰੀ ਕੁਦਰਤੀ ਉਹਨਾਂ ਨੂੰ ਯਾਦ ਆਇਆ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਰਣਜੀਤ ਸਿੰਘ ਢੱਡੀਆਂ ਵਾਲੇ ਇਹਨਾਂ ਦੇ ਬਾਰੇ ਮੇਰੇ ਦਿਮਾਗ 'ਚ ਵਿਚਾਰ ਆਈ ਮੇਰੇ ਵਿਚਾਰ ਆਏ ਸੀ ਵੀ ਇਹਨਾਂ 'ਤੇ ਜਾਂ ਕੋਈ ਅਟੈਕ ਕਰਵਾਇਆ ਜਾਊਗਾ ਜਾਂ ਇਹਨਾਂ ਨੂੰ ਫਰੇਮ ਕੀਤਾ ਜਾਊਗਾ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਿੱਖੀ ਦੀ ਅਵੇਕਨਿੰਗ ਹੋਵੇ ਸਰਕਾਰਾਂ ਨਹੀਂ ਚਾਹੁੰਦੀਆਂ ਸਿੱਖਾਂ ਦੇ ਹੱਕਾਂ ਦੇ ਮੁਤਾਬਕ ਕੋਈ ਬਾ ਵੇਲਾ ਕਰੇ ਜਾਂ ਸਿੱਖਾਂ ਦਾ ਗੁਰਦੁਆਰਾ ਜਿੱਦਾਂ ਹਰਿਦੁਆਰਾ ਢਾ ਦਿੱਤਾ ਗਿਆ ਉਹਦੇ ਬਾਰੇ ਕੋਈ ਬਾ ਵੇਲਾ ਕਰੇ ਤੁਸੀਂ ਕੀ ਮਹਿਸੂਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਚਿਰ ਸਿੱਖ ਸਿੱਖੀ ਮਨਾਉਂਦਾ ਮਰ ਨਹੀਂ ਜਾਂਦਾ ਉਨਾ ਚਿਰ ਬੰਦੇ ਨੂੰ ਕਿਸੇ ਨੂੰ ਵੀ ਆਪਣੇ ਆਪ ਦੇ ਇਤਵਾਰ ਨਹੀਂ ਹੈ ਸਿੱਖੀ ਉਦੋਂ ਨਿਭ ਜਾਂਦੀ ਹੈ ਜਦੋਂ ਸਵਾਸ ਖਤਮ ਹੋ ਜਾਂਦਾ ਇਹ ਆਪਾਂ ਆਮ ਤੌਰ ਤੇ ਕਥਾਵਾਂ ਤੇ ਕਹਾਣੀਆਂ ਤੇ ਸਾਡੇ ਸਾਖੀਆਂ ਜਿਹੜੀਆਂ ਗੁਰਸਿੱਖਾਂ ਦੇ ਜੀਵਨ ਦੀਆਂ ਹਨ ਜੋ ਝੂਠਾ ਦੋਸ਼ ਹੁੰਦਾ ਹੈ ਉਹ ਤੈਨੂੰ ਸੰਗਤ ਦੇ ਸਾਹਮਣੇ ਆ ਕੇ ਠੀਕ ਹੀ ਹੋ ਜਾਂਦਾ ਝੂਠਾ ਦੋਸ਼ ਕਦੇ ਪ੍ਰਫੁੱਲਤ ਨਹੀਂ ਹੁੰਦਾ ਜੀਵਨ ਦੇ ਵਿੱਚ ਕੋਈ ਵੀ ਇਨਸਾਨ ਡਿੱਗ ਪਵੇ ਕੋਈ ਐਸੀ ਗੱਲ ਹੋ ਜਾਏ ਕਿਉਂਕਿ ਆਪਾਂ ਦੇਖਦੇ ਹਾਂ ਜਿੱਥੇ ਕੋਈ ਵੀ ਸੰਸਥਾ ਚੱਲਦੀ ਹੈ ਜਿਹਦੇ ਵਿੱਚ 100, 200, 400 ਜਾਂ ਜ਼ਿਆਦਾ ਸਟੂਡੈਂਟ ਆਉਂਦੇ ਪੜ੍ਹਨ ਵਾਸਤੇ ਆਉਂਦੇ ਆ ਜਾਂ ਸੰਗਤਾਂ ਸੇਵਾ ਕਰਦੀਆਂ ਉੱਥੇ ਕੋਈ ਨਾ ਕੋਈ ਇਹੋ ਜਿਹਾ ਵਿਅਕਤੀ ਵੀ ਆਉਂਦੇ ਆ ਜਿਹੜੇ ਆਪਦੇ ਮਨ ਦੀ ਸਿਰਫ ਆਪਦੀ ਭਾਵਨਾ ਪੂਰੀ ਕਰਨ ਵਾਸਤੇ ਜਾਂ ਲਾਹ ਲੈਣ ਵਾਸਤੇ ਆਪਣੇ ਵਾਸਤੇ ਆਉਂਦੇ ਆ ਜਿਹੜਾ ਦੁਨੀਆ ਵੀ ਹੁੰਦਾ
ਜਿਵੇਂ ਮੈਂ ਵੀ ਥੋੜੀ ਜਿਹੀ ਮਤਲਬ ਇੰਟਰਵਿਊ ਸੁਣੀ ਹੈ, ਸੰਤਾਂ ਦੀ ਵੀ ਸੁਣੀ ਹੈ, ਉਹ ਜਿਹੜਾ ਮੁੰਡਾ ਬੋਲ ਰਿਹਾ ਉਹਦੀ ਵੀ ਸੁਣੀ ਜੀ, ਪੂਰੀ ਨਹੀਂ ਸੁਣੀ ਇਸ ਕਰਕੇ ਮੈਨੂੰ ਪੂਰਾ ਨਹੀਂ ਪਤਾ, ਪਰ ਜਿੰਨੀ ਕੁ ਮੈਂ ਸੁਣੀ ਜੀ ਉਹਨੇ ਕੁਝ ਗਲਤੀਆਂ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮੁਤਾਬਕ ਉਹ ਪੁਰਾਣੇ ਕਰ ਰਿਹਾ ਸੀ ਟੈਲੀਫੋਨ ਕਿਸੇ ਵੀ ਨੂੰ ਭੈਣ ਦੱਸ ਕੇ ਘੰਟਾ ਘੰਟਾ ਟੈਲੀਫੋਨ ਕਰਨਾ, ਜਿਹੜਾ ਇੱਕ ਡੇਰੇ ਦੇ ਵਿੱਚ ਰਹਿੰਦਿਆਂ ਹੋਇਆ ਉਹਨਾਂ ਨੇ ਮਹਿਸੂਸ ਕੀਤਾ ਚੰਗਾ ਨਹੀਂ, ਜਿਹੜਾ ਹੁਣ ਬਾਹਰ ਰੌਲਾ ਵੀ ਪਿਆ ਇਹ ਸਾਡੇ ਵਿੱਚ ਈਰਖਾ ਇੰਨੀ ਆ ਗਈ ਹੈ ਕਿ ਅਸੀਂ ਸੰਤ ਵੀ ਵੰਡ ਲਏ, ਅਸੀਂ ਲੀਡਰ ਵੀ ਵੰਡ ਲਏ, ਜਿਹੜੀ ਗੱਲ ਨਹੀਂ ਵੀ ਅਸੀਂ ਬਈ ਇਸ ਕਰਕੇ ਸਾਡੇ ਵਿੱਚ ਏਦਾਂ ਦੀ ਗੱਲ ਆ ਗਈ ਕਿ ਅਸੀਂ ਥੋੜਾ ਜਿਹਾ ਈਰਖਾ ਅਧੀਨ ਹੋ ਕੇ ਕਈ ਵਾਰੀ ਗੱਲ ਨੂੰ ਹੱਦ ਤੋਂ ਜ਼ਿਆਦਾ ਚੁੱਕਦੇ, ਤੇ ਜਿਹੜੀ ਉਹ ਨੌਜਵਾਨ ਗੱਲ ਕਹਿ ਰਿਹਾ ਉਹਨਾਂ ਦੇ ਉੱਤੋਂ ਹੀ ਮੈਨੂੰ ਇੱਕ ਆਪਣੇ ਗੁਰਮੁਖ ਘਰੇ ਨੂੰ ਪੁੱਛਿਆ, ਮੈਂ ਕਿਹਾ ਤੇਰਾ ਮਨ ਕਹਿੰਦਾ ਕਿ ਸੰਤ ਢੱਡਰੀਆਂ ਵਾਲਾ ਕਵੇ ਬੇਦ ਕੇਸ ਕਰ ਦੇ, ਸੰਤ ਜਰਨੈਲ ਸਿੰਘ ਸਭ ਪਿੰਡਾਂ ਵਾਲੇ ਕਹਿੰਦੇ ਕੋਈ ਵੀ ਨੀਚ ਤੋਂ ਨੀਚ ਕਰਮ ਕਰੇ ਸਿੱਖ ਉਹਦੇ ਪੰਜਾਂ ਕਤਾਰਾਂ ਤੇ ਹੱਥ ਨਹੀਂ ਪਾਉਣਾ, ਸਿਰ ਵਿਛਕ ਲਾ ਦੇ, ਕਿਉਂਕਿ ਉੱਥੇ ਡੇਰੇ ਦੇ ਵਿੱਚ ਰਹਿੰਦੇ ਹੋਇਆ ਜੇਕਰ ਉਹਨੂੰ ਉਸ ਨੌਜਵਾਨ ਨੂੰ ਝਿੜਕਿਆ ਇਹ ਕੁਦਰਤੀ ਹੈ ਕਿ ਉਸਨੇ ਆਪਣੀ ਬੇਇੱਜ਼ਤੀ ਸਮਝ ਕੇ ਉੱਥੋਂ ਕੱਢਿਆ ਗਿਆ ਤੇ ਕੁਛ ਨਾ ਕੁਛ ਈਰਖਾ ਦੇ ਮਨ ਦੇ ਵਿੱਚ, ਤੇ ਉਦੋਂ ਬਾਅਦ ਵਾਲੀ ਗੱਲ ਹੈ ਕਿ ਉੱਥੇ ਉਹਨੂੰ ਹਵਾ ਦੇਣ ਵਾਲੇ ਵੀ ਜ਼ਰੂਰ ਬੰਦੇ ਵਾਲੇ, ਕਿਉਂਕਿ ਸਾਡੇ ਵਿੱਚ ਇੰਨਾ ਥੱਲੇ ਗਿਰਾਵਟ ਆ ਗਈ ਕਿ ਆਪਾਂ ਕਿਸੇ ਤੇ ਯਕੀਨ ਨਹੀਂ ਕਰ ਸਕਦੇ, ਕੋਈ ਵੀ ਬੰਦਾ ਇੱਕ ਦੂਸਰੇ ਨੂੰ ਨਿਯਮਾਂ ਦਿਖਾਉਣ ਲਈ ਦੁਨਿਆਵੀ ਤੌਰ ਤੇ ਸੱਚ ਤਾਂ ਦਰਗਾਹ ਦੇ ਵਿੱਚ ਨਿਭੜ ਹੀ ਜਾਣਾ, ਪਰ ਦੁਨਿਆਵੀ ਤੌਰ ਤੇ ਅਸੀਂ ਨਿਯਮਾਂ ਦਿਖਾਉਣ ਵਾਸਤੇ ਉਸ ਨੂੰ ਹਵਾ ਦੇ ਕੇ ਚੱਕ ਕੇ ਇਹ ਕਿਸੇ ਨਾ ਕਿਸੇ ਤਰ੍ਹਾਂ ਥੱਲੇ ਕਰ ਦਿੰਦੇ, ਇਹ ਸਾਡੇ ਸਾਰਿਆਂ ਵਾਸਤੇ ਬਿਮਾਰੀ, ਕੋਈ ਵੀ ਗੱਲ ਤੇ ਸਾਡੀ ਨਹੀਂ ਗੱਲ ਬਣਦੀ ਤੇ ਆਪਾਂ ਉੱਥੇ ਗੁੱਸਾ ਗੱਲਾਂ ਕੱਢ ਸਕਦੇ, ਰੋਸ ਕਰ ਸਕਦੇ ਵੀ ਆਹ ਗੱਲ ਏਦਾਂ ਨਹੀਂ ਏਦਾਂ ਹੈ, ਪਰ ਜਦੋਂ ਵੀ ਪਹਿਲਾਂ ਵੀ ਇਹਨਾਂ ਦੇ ਉਹ ਬੱਬੂ ਮਾਨ ਨੇ ਚੱਕ ਕੇ ਬੜਾ ਕੁਛ ਉਹਨੇ ਕੀਤਾ ਉਹਦੇ ਅਸੀਂ ਇਹਨੂੰ ਦੇਖਿਆ ਨਹੀਂ ਸੀ, ਪਰ ਫਿਰ ਵੀ ਅਸੀਂ ਕਿਹਾ ਕਿ ਜਿਹੜੇ ਤਰ੍ਹਾਂ ਦੇ ਦੋਸ਼ ਲਾ ਰਿਹਾ ਵੀ ਇੰਨੇ ਸਾਜ ਵੀ ਜਾਂਦੇ ਬੱਬੂ ਮਾਨ ਕੋਲ ਕਈ ਗੁਣਾ ਜ਼ਿਆਦਾ ਸਾਜ ਹੈ, ਇੱਕ ਲਾਲ ਬੱਤੀ ਦੀ ਗੱਲ ਨਹੀਂ ਕੋਈ ਧਰਮ ਤੋਂ ਗਿਰਾਵਟ ਵਾਲੀ ਗੱਲ ਨਹੀਂ, ਛੇਤੀ ਪਹੁੰਚਣ ਵਾਸਤੇ ਕੋਈ ਵੀ ਕਰ ਸਕਦਾ, ਪਰ ਉਹਦੇ ਵਿੱਚ ਵੀ ਬੜਾ ਕੁਛ ਇੱਥੇ ਹੋਇਆ, ਸਾਨੂੰ ਸੋਚ ਇਹ ਰੱਖਣੀ ਚਾਹੀਦੀ ਆ ਈਰਖਾ ਵਸ ਨਾ ਹੋ ਕੇ, ਹਾਂ ਹੁਣ ਵੀ ਦਾਸ ਇਹ ਬੇਨਤੀ ਕਰਦਾ ਕਿ ਉਹਨਾਂ ਨੇ ਜੋ ਬੋਲਿਆ ਕਿ ਅਸੀਂ ਇਸ ਨੂੰ ਉੱਥੋਂ ਕੱਢ ਦਿੱਤਾ ਗਿਆ, ਉਸ ਨੌਜਵਾਨ ਦੇ ਨਾਲ ਉਹ ਸਮਝਦਾ ਹੋਊ ਮੇਰੇ ਨਾਲ ਬਦੀਚੀ ਕੀਤੀ, ਹਰੇਕ ਦੀ ਸਮਝਦਾ ਬੱਚੇ ਦੇ ਚਪੇੜ ਮਾਰ ਦੋ ਦੋ ਦਿਨ ਤੁਹਾਡੇ ਵੱਲ ਮੂੰਹ ਨਹੀਂ ਕਰਦਾ, ਕਿਉਂਕਿ ਗਲਤੀ ਉਹਦੀ ਹੁੰਦੀ ਆ ਤੇ ਸਾਰੀਆਂ ਸੰਸਥਾਵਾਂ ਦੇ ਸਾਰੇ ਡੇਰਿਆਂ 'ਚ ਗੱਲ ਹੁੰਦੀ ਹੈ, ਜਦੋਂ ਕੋਈ ਗਲਤੀ ਕਰਦਾ ਉਹਨੂੰ ਉੱਥੋਂ ਕੱਢਿਆ ਜਾਂਦਾ ਤੇ ਕਈ ਵਾਰੀ ਕੁੱਟਣਾ ਹੁੰਦਾ, ਉਹਨੂੰ ਉਸਦੀ ਸਜ਼ਾ ਵੀ ਦਿੱਤੀ ਜਾਂਦੀ ਜਿਹੜਾ ਕੰਮ ਉਹਨੇ ਕੀਤਾ ਹੋਵੇ, ਇਸ ਕਰਕੇ ਉਹ ਮੁੰਡਾ ਜਿਹੜੀਆਂ ਗੱਲਾਂ ਕਰ ਰਿਹਾ ਉਹ ਕੁਝ ਗੱਲਾਂ ਬਹੁਤ ਜ਼ਿਆਦੀਆਂ ਵੱਧ ਕੇ ਕਰ ਰਿਹਾ, ਉਹਨੂੰ ਇਹ ਨਹੀਂ ਪਤਾ ਕਿ ਜੇ ਮੈਂ ਗੱਲਾਂ ਜ਼ਿਆਦੀਆਂ ਵਧਾ ਕੇ ਕਰੂੰਗਾ ਤੇ ਮੇਰਾ ਜਿਹੜੀ ਮੇਰੇ ਨਾਲ ਮਾੜੀ ਮੋਟੀ ਹੋਈ ਆ ਉਹ ਵੀ ਸਾਰਾ ਝੂਠ ਬਣ ਜਾਂਦਾ, ਤੇ ਉਦੋਂ ਬਾਅਦ ਇਹ ਬੇਨਤੀ ਹੈ ਵੀ ਕੋਈ ਵੀ ਗੱਲ ਹੁੰਦੀ ਆਪਣੇ ਵਿੱਚੋਂ ਸਾਰੇ ਜਾਣੇ ਕੋਈ ਵੀ ਤੁਸੀਂ ਗੁਰਮੁਖ ਪਿਆਰੇ ਚਾਰ ਪੰਜ ਜਾਂਦੇ ਰਹਿੰਦੇ ਆਉਂਦੇ ਰਹਿੰਦੇ ਆ ਜਾਂ ਉਹਨਾਂ ਦਾ ਵੀ ਇੱਥੇ ਪ੍ਰੋਗਰਾਮ ਹੁੰਦਾ ਰਹਿੰਦਾ, ਉਹਨਾਂ ਨਾਲ ਆਪਾਂ ਬਹਿ ਕੇ ਵਿਚਾਰ ਕਰਕੇ ਤੁਸੀਂ ਉੱਥੇ ਆ ਸਕਦੇ ਵੀ ਗੱਲ ਕੀ ਹੈ, ਮੁੰਡੇ ਨਾਲ ਵੀ ਕਰ ਸਕਦੇ ਹੋ ਗੱਲ, ਉਹਨਾਂ ਨੇ ਕਹੀ ਆ ਉਹਨੇ ਮੁੰਡੇ ਨੇ ਵੀ ਮੈਨੂੰ ਇੰਟੈਰੋਗੇਟ ਕੀਤਾ ਗਿਆ, ਮੈਨੂੰ ਬਹੁਤ ਤਸੀਹੇ ਦਿੱਤੇ, ਮੈਨੂੰ ਮਾਰਿਆ ਗਿਆ, ਉਹਨਾਂ ਬੇਹੋਸ਼ ਹੋ ਜਾਂਦਾ ਸੀ, ਤਾਂ ਉਹਨੂੰ ਲੱਗਦਾ ਕਿ ਉਹਨੂੰ ਮਾਰਿਆ ਗਿਆ, ਇੱਥੇ ਜਿਹੜੀ ਗੱਲ ਆਪ ਜੀ ਨੇ ਪਹਿਲਾਂ ਸੁਣੀ ਕਿ ਇੱਥੋਂ ਜਦੋਂ ਕੋਚਾਂ ਭਰ ਕੇ ਗਈਆਂ ਨਾ ਉੱਧਰ ਐਕਟਰਾ ਵੀ ਉਹਨਾਂ ਆਪਦੇ ਕੇਸ ਕੱਟ ਲਏ, ਉਦੋਂ ਵੀ ਸਾਡੇ ਜਿਹੜੇ ਲੀਡਰ ਆ ਸਾਡੇ ਨਾਲ ਗੁੱਸੇ ਹੁੰਦੇ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜਿਹੜਾ ਇਹ ਕੰਮ ਹੈ ਇਹਦੇ ਵਾਸਤੇ ਕੋਚਾਂ ਭਰ ਕੇ ਨਹੀਂ ਜਾਣ ਦੀ ਲੋੜ, ਆਪਾਂ ਕੋਚਾਂ ਭਰ ਕੇ ਉੱਥੇ ਵੱਡੇ ਨਹੀਂ ਬਣੇ, ਜਦੋਂ ਉੱਥੇ ਗਏ ਉਹ ਤੋਂ ਬਾਅਦ ਉਹਦਾ ਕੇਸ ਝੂਠਾ ਨਿਕਲਿਆ, ਉਹ ਤੋਂ ਬਾਅਦ ਸਮੈਤਕ ਦੇ ਵਿੱਚ ਇੱਕ ਸਮੈਤ ਗੁਰਦੁਆਰਾ ਸਾਹਿਬ ਦੇ ਵਿੱਚ ਮੈਨੇਜਰ ਬਣਿਆ ਹੁੰਦਾ, ਮੈਂ ਉਹਦਾ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਚਾਹੀਦਾ ਨਹੀਂ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਉਸ ਇਨਸਾਨ ਨੇ ਆਪਣੇ ਵਾਲ ਕੱਟ ਲਏ,
ਬਾਲ ਕੱਟ ਲਿਆ ਕੇਸ ਪੇਸ ਹੋ ਗਿਆ ਤੇ ਬਲਵਿੰਦਰ ਸਿੰਘ ਨੇ ਮੈਨੂੰ ਟੈਲੀਫੋਨ ਕੀਤਾ ਵੀ ਰਾਜ ਹੋਣੀ ਜਿਹੜੇ ਟੈਲੀਫੋਨ ਕਰਦੇ ਆ ਤੇ ਪੁਲਿਸ ਨਾਲ ਮੀਟਿੰਗ ਕਰਨੀ ਆ ਇੱਕ ਸਿੱਖ ਦੇ ਬਾਲ ਕੱਟੇ ਆ ਗੋਰਿਆਂ ਨੇ ਇਹ ਮਸਲਾ ਆਪਾਂ ਜਰਾ ਕੁ ਆਧਾਰ ਨਾਲ ਤੇ ਪੁਲਿਸ ਨੂੰ ਜਰਾ ਕੁ ਤੰਗੀ ਦੇਣੀ ਆ ਵੀ ਇਹਨੂੰ ਲੱਭੋ ਜੋ ਵੀ ਹੈਗਾ ਤੇ ਮੈਨੂੰ ਇਹਨੇ ਨਾਂ ਦੱਸਿਆ ਮੈਂ ਕਿਹਾ ਬਲਵਿੰਦਰ ਸਿੰਘ ਜਿਹੜਾ ਤੂੰ ਮੈਨੂੰ ਨਾਂ ਦੱਸਿਆ ਇਹ ਮੈਂ ਤੈਨੂੰ ਹੁਣੇ ਕਹਿੰਦਾ ਵੀ ਮੈਂ ਜਿੱਦਾਂ ਦਾ ਉਹਦਾ ਚਾਲ ਚੱਲਣ ਸੀ ਵੀ ਇਹ ਗਲਤ ਆ ਗੱਲ ਉਸ ਤੋਂ ਬਾਅਦ ਬਲਵਿੰਦਰ ਸਿੰਘ ਤਾਂ ਮੈਂ ਸਿੱਧੇ ਉਹਦੇ ਘਰ ਚਲੇ ਗਿਆ ਰਾਤ ਨੂੰ 10:30 ਜਦੋਂ ਪੁੱਛਿਆ ਵੀ ਕੀ ਹੋਇਆ ਤੈਨੂੰ ਤੇ ਉਹਨੇ ਮੇਰਾ ਖੈਰ ਬੰਦਾ ਹੀ 5-6 ਥਾਲ ਬਣਾ ਦਿੱਤਾ ਉਹਨੇ ਮੇਰਾ ਬਟੂਆ ਵੀ ਕੱਢ ਲਿਆ ਉਹਨੇ ਮੇਰਾ ਟੈਲੀਫੋਨ ਵੀ ਕੱਢ ਲਿਆ ਇੱਕ ਹੱਥ ਮੈਂ 20 ਮੇਰੇ ਸਿਰ 'ਚ ਪਾ ਦਿੱਤੀ ਕਿਉਂਕਿ ਵੀਰ ਤਾਂ ਮੁਸ਼ਕਲ ਹੈ ਇੱਕ ਚੰਗਾ ਸਿੰਘ ਸੀ ਉਹਨੇ ਕਿਹਾ ਤੇਰੇ ਕੋਲ ਮੁਸ਼ਕਲ ਹੁੰਦਾ ਉਹ ਕਹਿੰਦਾ ਉਹ ਡੋਲ ਹੈ ਉਹ ਮੈਂ ਕਿਹਾ ਜਿਹੜੇ ਵੀਰ ਲਈ ਪੈਸੇ ਲੁੱਟਣ ਆਏ ਉਹ ਵੀਰ ਦਾ ਟੀਨ ਇਹਦੇ ਸਿਰ 'ਚ ਕੀਤਾ ਡੇਰ ਕੇ ਵੀਰ ਵਾਸਤੇ ਤਾਂ ਪੈਸੇ ਕਹਿੰਦਾ ਲੁੱਟਣ ਆਏ ਉਹ ਗੱਲ ਪੁਲਿਸ ਵਾਲਿਆਂ ਨੇ ਕਿਹਾ ਉਹ ਕਹਿੰਦੇ ਅੱਜ ਤੱਕ ਸਿੱਖ ਦੇ ਬਾਲ ਕਿਸੇ ਗੋਰੀ ਨੇ ਕਦੇ ਨਹੀਂ ਕੱਟੇ ਸਾਡੇ ਕੋਲ ਜਿੰਨੇ ਕੇਸ ਆਏ ਆ ਅੱਜ ਤੱਕ 3-4 ਉਹਨਾਂ ਨੇ ਆਪ ਹੀ ਕੱਟੇ ਸੀ ਤੇ ਉਹ ਵੀਕ ਦੇ ਵਿੱਚ ਉਹਦਾ ਸਬੂਤ ਹੋ ਗਿਆ ਕੇਸ ਆਪ ਕੱਟੇ ਬਾਕੀ ਦੇ ਸਾਰੇ ਕਟਾ ਜਿਹੜਾ ਕੋਈ ਬੰਦਾ ਕੋਈ ਵੀ ਕੁਛ ਕਹਿ ਸਕਦਾ ਅਰਦਾਸ ਹੀ ਬੇਨਤੀ ਕਰੂੰ ਕਿ ਸੱਚ ਨਹੀਂ ਮੰਨਿਆ ਜਾ ਸਕਦਾ ਜਿੰਨਾ ਚਿਰ ਪੂਰੀ ਇਨਵੈਸਟੀਗੇਸ਼ਨ ਨਹੀਂ ਹੋਈ ਪੈਸੇ ਦਵਾਉਣ ਵਾਸਤੇ ਬਾਬਿਆਂ ਕੋਲ ਮੈਨੂੰ ਪਤਾ ਵੀ ਬਾਬਿਆਂ ਕੋਲ ਇੱਦਾਂ ਦੇ ਗੁੰਡੇ ਬੰਦੇ ਜਾ ਕੇ ਵੀ ਕਈ ਰਹਿੰਦੇ ਆ ਜਿਹੜੇ ਕਹਿੰਦੇ ਵੀ ਬਾਬੇ ਨੂੰ ਇਸ ਤਰ੍ਹਾਂ ਦੇ ਤੈਨੂੰ ਇਸ ਗੱਲ 'ਚ ਫਸਾ ਦੇਣਾ ਇਹ ਲੱਖਾਂ ਰੁਪਈਏ ਉਹਨਾਂ ਨੇ ਲਏ ਵੀ ਆ ਇਸ ਗੱਲ ਦਾ ਸਬੂਤ ਆ ਕਿ ਉਹਨਾਂ ਬੰਦਿਆਂ ਨੇ ਪੈਸੇ ਲਏ ਵੀ ਬਾਬਿਆਂ ਨੂੰ ਡਰਾ ਕੇ ਪਰ ਬਾਬੇ ਕਮਜ਼ੋਰੀ ਨਾ ਕਰਨ ਤੇ ਮੈਂ ਕਹਿੰਦਾ ਕੁਛ ਵੀ ਕਮਜ਼ੋਰੀ ਹੋਵੇ ਜ਼ਰੂਰੀ ਨਹੀਂ ਖਲਾਤੀ ਹੁੰਦੀ ਹੈ ਕੁਛ ਵੀ ਹੋਵੇ ਜੇ ਕਮਜ਼ੋਰੀ ਮੰਨ ਕੇ ਮੈਂ ਡਰਦਾ ਹੀ ਤੁਹਾਡੇ ਕੋਲੋਂ ਕਈ ਜਾਣਾ ਤੁਸੀਂ ਜੋ ਕਹਿ ਤਾਂ 7 ਦੀ ਤੇ ਉਹ ਕਿਸੇ ਵੀ ਗੱਲ 'ਚ ਉੱਤੇ ਉਹਨੂੰ ਪ੍ਰਭਾਵਿਤ ਕਰ ਸਕਦੇ ਆ ਇਸ ਕਰਕੇ ਇਹ ਜਿਹੜੇ ਕਈ ਚੱਕਣ ਵਾਲੇ ਹੁੰਦੇ ਵੀ ਬਾਬਿਆਂ ਕੋਲ ਪੈਸੇ ਬਹੁਤ ਆ ਤੇ ਤੈਨੂੰ ਪੈਸੇ ਹੋਰ ਨਹੀਂ ਤਾਂ ਇੱਦਾਂ ਮਿਲ ਜਾਂਦੇ ਸੰਗਤਾਂ ਨੇ ਉਹ ਕਹੀ ਜਾਂਦਾ ਮੈਂ ਗਰੀਬ ਬਹੁਤ ਆ ਮੈਂ ਲੈਂਦਾ ਕੁਛ ਨਹੀਂ ਸੀ ਮੈਨੂੰ ਪੈਸੇ ਭੇਜੋ ਜੀ ਮਦਦ ਕਰੋ ਜੀ ਮਤਲਬ ਇਹ ਕੋਈ ਕਹਾਣੀ ਗੱਲ ਥੋੜ੍ਹਾ ਹੈਗੀ ਇਹ ਵੀ ਅਸੀਂ ਕਹਿੰਦੇ ਗੁਰਮਤਿ ਅਨੁਸਾਰ ਜਿਹੜੇ ਗੁਰਮਤਿ ਲਈ ਪ੍ਰਚਾਰ ਕਰਦੇ ਆ ਕਰ ਕੋਈ ਵੀ ਕੁਛ ਗਰੰਟੀ ਨਹੀਂ ਪਰ ਉਸ ਦੀ ਇਨਵੈਸਟੀ ਸਾਰੀ ਦੇਖਭਾਲ ਕਰਕੇ ਕੌਂਸਲ ਕਰਕੇ ਇਨਵੈਸਟੀਗੇਸ਼ਨ ਕਰਕੇ ਫਿਰ ਉਹਨਾਂ ਗੱਲਾਂ ਨੂੰ ਸੰਗਤ ਦੇ ਵਿੱਚ ਕੋਈ ਨਹੀਂ ਕਰਦਾ ਤਾਂ ਉਹਦਾ ਕਹਿਣਾ ਨਹੀਂ ਚਾਹੀਦਾ ਬਹੁਤ ਧੰਨਵਾਦ ਸਾਡੇ ਕੋਲ ਲਾਸਟ ਦੋ ਕਾਲਰ ਨੇ ਬੁਲਾ ਰਹੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਇੱਕ ਮਿੰਟ ਵਿੱਚ ਭਾਈ ਦਿਓ ਸਾਹਿਬ ਤੇ ਭਾਈ ਜਸਵੰਤ ਸਿੰਘ ਹਾਂਜੀ ਸਾਰਿਆਂ ਵੀਰਾਂ ਨੇ ਬਹੁਤ ਹੀ ਸੱਚੇ ਢੰਗ ਦੇ ਨਾਲ ਸੰਤਾਂ ਨੂੰ ਚੰਨਣਾ ਪਾਇਆ ਹੈ ਸੰਤ ਬਾਬਾ ਰਣਜੀਤ ਸਿੰਘ ਢੰਡੇਵਾਲ ਬਾਰੇ ਆਪਾਂ ਸਾਰੇ ਜਾਣਦੇ ਹਾਂ ਜੇ ਆਪਾਂ ਥੋੜ੍ਹੀ ਬਹੁਤੀ ਉਹ ਸਟੋਰੀ ਦੇਖੀਏ ਹਰ ਇੱਕ ਇਨਸਾਨ ਦਾ ਮਨ ਜਿਹੜਾ ਧਰਮ ਨੂੰ ਥੋੜ੍ਹਾ ਬਹੁਤਾ ਮੰਨਦਾ ਹੈ ਉਹਦੇ ਅੰਦਰ ਦੀ ਭਾਵਨਾ ਇਹ ਹੁੰਦੀ ਆ ਉਹਦੀ ਆਤਮਾ ਇਹ ਜਵਾਬ ਹੁੰਦੀ ਆ ਅਤੇ ਇੱਕ ਸਰੀਰ ਨਹੀਂ ਦੱਸਣ ਔਰ ਕਿੰਨੇ ਸਾਲਾਂ ਨੂੰ ਵਿਚਰ ਕੇ ਇੱਥੇ ਪ੍ਰਚਾਰ ਕੀਤਾ ਇੰਗਲੈਂਡ ਦੇ ਵਿੱਚ ਸੁਰਦਾਸ ਨੂੰ ਯਾਦ ਹੈ ਜਦੋਂ ਮੈਂ 2004 ਵਜੇ ਪਹਿਲਾਂ ਗੁਰੂ ਸਾਹਿਬ ਨੂੰ ਮੇਰੀ ਸੇਵਾ ਬਖਸ਼ੀ ਗੁਰਦੁਆਰਾ ਸਾਹਿਬ ਦਰਬਾਰ ਵਿੱਚ ਉਦੋਂ ਪਹਿਲਾਂ ਦਵਾਲਿਖਾ ਉਹਦਾ ਲੱਗਾ ਸੀ ਔਰ ਮੇਰੀ ਡਿਊਟੀ ਲਾਈਫ ਹੋਈ ਸੀ ਕਿ ਜਦੋਂ ਸੰਗਤਾਂ ਆਉਂਦੀਆਂ ਤੁਸੀਂ ਉਹਨਾਂ ਨੂੰ ਜਗ੍ਹਾ ਜਗ੍ਹਾ ਬਣਾਉਣਾ ਔਰ ਜੋ ਰਸਤਾ ਹੈ ਉਹਦੇ ਵਿੱਚ ਕੋਈ ਸੰਗ ਨਾ ਬੈਠੇ ਤੁਸੀਂ ਬੇਜੀ ਯਕੀਨ ਕਰੋ ਕਿ ਮਾਤਾ ਸਕੀ 7-8 ਸਾਲ ਦੀ ਹੋ ਗਈ ਮੈਂ ਉਹ ਕਿਹਾ ਮਾਤਾ ਜੀ ਤੁਸੀਂ ਇੱਥੇ ਨਾ ਬੈਠੋ ਇੱਥੋਂ ਰਸਤਾ ਰੁਕਦਾ ਗੁਰੂ ਦੇ ਬਿਲਕੁਲ ਫੜ ਤੇ ਲੱਗਿਆ ਸੀ ਕਹਿੰਦੇ ਪੁੱਤਾਂ ਭਾਵੇਂ ਮੈਨੂੰ ਧੱਕੇ ਮਾਰੀ ਮੈਂ ਇੱਥੋਂ ਮੈਂ ਨੇੜੇ ਹੋ ਕੇ
ਮਹਾਂਪੁਰਖਾਂ ਦੇ ਦਰਸ਼ਨ ਕਰਨ ਲੱਗੇ। ਇਹ ਆਪਣੇ ਆਪਣੇ ਮਨ ਦੀ ਸ਼ਰਧਾ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਭਾਈ ਬਲਵੰਤ ਸਿੰਘ ਰਾਜੋਂਗਾ ਬਾਰੇ, ਉਹਨਾਂ ਨੇ ਕਾਫੀ ਇਸ ਗੱਲ ਨੂੰ ਸੰਤਾਂ ਵਿੱਚ ਪਹੁੰਚਾਇਆ ਔਰ ਜੋ ਹਰ ਇੱਕ ਆਪਣਾ ਸਾਰੇ ਦਾ ਫਰਜ਼ ਬਣਦਾ ਹੈ। ਆਪਾਂ ਨੂੰ ਪਤਾ ਹੈ ਜਿਹੜੀਆਂ ਵਿਰੋਧੀ ਧਿਰਾਂ ਸਿੱਖੀ ਦੇ ਖਿਲਾਫ਼ ਦਿੱਤੀਆਂ ਹਨ ਉਹ ਹਰ ਵੇਲੇ ਇਸ ਦਾਅ ਤੇ ਰਹਿੰਦੀਆਂ ਹਨ, ਹੁਣ ਕਿਹੜਾ ਸ਼ੋਸ਼ਾ ਛੱਡੀਏ, ਕਿਹੜਾ ਕਿੱਥੇ ਇਲਜ਼ਾਮ ਲਾਈਏ ਤੇ ਸਿੱਖੀ ਨੂੰ ਢਾਹ ਦੇਈਏ, ਸੰਤਾਂ ਦੇ ਮਨ ਵਿੱਚ ਜਿਹੜੀ ਸ਼ਰਧਾ ਬਣੀ ਹੈ ਉਹ ਟੁੱਟ ਜਾਵੇ। ਇਹਦੇ ਨਾਲ ਬਹੁਤ ਡੈਮੇਜ ਹੋਇਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਸੇ ਉਹਨਾਂ ਦਾ ਨੁਕਸਾਨ ਨਹੀਂ ਤੇ ਸਾਡਾ ਆਪਣਾ ਨੁਕਸਾਨ। ਪਰ ਮੀਡੀਆ ਆ ਉਹਨਾਂ ਨੂੰ ਚਾਹੀਦਾ ਸਾਰੀ ਜਸਟੀਫਾਈ ਕਰਕੇ। ਅਰਦਾਸ ਇਹ ਦੁੱਖ ਨਾਲ ਗੱਲ ਕਹਿਣੀ ਚਾਹੁੰਦਾ ਹੈ, ਜਿਹੜਾ ਇਨਵੈਸਟੀਗੇਸ਼ਨ ਕਰਨ ਤੋਂ ਬਗੈਰ ਇਹੋ ਜਿਹਾ ਵੱਡਾ ਇਲਜ਼ਾਮ ਮਹਾਂਪੁਰਖਾਂ ਤੇ ਲਾਇਆ ਜਿਹੜੇ ਪ੍ਰਚਾਰ ਕਰਦੇ ਹਨ, ਆਪਾਂ ਆਪਣੇ ਬੱਚਿਆਂ ਨੂੰ ਕਹਿੰਦੇ ਉਹ ਨਹੀਂ ਮੰਨਦੇ, ਉਹਨਾਂ ਹੀ ਚੈਨਲਾਂ ਤੇ ਬੈਠ ਕੇ ਕਈ ਮੇਰੇ ਜਿਹੜੇ ਪ੍ਰਜੈਂਟਰ ਗੁਰੂ ਗ੍ਰੰਥ ਸਾਹਿਬ ਵਿੱਚ ਦੁੱਖ ਦੱਸਦੇ ਹਨ, ਉਹਨਾਂ ਹੀ ਚੈਨਲਾਂ ਤੇ ਬੈਠ ਕੇ ਕੁਛ ਪ੍ਰਜੈਂਟਰ ਇਹ ਕਹਿ ਰਹੇ ਹਨ ਜਿਹੜੇ ਕਾਸੇਵਾਲ ਦੇ ਗਾਣੇ ਨੂੰ ਛਿੱਤਰਾਂ ਦੇ ਖਾਪ ਹੋਣੇ ਚਾਹੀਦੇ ਹੋਏ, ਉਹਨਾਂ ਦੀ ਕਦੇ ਪੁੱਛਗਿੱਛ ਨਹੀਂ ਹੋਈ, ਕਦੇ ਉਹਨਾਂ ਨੂੰ ਮੀਡੀਆ ਸਾਹਮਣੇ ਮਾਫ਼ੀ ਨਹੀਂ ਮੰਗਾਈ ਜਾਂ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਟੀਮ ਚੋਂ ਜਿਹੜੇ ਗੁਰੂ ਚਾਨਾ ਨਾਲ ਜੋੜਦੇ ਹਨ, ਉਹਦੇ ਵੱਡੇ ਵੱਡੇ ਇਲਜ਼ਾਮ ਲਾਉਣ ਵਾਸਤੇ ਕਦੇ ਵੀ ਇੱਕ ਮਿੰਟ ਵੀ ਸੋਚ ਵਿਚਾਰ ਨਹੀਂ ਕੀਤੀ ਕਿ ਅਸੀਂ ਇਹ ਗੱਲ ਕਰੀਏ, ਕਿਹੜੇ ਹੱਥਾਂ ਕਰੀਏ, ਪੁਸ਼ਟ ਪਾਲ ਕਰੀਏ। ਸੋ ਆਪਾਂ ਨੂੰ ਸਾਰਾ ਸੁਚੇਤ ਹੋਣਾ ਚਾਹੀਦਾ ਹੈ, ਉਹਨਾਂ ਦੇ ਨਾਲ ਮੁੱਢਾ ਮੁੱਢਾ ਲਾ ਕੇ ਖੜਨਾ ਚਾਹੀਦਾ ਹੈ, ਜਦੋਂ ਸਿੱਖੀ ਦਾ ਪ੍ਰਚਾਰ ਹੋਵੇ ਉਹ ਗੁਰੂ ਵਾਲੇ ਬਣ ਕੇ ਆਪਾਂ ਭਾਵੀ ਬਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਆਂ ਨੇ ਕਾਫੀ ਵਿਚਾਰਾਂ ਕੀਤੀਆਂ ਕਿ ਜਿਨ੍ਹਾਂ ਨੇ ਸੰਤ ਰਣਜੀਤ ਸਿੰਘ ਹੋਣਾ ਤੇ ਦੋਸ਼ ਲਾਏ ਆ ਤੇ ਮੀਡੀਆ ਨੇ ਕੀ ਰੋਲ ਨਿਭਾਇਆ ਹੈ। ਆਪਾਂ ਨੂੰ ਇਹੋ ਹੀ ਸੋਚਣਾ ਚਾਹੀਦਾ ਕਿ ਜਿਹੜੇ ਲੀਡਰ ਸਿੰਘ ਅੱਜ ਦਾ ਭਾਈ ਰਣਜੀਤ ਸਿੰਘ ਉਹਨਾਂ ਨੇ ਫੋਨ ਕੀਤਾ ਉਸ ਵੇਲੇ, ਦਾਸ ਨੇ ਅਗਲੇ ਦਿਨ ਵੀ ਫੋਨ ਕੀਤਾ ਸੀਗਾ ਅਤੇ ਬੇਨਤੀ ਵੀ ਨਾਲ ਕੀਤੀ ਸੀ ਕਿ ਤੁਹਾਨੂੰ ਪੁੱਛਗਿੱਛ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਅਸੀਂ ਪੁੱਛਗਿੱਛ ਕੀਤੀ, ਅਸੀਂ ਅਵੇਅਰ ਕਰਦੇ ਹਾਂ। ਅਤੇ ਦਾਸ ਨੇ ਦੋ ਇਗਜਾਮਪਲਾਂ ਉਹਨਾਂ ਨੂੰ ਦਿੱਤੀਆਂ ਸੀ, ਉਹਨਾਂ ਨੂੰ ਪਤਾ ਹੈ, ਮੈਨੂੰ ਵੀ ਪਤਾ, ਅਸੀਂ ਵੀ ਪੁੱਛ ਸਕਦੇ। ਮੈਂ ਕਿਹਾ ਵੀ ਦੋ ਬੰਦੇ ਤੁਹਾਡੇ ਕੋਲ ਆ, ਉਹਨਾਂ ਦੀ ਵੀ ਇਨਵੈਸਟੀਗੇਸ਼ਨ ਕਰਾ ਲਓ, ਕਰੋਨਾ ਵੀ ਹੈਗੀ, ਪੇਪਰਾਂ ਵਿੱਚ ਵੀ ਆਏ ਹੋ, ਜਿੱਥੇ ਹੋਰ ਲੱਗ ਰਹੇ ਨੇ। ਜੇ ਆਪਾਂ ਇਸ ਤਰ੍ਹਾਂ ਸਾਰੇ ਜਿੱਦਾਂ ਰਣਜੀਤ ਸਿੰਘ ਉਹਨਾਂ ਨੇ ਕੀਤਾ, ਤੁਸੀਂ ਵੀ ਜਾ ਕੇ ਆਪਣੇ ਮਨ ਬੇਨਤੀ ਕਰੋਗੇ ਤੇ ਮੇਰਾ ਖਿਆਲ ਗਾਂਹ ਵਾਸਤੇ ਮੀਡੀਆ ਜਿਹੜਾ ਆ ਉਹ ਇੱਥੋਂ ਅਵੇਅਰ ਹੋ ਜਾਊਗਾ। ਤੇ ਬਾਕੀ ਮਹਾਂਪੁਰਖਾਂ ਨੂੰ ਵੀ ਬੇਨਤੀ ਆ ਕਿ ਗੁਰੂ ਸਾਹਿਬ ਦੀ ਆਪਾਂ ਕਥਾ ਸੁਣੀ ਆ, ਦਾਸ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਤੋਂ ਕਥਾ ਸੁਣੀ, ਕਹਿੰਦੇ ਵੀ ਜਿਹੜਾ ਸ਼ੇਰਨੀ ਦਾ ਦੁੱਧ ਆ ਨਾ ਉਹ ਸੋਨੇ ਦੇ ਭਾਂਡੇ ਤੋਂ ਬਿਨਾਂ ਟਿਕ ਨਹੀਂ ਸਕਦਾ। ਇਸ ਕਰਕੇ ਜਿਹੜੀ ਸਾਧ ਸੰਗਤ ਦੀ ਵਡਿਆਈ ਆ ਇਹ ਸ਼ੇਰਨੀ ਦੇ ਦੁੱਧ ਤੋਂ ਵੀ ਪਾਵਰਫੁੱਲ ਹੈ, ਸ਼ਕਤੀਸ਼ਾਲੀ ਆ। ਇਹਨੂੰ ਸੰਭਾਲਣ ਵਾਸਤੇ ਜਿੱਦਾਂ ਆਪਾਂ ਕੋਈ ਮਕਾਨ ਜਦੋਂ ਉੱਚਾ ਚਲ ਜਾਂਦਾ ਨਾ ਵੱਡਾ, ਉਹਦੀ ਨੀਂਦ ਆ ਬਹੁਤ ਫਿਕਰ ਹੁੰਦਾ ਵੀ ਇਹਦੀ ਨੀਂਦ ਕਿੱਡੀ ਵਧੀਆ ਹੋਣੀ ਚਾਹੀਦੀ ਆ। ਤੇ ਉਹ ਜਿਹੜੇ ਵੱਡੇ ਵੱਡੇ ਕੱਠ ਹੁੰਦੇ ਇੰਨੀ ਸੰਗਤ ਦਾ ਉੱਤੇ ਉਹ ਬਹੁਤ ਜ਼ਿਆਦਾ ਸਿਕਿਉਰਿਟੀ ਕਹਿ ਲਓ ਜਾਂ ਮਹਾਰਾਜ ਦੀ ਬਖਸ਼ਿਸ਼ ਕਹਿ ਲਓ ਜਾਂ ਆਪਣੀ ਸੰਗਤ ਜਿਹੜੀ ਹੁੰਦੀ ਜਥੇਬੰਦੀਆਂ ਹੁੰਦੀਆਂ ਆ ਜਿਹੜੀਆਂ ਹੋ ਕੇ ਲੱਗ ਗਈਆਂ ਸੰਗਤ ਮਗਰੇ ਆ, ਭਾਵੇਂ ਜਿਹੜੇ ਲੀਡਰਸ਼ਿਪ ਦੇ ਵਿੱਚ ਕੋਈ ਨਾ ਕੋਈ ਅਦਰਾਬਦੀ ਹੁੰਦੀ ਆ, ਉਹਨਾਂ ਦੇ ਨਾਲ ਨੰਗੇ ਧਰ ਕੱਢ ਕੇ ਖੜਨਾ ਚਾਹੀਦਾ ਜ਼ਰੂਰੀ। ਇਸ ਕਰਕੇ ਕਿਉਂਕਿ ਜਦੋਂ ਆਪਾਂ ਕਿਤੇ ਖਾਲਿਸਤਾਨੀਆਂ ਨੂੰ ਵੀ ਕਈ ਸਾਡੇ, ਮੈਂ ਇੱਕ ਬਾਬੇ ਦੀ ਨਹੀਂ ਗੱਲ ਕਰਦਾ, ਇੰਡੀਆ 'ਚ ਜਾ ਕੇ ਸਾਡੇ ਕੋਲ ਸਬੂਤ ਹੈਗੇ ਆ ਖਾਲਿਸਤਾਨੀਆਂ ਨੂੰ ਜਾ ਕੇ ਜੀ ਪੈਸੇ ਇਕੱਠੇ ਕਰਕੇ ਖਾਲਸਾ ਦੇ ਨਾਅਰੇ ਲਾਉਂਦੇ, ਇੱਦਾਂ ਉਹ ਵੀ ਚੀਜ਼ ਗਲਤ ਗੱਲ ਆ। ਫਿਰ ਵੀ ਕਹਿੰਦੇ ਜੀ ਝੂਠੇ ਆ, ਤੇ ਜਦੋਂ ਇੱਦਾਂ ਕਹਿੰਦੇ ਆ ਜਿਹੜੀ ਦੁਸ਼ਮਣ ਧਿਰ ਉਹ ਕਹਿੰਦੀ ਆ ਵੀ ਬਾਬੇ ਵੀ ਇੱਦਾਂ ਕਹਿਣ ਲੱਗੇ ਆ, ਇਹਦਾ ਮਤਲਬ ਵੀ ਇਹ ਉਹਨਾਂ ਨੇ ਉਹਦਾ ਨਹੀਂ ਬਣਦੀ ਨੀ, ਉਹਦੇ ਨਾਲ ਆਪਾਂ ਨੁਕਸਾਨ ਕਰਦੇ ਆ ਆਪਣਾ। ਕਿਉਂਕਿ ਆਪਾਂ ਨੂੰ ਦਾਸ ਸ਼ੁਰੂ ਤੋਂ ਕਹਿੰਦਾ ਚਲੋ ਜਥੇਬੰਦੀਆਂ ਨਾਲ ਆਪੇ ਇੱਕ ਦੂਜੇ ਨਾਲ ਆਪਾਂ ਵੱਧ ਘੱਟ ਵੀ ਕਰ ਲਈਏ, ਪਰ ਅਸੀਂ ਸਦਾ ਹੀ ਹਮੇਸ਼ਾ ਜਥੇਬੰਦੀਆਂ ਨਾਲ ਚੱਲੀਦਾ ਆ ਤੇ ਜਥੇਬੰਦੀਆਂ ਨਾਲ ਚੱਲਦਿਆਂ ਹੋਇਆ ਆਪਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ੂਗਾ। ਤੇ ਮੀਡੀਆ ਜਿਹੜਾ ਵੀ ਕੋਈ ਗੱਲ ਕਰਦਾ ਉੱਥੇ ਤੁਸੀਂ ਜਾ ਕੇ ਉਹਨਾਂ ਨਾਲ ਵਿਚਾਰ ਕਰਕੇ ਜ਼ਿੰਮੇਵਾਰ ਭਾਈ ਰਣਧੀਰ ਸਿੰਘ ਹੋਣ ਨਹੀਂ, ਤੁਸੀਂ ਵੀ ਜਾ ਕੇ ਉਹਨਾਂ ਨਾਲ ਕਰ ਲਿਆ ਕਰੋ, ਹਾਂ ਗੱਲ ਜਿਹੜੀ ਸੱਚੀ ਆ ਮੋਹਰੇ ਆ ਜਾਓ, ਪਰ ਇੱਕਦਮ ਨਹੀਂ ਬਿਨਾਂ ਮੰਨ ਲਓ ਜੇ ਕਿਸੇ ਨੇ ਐਪਲੀਕੇਸ਼ਨ ਪਾਈ ਆ ਤਾਂ ਉਹਦੇ ਉੱਤੇ ਉਹਦੇ ਫਾਂਸੀ ਚੜਾ ਦਿਓ, ਇਹ ਚੀਜ਼ ਦੇ ਅਸੀਂ ਬਿਲਕੁਲ ਹੱਕ ਨਹੀਂ, ਉਹਦੇ ਨਾਲ ਆਪਣਾ ਪ੍ਰਚਾਰ ਨੂੰ ਢਾ ਲੱਗਦੀ ਆ। ਬਾਕੀ ਇੱਕ ਦੋ ਜੀ ਆਪਾਂ ਨੂੰ ਵੀ ਬਾਬੇ ਨਾ ਕਹਾਓ, ਸੰਤ ਨਾ ਕਹਾਓ, ਗੁਰੂ ਪਿਆ ਰਹੇ ਹੋ ਵੀ ਬਾਅਦ 'ਚ ਮਰਿਆ ਤੋਂ ਉਹਦੀ ਨਹੀਂ ਆਪਾਂ ਕਹਿੰਦੇ, ਜੇ ਹੁਣ ਕਿਸੇ ਡਾਕਟਰ ਨੂੰ ਕਹੀਏ ਵੀ ਇਹਨੂੰ ਡਾਕਟਰ ਨਾ ਕਹੋ, ਇਹਨੂੰ ਆਹ ਨਾ ਕਹੋ, ਇਹ ਮਰ ਜੂਗਾ ਫੇਰ ਕਹਾਂਗੇ, ਨਹੀਂ ਸਾਧ ਸੰਗਤ ਜੀ ਜਿਹੜਾ ਜਿਉਂਦਾ ਹੀ ਆ ਉਹ ਵੀ ਸੰਤ ਹੋ ਸਕਦਾ, ਬਾਬਾ ਵੀ ਉਹਨਾਂ ਹੀ ਲਫ਼ਜ਼ ਮਤਲਬ ਉਹ ਉਸੇ ਤਰ੍ਹਾਂ ਦਾ ਹੀ ਆ, ਭਾਈ ਸਾਹਿਬ ਵੀ ਉਸੇ ਤਰ੍ਹਾਂ ਦਾ ਲਫ਼ਜ਼ ਹੀ ਆ। ਸਤਿਗੁਰੂ ਕਹਿੰਦੇ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ, ਫੇਰ ਸਤਿਗੁਰੂ ਘੁੰਮਣ ਲੱਗ ਪਊਗਾ ਵੀ ਗੁਰੂ ਕਹਿੰਦੇ ਖਾਲਸਾ ਸਤਿਗੁਰੂ ਹੋ ਸਕਦਾ। ਵਡਿਆਈ ਹੈ ਇਹ, ਵਡਿਆਈ ਦੀਆਂ
ਆਪਾਂ ਨੂੰ ਚੀਜ਼ਾਂ ਇਹਨਾਂ ਦਾ ਕਰਕੇ ਆਪਣੇ ਜਿਹੜੇ ਦੁਸ਼ਮਣ ਆਪਣੇ ਘਰ ਹੁੰਦੇ ਆ। ਇਸ ਕਰਕੇ ਜੇ ਮਹਾਂਪੁਰਖਾਂ ਨੂੰ ਆਪਾਂ ਚੰਗਿਆਂ ਨੂੰ ਬਚਾਉਣਾ ਤਾਂ ਉੱਥੇ ਲੀਡਰਸ਼ਿਪ ਦੀ ਪੂਰੀ ਇਮਾਨਦਾਰੀ ਦੇ ਨਾਲ ਇੱਕਦਮ ਇਨਵੈਸਟੀਗੇਸ਼ਨ, ਜੇ ਦੂਜਾ ਕਰ ਜਾਂਦਾ ਆਪਾਂ ਨੂੰ ਕੋਈ ਫਿਕਰ ਨਹੀਂ ਵੀ ਕਰ ਗਿਆ, ਤੁਸੀਂ ਇਨਵੈਸਟੀਗੇਸ਼ਨ ਕਰਕੇ ਤੁਸੀਂ ਚੜ੍ਹਦੀ ਕਲਾ ਵਿੱਚ ਉਹਦਾ ਸਬੂਤ ਦਿਓ, ਹੁਣ ਤੁਹਾਡਾ ਤੁਸੀਂ ਕਿਹਾ ਕਾਲਾਂ ਆਈਆਂ ਬਾਹਰੋਂ ਅਤੇ ਸੰਗਤਾਂ ਨੂੰ ਪਤਾ ਲੱਗ ਗਿਆ ਵੀ ਲੀਡਰਸ਼ਿਪ ਬੈਠੀ ਆ ਅਤੇ ਆਪਣੀ ਗਾਂਹ ਕਿਸੇ ਨਾਲ ਦਸ ਬੰਦੇ, ਕਿਸੇ ਨਾਲ 100, ਕਿਸੇ ਨਾਲ 10,000 ਆਪਣੇ ਇਹਨਾਂ ਹੀ ਗੱਲਾਂ ਕਰਨੀਆਂ ਅਤੇ ਆਪਾਂ ਜਦੋਂ ਸਾਰਿਆਂ ਨੂੰ ਪ੍ਰੋਗਰਾਮ ਦੇ ਦਿਓ ਚੜ੍ਹਦੀ ਕਲਾ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਅੱਜ ਸੰਤ ਰਣਜੀਤ ਸਿੰਘ ਜੀ ਟੱਪਿਆਂ ਵਾਲੇ, ਉਹਨਾਂ ਤੇ ਜੋ ਦੂਸ਼ਣਬਾਜ਼ੀ ਹੋਈ ਆ ਉਹਦੇ ਸੰਬੰਧ ਦੇ ਵਿੱਚ ਮੀਡੀਆ ਦਾ ਕਿਰਦਾਰ ਕੀ ਹੋਣਾ ਚਾਹੀਦਾ ਤੇ ਕੀ ਹੋਇਆ ਇਹਦੇ ਵਿੱਚ ਸੰਬੰਧ ਵਿੱਚ ਗੱਲ ਕੀਤੀ ਆ। ਪਰ ਨਾਲ ਜਿਹੜੇ ਬਹੁਤ ਸਾਰੇ ਪੱਖ ਉਜਾਗਰ ਹੋਏ ਨੇ ਕਿ ਆਪਾਂ ਸੰਤਾਂ ਨੂੰ ਨਾ ਵੰਡੀਏ, ਆਪਾਂ ਸਿੱਖੀ ਨੂੰ ਨਾ ਵੰਡੀਏ, ਆਪਾਂ ਪੰਥ ਨੂੰ ਨਾ ਵੰਡੀਏ, ਆਪਾਂ ਇੱਕ ਹੋਈਏ। ਵੱਡੀ ਗੱਲ ਇਹ ਹੈ ਜਦੋਂ ਆਪਾਂ ਇੱਕ ਹੋ ਗਏ ਤਾਂ ਸਾਡੇ ਦੁੱਖ ਸੁੱਖ ਸਾਂਝੇ ਹੋਣਗੇ, ਸਾਡੀ ਇੱਜ਼ਤ ਸਾਂਝੀ ਹੋਊਗੀ, ਸਾਡੇ ਹੱਕ ਸਾਂਝੇ ਹੋਣਗੇ।